ਕਾਲਾ ਮੋਤੀ ਹੈ ਕਿ ਕਾਲਾ ਮੋਤੀ ਹੈ ਹਨੇਰਾ ਹੀ ਹੋਇਆ ਪਿਆ ਉਹ ਡਾਕਟਰ ਸਾਹਿਬ ਪਹਿਲਾਂ ਟਾਰਚ ਤੇ ਆਨ ਕਰ ਲੋ ਸੌਰੀ ਚਿੱਟੇ ਤੋਂ ਥੋੜਾ ਕਾਲਾ ਤੇ ਕਾਲੇ ਤੋਂ ਥੋੜਾ ਚਿੱਟਾ ਡਾਕਟਰ ਸਾਹਿਬ ਡੈਡੀ ਬਚਦਾ ਜਾਣਗੇ ਨਾ ਓਏ ਪਤੰਦਰੋ ਮੋਤੀਆਂ ਨਾਲ ਬੰਦਾ ਮਰਦਾ ਨਹੀਂ ਹੁੰਦਾ ਬਾਪੂ ਤੈਨੂੰ ਤਾਂ ਹੁਣ ਦਿਸਦਾ ਨਹੀਂ ਇਸ ਗੱਲ ਦਾ ਫਾਇਦਾ ਚੱਕ ਕੇ ਜੇ ਆਪਣੇ ਦੁਸ਼ਮਣ ਜਗਤਾਰ ਨੇ ਤੈਨੂੰ ਮਾਰ ਦਿੱਤਾ ਤਾਂ ਦੇਖੋ ਡਾਕਟਰ ਸਾਹਿਬ ਜਦੋਂ ਤੱਕ ਮੇਰੀਆਂ ਅੱਖਾਂ ਦਾ ਆਪਰੇਸ਼ਨ ਨਹੀਂ ਹੋ ਜਾਂਦਾ ਮੈਨੂੰ ਹਸਪਤਾਲ 'ਚ ਰੱਖੋ ਮੈਂ ਬਿਨਾਂ ਦੇਖੇ ਵਾਪਸ ਨਹੀਂ ਸੁਣ ਸਕਦਾ ਵੀਰ ਜੀ ਜਦੋਂ ਤੱਕ ਡੈਡੀ ਦੀ ਅੱਖਾਂ ਨਹੀਂ ਠੀਕ ਹੋ ਜਾਂਦੀਆਂ ਨਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਹਨਾਂ ਨੂੰ ਕੁਝ ਨਹੀਂ ਦਿਖਦਾ ਕੌਣ ਕਹਿੰਦਾ ਮੈਨੂੰ ਨਹੀਂ ਦਿਖਦਾ ਆ ਕਹਿੰਦਾ ਓਏ ਨਾਮ ਦੱਸੋ ਮੈਨੂੰ ਦਿਖਦਾ ਨਹੀਂ ਭਾਜੀ ਮੈਂ ਲੁੱਟਿਆ ਗਿਆ ਭਾਜੀ ਕੌਣ ਹੈ ਭਾਜੀ ਮੈਨੂੰ ਵਿਚਾਰੋ ਭਾਜੀ ਕਿਸੇ ਜਗ੍ਹਾ ਵਿਚਾਰੋ ਭਾਜੀ ਮੈਨੂੰ ਕਿਹੜਾ ਓਏ ਸਾਹਮਣੇ ਆ ਕੇ ਗੱਲ ਕਰ ਉਹ ਡੈਡੀ ਕਿਉਂ ਬੁੰਦਲਾਈ ਜਾਂਦੇ ਹੋ ਉਹਨੂੰ ਸਾਹਮਣੇ ਤਾਂ ਖੜੋਤਾ ਹੈ ਹਾਂਜੀ ਉਹ ਤੂੰ ਦੱਸ ਕੀ ਹੋਇਆ ਤੈਨੂੰ ਮੇਰਾ ਭਰਾ ਦਵਿੰਦਰ ਜਗਤਾਰ ਸਿੰਘ ਕੋਲ ਚਲੇ ਗਿਆ ਫਿਰ ਮੇਰੀ ਜ਼ਮੀਨ ਤੇ ਕਬਜ਼ਾ ਕਰ ਲੈਣਗੇ ਜਨਾਬ ਓਏ ਉਹ ਕਿਵੇਂ ਕਬਜ਼ਾ ਕਰ ਲੈਣਗੇ ਮੈਂ ਦੇਖ ਲਾਂਗਾ ਸਾਰਿਆਂ ਨੂੰ ਇੱਕ ਤਾਂ ਤੁਹਾਨੂੰ ਦਿਖਦਾ ਨਹੀਂ ਸਾਰੇ ਸਵਾਹ ਦਿਖਨੇ ਕਿੰਨੇ ਕਿੰਨੇ ਕੁੱਟੇ ਪਤਾ ਵੀ ਨਹੀਂ ਲੱਗਣਾ ਓਏ ਭੈੜੀ ਔਲਾਦ ਬਾਪ ਨੂੰ ਕੁੱਟਵਾਉਣ ਨੂੰ ਫਿਰਦੀ ਹੈ ਉਸ ਪਾਸੇ ਖੜੋਤਾ ਹੋ ਓਏ ਗੋਲੀ ਮਾਰ ਉਹਨੂੰ ਤੁਸੀਂ ਦੱਸੋ ਜ਼ਮੀਨ ਦਾ ਕੀ ਕਰਨਾ ਇਹਨੇ ਅੱਖਾਂ ਦਾ ਕਰਨਾ ਜ਼ਮੀਨ ਵਾਲਾ ਉਹ ਹੈ ਹਾਂ ਠੀਕ ਹੈ ਉਹ ਗੱਲ ਸੁਣੋ ਤੇਰੀ ਜ਼ਮੀਨ ਖਾਲੀ ਪਈ ਹੈ ਤੂੰ ਆਏ ਕਰ ਉੱਥੇ ਜੰਬੋ ਸਰਕਸ ਲਵਾ ਦੇ ਫਿਰ ਦੇਖਦੇ ਆ ਸ਼ੇਰਾਂ ਦੇ ਨੇੜੇ ਕੌਣ ਆਉਂਦਾ ਪਿੰਡ 'ਚ ਸਰਕਸ ਪਿੰਡ 'ਚ ਮੇਲਾ ਲੱਗ ਸਕਦਾ ਸਰਕਸ ਨਹੀਂ ਲੱਗ ਸਕਦੀ ਆਹੋ ਠੀਕ ਹੈ ਜਵਾਕਾਂ ਨੇ ਪਹਿਲੀ ਵਾਰੀ ਢੰਗ ਦੀ ਗੱਲ ਕੀਤੀ ਹੈ ਤੂੰ ਜਾ ਕੇ ਸਰਕਸ ਲਵਾ ਤੁਸੀਂ ਸਾਰੇ ਮੇਰੀ ਜ਼ਮੀਨ ਤੇ ਚਲੋ ਸਰਕਸ ਆਪੇ ਲੱਗ ਜਾਏ ਓਏ ਓਹੋ ਮੇਰਾ ਮਤਲਬ ਤੁਹਾਡੇ ਹੁੰਦੇ ਆ ਆਪਾਂ ਸ਼ੇਰ ਪਰੋਂ ਮੰਗਾਵਾਂਗੇ ਠੀਕ ਹੈ ਓਏ ਮੁੰਡਿਓ ਚੱਕ ਲੋ ਬੰਦੂਕਾਂ ਤੇ ਪਾ ਲੋ ਘੋੜਿਆਂ ਤੇ ਕਾਠੀਆਂ ਡੈਡੀ ਘੋੜੇ ਕਿੱਥੇ ਆਪਣੇ ਕੋਲ ਓਏ ਪੁੱਤਰਾ ਇਹ ਜੀਪਾਂ ਅੱਜ ਆਈਆਂ ਨੇ ਤੇ ਸਾਨੂੰ ਲਾਈਨਾਂ ਪਹਿਲਾਂ ਦੀਆਂ ਰੱਟੀਆਂ ਪਈਆਂ ਨੇ ਚਲੋ ਸਾਲਿਓ ਹੋਰ ਕਿੰਨਾ ਟਾਈਮ ਲੱਗੂ ਸੀਟ ਲਾਉਣ ਨੂੰ ਮੇਰੀ ਹਾਲਤ ਖਰਾਬ ਹੋਈ ਪਈ ਐ ਕੰਮ ਨੱਕੇ ਤੇ ਐ ਸਰਦਾਰ ਜੀ ਬਸ ਥੋੜਾ ਜਿਹਾ ਟਾਈਮ ਹੋਰ ਓ ਸਾਲਿਆ ਆ ਤੁਸੀਂ ਪੱਟ ਕੇ ਰੱਖਤੀ ਨਵੀਂ ਦੋ ਤੋਂ ਲੱਗਦੀ ਨਹੀਂ ਉਹ ਬੰਦਾ ਕਿੰਨੀ ਦੇਰ ਤੱਕ ਧੁੰਨੀ ਨੂੰ ਠੁੱਕ ਲਈ ਜਾਵੇ ਸਰਦਾਰ ਜੀ ਇੰਨਾ ਪ੍ਰੈਸ਼ਰ ਨਾ ਲਓ ਕਈ ਵਾਰੀ ਇਹ ਮਾਮਲਾ ਹੱਥੋਂ ਨਿਕਲ ਜਾਂਦਾ ਜੀ ਉਹ ਤੋਂ ਛੇਤੀ ਕਰ ਓਏ ਛੇਤੀ ਲਾ ਸਰ ਜੀ ਬਸ ਲੱਗੀ ਸਮਝੋ ਉਹ ਲੱਗਦੀ ਤੇ ਲੱਗਦੀ ਆ ਸਰਦਾਰ ਉਹਨਾਂ ਨੂੰ ਲੱਗੀਆਂ ਪਈਆਂ ਨੇ ਜਲਦੀ ਕਰ ਹਾਂਜੀ ਹਾਂਜੀ ਓ ਬਿੱਲਿਆ ਓਏ ਸਾਲਿਆ ਰਾਤ ਨੂੰ ਦੱਸਣੀ ਸੀ ਹੁੰਦਾ ਬਈ ਸਵੇਰੇ ਮਿਸਤਰੀ ਲਾਉਣਾ ਆਦਮੀ ਪਰਹੇਜ਼ਦਾਰ ਖਾ ਲੈਂਦਾ ਸਰਦਾਰ ਜੀ ਇਹ ਕੰਮ ਬਾਅਦ ਚੋਂ ਕਰ ਲਿਓ ਉਹ ਚਰਨ ਦੇ ਬੰਦਿਆਂ ਨੇ ਨਾ ਜ਼ਮੀਨ ਤੇ ਕਬਜ਼ਾ ਕਰ ਲੈਣਾ ਓਏ 4 ਦਿਨਾਂ ਬਾਅਦ ਮਸਾ ਕਬਜ਼ੀ ਖੁੱਲੀ ਆ ਤੈਨੂੰ ਕਬਜ਼ੇ ਦੀ ਪਈ ਆ ਓ ਤੁਹਾਡੀ ਭਰਨ ਨੂੰ ਛੇਤੀ ਕਰ ਓਏ ਛੇਤੀ ਕਰ ਓਏ ਸਰਦਾਰ ਜੀ ਬਾਲੇ ਔਖੇ ਲੱਗਦੇ ਹੋ ਐਦਾਂ ਕਰੋ ਸੀਟ ਦੇ ਉੱਤੇ ਬਹਿ ਜਾਓ ਆਪਾਂ ਤੁਹਾਡੀ ਸਮੇਤ ਇਹਨੂੰ ਚੱਕ ਕੇ ਫਿੱਟ ਕਰ ਦਿੰਨੇ ਆ ਥੋੜੀ ਦੇਰ ਹੋਰ ਰੁਕ ਲਓ ਫਿਰ ਮੈਨੂੰ ਸੀਟ ਤੇ ਬਿਠਾ ਕੇ ਚੌਂਕ ਤੇ ਲਿਆ ਕੇ ਮੇਰਾ ਬੁੱਤ ਲਵਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਤਾਂ ਚੱਲੇ ਕਿ ਜਗਤਾਰ ਸਿੰਘ ਕਿਹੜੇ ਕੇਸ ਮਰਿਆ ਉਹ ਸਰਦਾਰ ਜੀ ਦੇਸੀ ਨੇ ਵੀ ਅੰਗਰੇਜ਼ੀ ਵਾਲਾ ਕੰਮ ਹੀ ਕਰਨਾ ਸੀ ਓਏ ਹਾਂ ਹਾਂ ਠੀਕ ਹੈ ਪਰ ਉਹ ਸਾਲਾ ਚਰਨ ਸਿੰਘ ਅੰਗਰੇਜ਼ੀ ਸੀਟ ਲਵਾਵੇ ਉਹ ਬੈਠੇ ਨਵਾਬਾਂ ਦੀ ਤਰ੍ਹਾਂ ਤੇ ਅਸੀਂ ਦੇਸੀ ਦੇ ਬਹਿ ਕੇ ਆਪਣੇ ਪੈਰ ਸੁੰਨ ਕਰਾਈ ਜਾਈਏ ਉਹ ਥੋੜਾ ਜਲਦੀ ਕਰ ਲੋ ਉਹਨਾਂ ਨੇ ਜ਼ਮੀਨ ਤੇ ਕਬਜ਼ਾ ਕਰ ਲੈਣਾ ਜੇ ਓਏ ਆ ਛੋਟਾ ਮੋਟਾ ਕੰਮ ਤਾਂ ਮੇਰਾ ਸ਼ੇਰ ਪੁੱਤ ਜੀਤਾ ਹੀ ਕਰ ਲੂਗਾ ਜੀਤ ਕੱਲਾ ਕੀ ਕਰ ਲੂ 10 12 ਜਾਣੇ ਨੇ ਓਏ ਫੈਂਟਣ ਲੱਗਿਆ ਜੱਟ ਬੰਦੇ ਨਹੀਂ ਗਿਣਦਾ ਬਸ ਫੈਂਟਦਾ ਜੀਤੇ ਨੂੰ ਕਹ ਉੱਥੇ ਪਹੁੰਚੇ ਮੈਂ ਇਹ ਕੰਮ ਨਿਪਟਾ ਕੇ ਆਇਆ ਵੈਸੇ ਜੀਤਾ ਹੈ ਕਿੱਥੇ
ਜੀ ਹੈਂ ਕੀ ਜ਼ਮਾਨਾ ਆ ਗਿਆ ਕਦੇ ਖੁਦ ਲੜਾਈਆਂ ਲੜਦੇ ਹੁੰਦੇ ਸੀ ਹੁਣ ਲੜਾਈ ਦੇਖਣ ਤੋਂ ਵੀ ਗਏ ਘਬਰਾਓ ਨਾ ਪਾਪਾ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹਾਂ ਮੈਂ ਤਾਂ ਕਹਿੰਦਾ ਡੈਡ ਜੀ ਹੁਣ ਹੀ ਨਿਕਲ ਲਈਏ ਇੱਕਦਮ ਤੁਹਾਡੇ ਤੋਂ ਪੰਜਾਬ ਨਹੀਂ ਜਾਣਾ ਸਾਰੇ ਡੈਡੀ ਔਲਾਦ ਜਦੋਂ ਦੀ ਜੰਮੀ ਆ ਬਾਪ ਨੂੰ ਡਰਾਪੇ ਦਿੰਦੀ ਆਈ ਹੈ ਮੈਂ ਦੇਖ ਲੂੰਗਾ ਕੱਲੇ ਕੱਲੇ ਨੂੰ ਕਹੋ ਸੁਣ ਲੂੰਗਾ ਕੱਲੇ ਕੱਲੇ ਨੂੰ ਥੱਪੜ ਕਰੂੰਗਾ ਸਾਰੇ ਘੰਟੇ ਦਾ ਬੋਲੀ ਜਾਂਦਾ ਚੁੱਪ ਕਰ टायर ने भी हुने फटना सी गोली फुटी है हैं? ਜਗਤਾਰ ਸਿੰਘ ਚਰਨ ਸਿੰਘ ਤੁਹਾਡੇ ਦੋਹਾਂ ਦੀ ਦੁਸ਼ਮਣੀ ਕਰਕੇ ਪਿੰਡ ਦੇ ਵਿੱਚ ਪੁਲਿਸ ਦੀ ਇੱਕ ਪੱਕੀ ਚੌਂਕੀ ਬਣਾਉਣੀ ਪੈ ਗਈ ਥਾਣੇਦਾਰਾ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਕਿਉਂ ਨਹੀਂ ਰਹਿ ਸਕਦੀਆਂ ਜੇ ਮਿਆਨ ਹੀ ਥੋੜੀ ਵੱਡੀ ਹੋ ਜਾਏ ਕੀ ਮਤਲਬ ਹੈ ਥਾਣੇਦਾਰਾ ਓਏ ਦਿਲ ਵੱਡੇ ਕਰੋ ਰੋਜ਼ ਰੋਜ਼ ਇਹ ਬੰਦੂਕਾਂ ਚੋਂ ਧੂਹੇ ਕੱਢਣ ਨਾਲੋਂ ਚੰਗਾ ਇੱਕ ਵਾਰੀ ਬੈਠ ਕੇ ਦਿਲਾਂ ਦੇ ਗੁਬਾਰ ਕੱਢ ਹੀ ਲਓ ਥਾਣੇਦਾਰ ਸਾਹਿਬ ਇਹ ਗੱਲ ਤੁਸੀਂ ਸਿਆਣੇ ਤੇ ਪੜ੍ਹੇ ਲਿਖੇ ਅਫਸਰਾਂ ਵਾਲੀ ਕੀਤੀ ਹੈ ਇਹ ਸਰਾਹ ਤੇ ਮੈਨੂੰ ਵੀ ਅੱਗੇ ਹਨੇਰਾ ਹੀ ਦਿਸਦਾ ਹੈ ਅੱਗੇ ਜਿਵੇਂ ਜਗਤਾਰ ਸਿੰਘ ਦੀ ਮਰਜ਼ੀ ਓਏ ਖਸਮਾ ਨਾਲੇ ਪਿਆਰ ਪਾਉਣ ਦੀ ਗੱਲ ਕਰਦਾ ਨਾਲੇ ਮੂੰਹ ਫੇਰੀ ਖੜਾ ਓਏ ਮੇਰੇ ਵੱਲ ਦੇਖ ਕੇ ਤਾਂ ਗੱਲ ਕਰ ਆਪਣੇ ਵੱਲੋਂ ਤਾਂ ਮੈਂ ਤੇਰੇ ਵੱਲ ਹੀ ਦੇਖ ਕੇ ਗੱਲ ਕਰ ਰਿਹਾ ਰੱਸੀ ਜਲ ਗਈ ਪਰ ਬਲ ਨਹੀਂ ਗਿਆ ਬਈ ਆਪਸ 'ਚ ਬਹਿ ਕੇ ਵਿਚਾਰ ਕਰ ਲੋ ਨਹੀਂ ਤਾਂ ਐਸੀ ਤਾਰਾ ਲਗਾ ਕੇ ਅੰਦਰ ਤੁੰਨਾਗਾ ਨਾ ਕਿ ਤੁਹਾਡੇ ਨਿਆਣਿਆਂ ਦੇ ਵਿਆਹ ਵੀ ਤਿਹਾੜ ਜੇਲ੍ਹ 'ਚ ਹੀ ਹੋਣਗੇ ਦੁਸ਼ਮਣ 15 ਮਿੰਟ ਚ ਖੁੜਦੋ ਖੁੜਦੀ ਹੋ ਗਏ ਚਰਨ ਸਿੰਘ ਦੀ ਧੀ ਰੂਪ ਦਾ ਵਿਆਹ ਮੇਰੇ ਪੁੱਤ ਜੀਤੇ ਨਾਲ ਹੋਏਗਾ ਕੀ 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 ਤੇ ਜਿਸ ਦਿਨ ਮੈਂ ਦਾਦਾ ਬਣੂਗਾ ਉਸੇ ਦਿਨ ਮੈਂ ਨਾਨਾ ਬਣੂਗਾ ਨਹੀਂ ਇਹ ਨਹੀਂ ਹੋ ਸਕਦਾ ਮੈਂ ਤਾਂ ਤੁਹਾਨੂੰ ਸਮਝੌਤਾ ਕਰਨ ਨੂੰ ਕਿਹਾ ਸੀ ਰਿਸ਼ਤਾ ਕਰਨ ਨੂੰ ਨਹੀਂ ਪਰ ਰਿਸ਼ਤਾ ਤਾਂ ਹੁਣ ਹੋ ਗਿਆ ਥਾਣੇਦਾਰ ਸਾਹਿਬ ਹਾਂ ਰਿਸ਼ਤਾ ਤਾਂ ਹੁਣ ਹੋ ਹੀ ਗਿਆ ਕਿੰਨੀ ਵਧੀਆ ਗੱਲ ਹੈ ਇਸੇ ਬਹਾਨੇ ਪਿੰਡ 'ਚੋਂ ਤੁਹਾਡੀ ਚੌਕੀ ਚੱਕੀ ਜਾਊਗੀ ਪਰ ਇਹ ਗੱਲ ਤੂੰ ਥਾਣੇਦਾਰ ਸਾਹਿਬ ਕੋਲੋਂ ਨਜ਼ਰਾਂ ਚੁਰਾ ਕੇ ਕਿਉਂ ਕਰ ਰਹੇ ਆਪਾਂ ਕੋਈ ਚੋਰੀ ਥੋੜੀ ਕੀਤੀ ਹੈ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਹਾਂ ਠੀਕ ਹੈ ਨਾ ਪਰ ਤੂੰ ਵੀ ਇੱਕ ਗੱਲ ਯਾਦ ਰੱਖੀ ਜੇ ਤੂੰ ਇਸ ਰਿਸ਼ਤੇ ਤੋਂ ਮੁੱਕ ਰਿਹਾ ਹੈ ਮੇਰੇ ਇੱਜ਼ਤ ਦਾ ਮਜ਼ਾਕ ਉਡਾਇਆ ਹੈ ਤਾਂ ਇਸ ਪਿੰਡ ਦੀ ਧਰਤੀ ਪੁੱਟਿਆ ਪਾਣੀ ਨਹੀਂ ਖੂਨ ਨਿਕਲੇਗਾ ਓਏ ਪਰ ਇਹ ਗੱਲ ਤੂੰ ਮੇਰੇ ਨਾਲ ਕਰ ਚਰਨ ਸਿਆ ਇਸ ਗੱਲ ਦਾ ਥਾਣੇਦਾਰ ਸਾਹਿਬ ਨਾਲ ਕੀ ਲੈਣਾ ਦੇਣਾ ਨਹੀਂ ਜੀ ਉਹ ਕਹਿੰਦੇ ਆ ਨਾ ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ ਪਰ ਸਾਡੀ ਤਾਂ ਹੁਣ ਧੀ ਵੀ ਰੂਪ ਹੈ ਤੇ ਨੌ ਵੀ ਰੂਪ ਹੀ ਹੈ ਸਮਝੌਤਾ ਚੰਗਾ ਕਰਵਾਤਾ ਲੈ ਰੂਪ ਮੈਂ ਤਾਂ ਡਰ ਹੀ ਗਿਆ ਸੀਗਾ ਕਿ ਤੈਨੂੰ ਬੁਰਾ ਲੱਗਿਆ ਹੋਣਾ ਕੀ ਲੋੜ ਸੀ ਉਹਨਾਂ ਦੀਆਂ ਜੱਫੀਆਂ ਪਵਾਉਣ ਦੀ ਤੇ ਹੋਰ ਆਪਣੇ ਸਹੁਰੇ ਦੇ ਮੈਂ ਕੇਸ ਪਵਾ ਦਿੰਦਾ ਮੈਂ ਤੇ ਉਹਨਾਂ ਨੂੰ ਦੁਸ਼ਮਣੀ ਖਤਮ ਕਰਨ ਨੂੰ ਕਿਹਾ ਸੀ ਨਾ ਕਿ ਕੁੜਮਾਚਾਰੀ ਸ਼ੁਰੂ ਕਰਨ ਨੂੰ ਪੇਪਰ ਤੋਂ ਥਾਣੇਦਾਰ ਦੇ ਦਿੱਤੇ ਤੇ ਬੜਿਆ ਜੱਜ ਫਿਰਦਾ 57 'ਚ ਦੋਨੇ ਧਿਰਾਂ ਅੰਦਰ ਹੋਣੀਆਂ ਸੀ ਜਗਤਾਰ ਸਿੰਘ ਦੇ ਤਲਿੱਤਰ ਫੇਰ ਵੀ ਦਿੰਦਾ ਆਪਣੇ ਸਹੁਰੇ ਨੂੰ ਫੈਂਟਦਾ ਚੰਗਾ ਲੱਗਣਾ ਸੀ ਕੱਲ ਨੂੰ ਤੇਰੇ ਮੇਰੇ ਵਿਆਹ ਤੋਂ ਮੁੱਕਰ ਜਾਂਦੇ ਫੇਰ ਹੁਣ ਬੜਾ ਮੁੰਦਰੀ ਪਾ ਕੇ ਭੇਜਿਆ ਨਾ ਉਹਨਾਂ ਨੇ ਠੀਕ ਹੋ ਲੈਂਦੇ ਮੇਰਾ ਵਿਆਹ ਉੱਥੇ ਮੈਂ ਵੀ ਆਪਣੇ ਕਾਕੇ ਨੂੰ ਕਿਹਾ ਕਰਨਾ ਪੁੱਤ ਸਤਿ ਸ਼੍ਰੀ ਅਕਾਲ ਕਰ ਤੇਰਾ ਕਨਵਰਟਿਡ ਮਾਮਾ ਹੈ ਸ਼ੁਭ ਸ਼ੁਭ ਬੋਲ ਹਲੇ ਗੱਲ ਹੀ ਹੋਈ ਹੈ ਕਿਹੜਾ ਛੁਹਾਰਾ ਲੱਗ ਗਿਆ ਜਾਂ ਫੇਰੇ ਹੋ ਗਏ ਨੇ ਹਾਏ ਹਾਏ ਕਿੱਡੀ ਕਾਲੀ ਪਈ ਹੈ ਤੈਨੂੰ ਕਾਕੇ ਦੀ ਲੱਭ ਲੈਂਦੇ ਆ ਕੋਈ ਨਾ ਕੋਈ ਹੱਲ ਸਬਰ ਰੱਖ ਜੇ ਤੂੰ ਕੋਈ ਹੱਲ ਨਾ ਲੱਭਿਆ ਨਾ ਮੈਂ ਵੀ ਜਾਣ ਕੇ ਆਪਣੀ ਡੋਲੀ ਨਾ ਤੇਰੇ ਠਾਣੇ ਅੱਗੋਂ ਦੀ ਕੱਢੂੰਗੀ ਨਹੀਂ ਰੂਹ ਇਹ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਕਿ ਤੇਰੀ ਡੋਲੀ ਮੇਰੇ ਥਾਣੇ ਅੱਗੋਂ ਲੰਘੇ ਮੈਂ ਆਪਣੀ ਬਦਲੀ ਕਰਾ ਲਾਂਗਾ ਜੱਟਾਂ ਦੇ ਵਲੋਂ ਦੇ ਬੱਕਰੇ ਉਹ ਜੱਟਾਂ ਕਿੱਥੇ ਚੱਲਿਆ ਘਰ ਛੱਡ ਕੇ ਸ਼ਹਿਰ ਚੱਲਿਆ ਕਿਉਂ ਪਿਓ ਦੀ ਮਰਜ਼ੀ ਨਾਲ ਰਿਸ਼ਤਾ ਕਰਨ ਤੋਂ ਤਾਂ ਚੰਗਾ ਮੈਂ ਸ਼ਹਿਰ 'ਚ ਜਾ ਕੇ ਬੂਟ ਪਾਲਿਸ਼ਾਂ ਕਰਕੇ ਰੋਟੀ ਖਾ ਲੂੰਗਾ ਮੈਂ ਪਿਓ ਸਾਰੀ ਜ਼ਿੰਦਗੀ ਰੋਟੀਆਂ ਖਾਂਦਾ ਮਰ ਗਿਆ ਉਹਦੇ ਬੂਟ ਤਾਂ ਕਦੇ ਪਾਲਿਸ਼ ਕੀਤੇ ਨਹੀਂ ਨਾਲੇ ਮੈਂ ਚਰਨ ਸਿੰਘ ਨੂੰ ਕੀ ਜਵਾਬ ਦਊਂ ਕਿੱਥੇ ਹੋ
ਕਹਿ ਦਿਓ ਇੱਥੇ ਦਾਰੂ ਪੀ ਪੀ ਕੇ ਕਿੰਨੀ ਦੇਰ ਸੈੱਟ ਹੁੰਦਾ ਰਹੂ। ਸ਼ਹਿਰ ਗਿਆ ਕੰਮ ਕਾਰ ਸੈੱਟ ਕਰਨ ਦੇ ਲਈ। ਹਾਂ ਅਗਲਾ ਕਹੂ ਇੱਥੇ ਕੰਮ ਕਰ ਲੈ, ਇੱਥੇ ਮੌਂ ਲੜਦੇ ਤੇਰਾ। ਇਹਨੂੰ ਕੰਮ ਕਹਿੰਦੇ ਹੋ ਤੁਸੀਂ? ਉਹ ਲੋਕ ਖੂਨ ਪਸੀਨੇ ਦੀ ਕਮਾਈ ਖਾਂਦੇ ਆ ਤੇ ਅਸੀਂ ਖੂਨ ਵਹਾਉਣ ਦੀ ਤੇ ਹੱਡੀਆਂ ਤੋੜਨ ਦੀ। ਲੋਕ ਹੱਡੀਆਂ ਚੱਪ ਜਾਂਦੇ ਨੇ, ਤੇਰੇ ਕੋਲੋਂ ਹੱਡੀਆਂ ਤੋੜਨ ਦੀ ਕਮਾਈ ਨਹੀਂ ਖਾਦੀ ਜਾਂਦੀ? ਉੱਥੇ ਜਾ ਕੇ ਰਹਿਗਾ ਕਿੱਥੇ? ਬੱਲੀ ਮਾਮਾ ਮਰ ਗਿਆ। ਕਦੋਂ? ਉਹ ਮੈਂ ਕਹਿ ਰਿਹਾ ਵੀ ਬੱਲੀ ਮਾਮਾ ਮਰ ਗਿਆ, ਉਹਦੇ ਕੋਲੇ ਜਾ ਕੇ ਰਹੂੰਗਾ ਮੈਂ। ਉਹ ਮੇਰਾ ਸਾਲਾ ਡਰਾਮੇਬਾਜ਼ ਹੈ, ਉਹਦੀ ਆਪਣੀ ਜ਼ਿੰਦਗੀ ਤਾਂ ਸਾਲੀ ਭੰਡ ਪਣੇ ਹੀ ਨਿਕਲ ਗਈ। ਮੈਂ ਤੈਨੂੰ ਤਹਿਸੀਲਦਾਰ ਲਾ ਦੂੰ। ਹਾਂ ਤੁਸੀਂ ਤਾਂ ਬੜਾ ਮੈਨੂੰ ਐਸਐਚਓ ਲਵਾਤਾ ਵੀ ਜਿਹੜਾ ਮੈਂ ਛੁੱਟੀਆਂ ਲੈ ਕੇ ਚੱਲਿਆ ਵਾਂ। ਇੱਥੇ ਤਾਂ ਸਾਲਾ ਸੜਕ ਤੇ ਵੀ ਪੈਦਲ ਤੁਰਨਾ ਹੁੰਦਾ ਨਾ, ਸਿਰ ਤੇ ਹੈਲਮਟ ਪਾਉਣਾ ਪੈਂਦਾ। ਪਤਾ ਨਹੀਂ ਸਾਲੀ ਕਿਹੜੇ ਪਾਸੇ ਆ ਕੇ ਸਿਰ 'ਚ ਡਾਂਗ ਵੱਜਣੀ ਆ। ਗੱਲ ਸੁਣ, ਜੇ ਤੂੰ ਸਾਲੇ ਨੌਟੰਕੀ ਕੋਲ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਸਾਲੇ ਨੇ ਆਪਣੇ ਤਾਂ ਅੱਧੀ ਉਮਰ ਵਾਲੀ ਆਰਕੈਸਟਰਾ ਡਾਂਸਰ ਨਾਲ ਵਿਆਹ ਕਰਾਇਆ ਹੋਇਆ। ਹਾਂ ਤਾਂ ਇਸ ਗੱਲ ਦਾ ਸਾੜਾ ਬਾਪੂ ਨੂੰ ਲੱਪੜ ਮਾਰੂ ਸਾਲੇ ਦੇ ਖਿੱਚ ਕੇ। ਦਫਾ ਹੋ ਜਾ ਇੱਥੋਂ, ਜਦੋਂ ਚਾਰ ਦਿਨ ਪੈਸੇ ਮੁੱਕ ਗਏ ਨਾ ਇੱਥੇ ਬੂਥੀ ਲਟਕਾਈ ਆਏਗਾ ਮੇਰੇ ਕੋਲ। ਚੱਲਿਆ ਚੱਲਿਆ ਮੈਂ, ਨਾਲੇ ਕਹਿ ਦਿਓ ਚਰਨ ਸਿੰਘ ਦੀ ਕੁੜੀ ਨੂੰ ਇਸ ਤੋਂ ਪਹਿਲਾਂ ਮੈਨੂੰ ਉਡੀਕਦੀ ਦੀ ਉਮਰ ਨਿਕਲ ਜੇ, ਆਵੇ ਨਿਕਲ ਜੇ ਕਿਸੇ ਨਾਲ। ਮੈਂ ਨਿਕਲਣ ਲੱਗਿਆ ਬੱਲੀ ਮਾਮੇ ਲਈ। ਇੰਨੇ ਸਾਲਾਂ ਬਾਅਦ ਮੈਨੂੰ ਦੇਖ ਕੇ ਬੱਲੀ ਮਾਮਾ ਕਿੰਨਾ ਖੁਸ਼। ਨਿਕਲ ਜਾ ਇੱਥੋਂ ਸੂਰਜਾ ਪੁੱਤਰਾ, ਆਪਣੀ ਮਨਹੂਸ ਸ਼ਕਲ ਵਿਖਾਈ ਮੈਨੂੰ। ਇਸ ਤਰ੍ਹਾਂ ਸਟਰੈਂਥ ਨਾਲ ਬੋਲੀਦਾ ਬੇਟਾ। ਰਾਈਟਰ ਤਾਂ ਸਿਰਫ ਲਿਖ ਦਿੰਦਾ, ਉਹ ਜ਼ਰੂਰ ਤਾਂ ਐਕਟਰ ਪਾਉਂਦਾ। ਚਲੋ ਬੱਚੋ 15 ਮਿੰਟ ਦਾ ਬ੍ਰੇਕ ਲੈ ਲਓ, ਮੈਂ ਆਪਣੇ ਭੈਣ ਜੀ ਨੂੰ ਮਿਲਣਾ। ਮਾਮਾ ਜੀ ਜੁੱਤੀ ਪਾਉਣਾ ਜੀ। ਹਾਂ ਕੁਛ ਰਹਿ ਕੁਛ ਰਹਿ। ਓਏ ਤੇਰੇ ਪਿਓ ਨੇ ਰੱਸਾ ਕਿਵੇਂ ਖੋਲਤਾ ਅੱਜ? ਉਹ ਕਿੱਥੇ ਖੋਲਦਿਆ ਜੀ ਰੱਸਾ? ਹਾਂ ਅੱਜ ਤਾਂ ਮੈਂ ਰੱਸਾ ਤੁੜਾ ਕੇ ਭੱਜਿਆ ਆ ਵੀ। ਚੱਲ ਚੰਗਾ ਹੋਇਆ, ਤੁਹਾਡੇ ਇਲਾਕੇ ਦੀ ਪੁਲਿਸ ਨੂੰ ਥੋੜਾ ਜਿਹਾ ਆਰਾਮ ਤਾਂ ਮਿਲੂ। ਸਹੀ ਗੱਲ ਹੈ ਜੀ, ਉੱਥੇ ਤਾਂ ਰੋਟੀ ਖਾਣ ਤੋਂ ਲੈ ਕੇ ਜੀ ਟੋਇਲਟ ਜਾਣ ਤੱਕ ਡੈਡੀ ਦੀ ਮਰਜ਼ੀ ਚੱਲਦੀ ਆ। ਆ ਹੁਣ ਦੇਖ ਲਓ, ਮੈਨੂੰ ਕਹਿੰਦੇ ਤੇਰਾ ਵਿਆਹ ਵੀ ਮੇਰੀ ਮਰਜ਼ੀ ਨਾਲ ਹੋਊਗਾ। ਦੱਸ, ਸਾਡੀ ਭੈਣ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੀ ਤਾਂ ਨੌਬਤ ਨਹੀਂ ਸੀ ਆਉਣੀ। ਕਿੱਦਾਂ ਦੀ ਗੱਲ ਕਰਦੇ ਹੋ ਮਾਮਾ ਜੀ, ਫਿਰ ਤਾਂ ਮੈਂ ਵੀ ਨਹੀਂ ਸੀ ਆਉਣਾ। ਉਹ ਚੱਲ ਜੋ ਹੋ ਗਿਆ ਸੋ ਹੋ ਗਿਆ। ਹਾਂਜੀ, ਪਰ ਇਹ ਗਲਤ ਹੈ ਯਾਰ। ਸਹੀ ਗੱਲ, ਤੇਰਾ ਪਿਓ ਤੇਰੀ ਮਰਜ਼ੀ ਤੋਂ ਬਿਨਾਂ ਤੇਰਾ ਵਿਆਹ ਕਿਵੇਂ ਕਰ ਸਕਦਾ ਹੈ? ਸਾਡਾ ਵਿਆਹ ਤਾਂ ਇਹੋ ਜਿਹੀ ਚੀਜ਼ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਕਰੇ ਤਾਂ ਹੀ ਮਜ਼ਾ ਆਉਂਦਾ ਹੈ। ਸਹੀ ਗੱਲ ਹੈ ਜੀ, ਨਹੀਂ ਤਾਂ ਸਾਲੇ ਲੋਕ ਹੀ ਮਜ਼ਾ ਲੈਂਦੇ ਆ ਤੁਹਾਡੇ ਕੁੱਤਕੜੇ ਜੀ ਦਾ। ਬੰਦ ਕਰ, ਮਾਮੀ ਆ ਰਹੀ ਹੈ ਤੇਰੀ। ਅੱਛਾ ਜੀ, ਹਾਂਜੀ, ਚੱਲ ਮੱਥਾ ਟੇਕ ਮਾਮੀ ਨੂੰ। ਹੋ ਤੇਰੀ, ਇਹ ਤਾਂ ਸਵੀਟੀ ਆ, ਬੁੱਲ ਬੁੱਲ ਆਰਕੈਸਟਰਾ ਦੀ ਡਾਂਸਰ ਹੈ। ਇਹ ਕਿੱਥੇ ਲੈ ਗਿਆ ਬਈ? ਡਾਂਸਰ ਕਿਸੇ ਦੀ ਮਾਮੀ ਨਹੀਂ ਹੋ ਸਕਦੀ। ਆ ਨਹੀਂ ਨਹੀਂ, ਇਹ ਤਾਂ ਬਹੁਤ ਅੱਛੀ ਹੈ ਮਾਮੀ, ਮਤਲਬ ਬਹੁਤ ਅੱਛਾ ਡਾਂਸ ਕਰਦੀ ਹੈ ਮਾਮੀ। ਜੀ ਜੀ, ਉਹ ਕਿਹੜਾ ਕਿਹੜਾ ਮਸ਼ਹੂਰ ਜਿਹਾ ਮਾਮੀ ਜੀ ਦਾ। ਅੱਜ ਰਾ ਲਿਖੀ ਗੁਜ਼ਾਰਾਂਗੇ ਰਾਤ ਕੇ, ਅੱਲਾ ਕਰੇ ਦਿਨ ਨਾ ਚੜੇ। ਬਈ ਮਾਮਾ ਜੀ ਯਕੀਨ ਮੰਨਿਓ, ਆ ਰਲ ਕੇ ਗੁਜ਼ਾਰਾਂਗੇ ਰਾਤ ਵਾਲੇ ਰਿਕਾਰਡ ਦੇ ਉੱਤੇ ਜਦੋਂ ਮਾਮੀ ਠੁਮਕੇ ਲਾਉਂਦੀਆਂ ਨਾ, ਮੁੰਡੇ ਤਾਂ ਸਾਲੇ ਲਿਟ ਲਿਟ ਜਾਂਦੇ ਆ। ਬਈ ਉਹਨਾਂ ਤਾਂ ਲਾੜੇ ਨੂੰ ਸ਼ਗਨ ਨਹੀਂ ਇਕੱਠਾ ਹੁੰਦਾ ਜਿੰਨਾ ਮਾਮੀ ਨੂੰ ਚੜਾਵਾ ਚੜ ਜਾਂਦਾ। ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ। ਲੁਧਿਆਣਾ ਭੁੱਲ ਗਏ? ਇੱਕ ਉੜਪਲਾ ਦੇ ਜ਼ਾਕੀਆ ਵਾਕੇ ਮੇਰਾ ਤੇ ਰੋੜ ਵੇ। ਇੱਕ ਘੁੱਟ ਨਹੀਂ ਹੁੰਦਾ ਓਏ, ਦੋ ਘੁੱਟ ਹੁੰਦੇ ਆ। ਘੁੱਟ ਤਾਂ ਦੋ ਹੀ ਹੁੰਦੇ ਆ ਮਾਮਾ ਜੀ, ਮਾਮੀ ਜੀ ਦੀ ਰਿਸਪੈਕਟ ਕਰਕੇ ਘੁੱਟ ਘਟਾ ਲਿਆ ਆਪਾਂ। ਯਾਦ ਆ ਤੁਹਾਨੂੰ ਜਦੋਂ ਤੁਸੀਂ ਇਸ ਗਾਣੇ ਦੇ ਉੱਤੇ ਮੁਜਰਾ ਕਰ ਰਹੇ ਸੀ, ਮੈਂ ਆਪਦੀ ਰੈਡੋ ਦੀ ਘੜੀ ਵਾਰਤੀ ਸੀ ਤੁਹਾਡੇ ਤੋਂ। ਵਾਰੀ ਥੋੜਾ ਸੀ ਉਹ, ਹੁਣ ਮਾਮਾ ਜੀ ਸਾਹਮਣੇ ਤਾਂ ਵਾਰੀ ਹੋ ਕਹਿਣਾ ਵਾ। ਪਰ ਉਹ ਲੈਣ ਤੁਸੀਂ ਹੁਸ਼ਿਆਰਪੁਰ ਵਾਪਸ ਵੀ ਤਾਂ ਆ ਗਏ ਸੀ? ਉਹ ਤਾਂ ਜੀ ਰਾਤ ਨੂੰ ਪੀਤੀ ਖਾਧੀ ਚ ਵਾਰੀ ਗਏ, ਜਦੋਂ ਸਵੇਰੇ ਹੋਸ਼ ਆਇਆ ਪਤਾ ਲੱਗਿਆ ਵੀ 1.5 ਲੱਖ ਦੀ ਆ ਤਾਂ ਲੈਣ ਆ ਗਏ। ਚਲੋ ਛੱਡੋ ਜੀ ਘੜੀ ਨੂੰ, ਇਹ ਭਾਣਜਾ ਜੀ ਆਪਣਾ ਆਪਣੇ ਕੋਲ ਹੀ ਰਹੂ ਹੁਣ। ਹਾਂਜੀ ਓਏ ਪਤੰਦਰਾ, ਮੱਥਾ ਤਾਂ ਟੇਕ ਲੈ ਮਾਮੀ ਨੂੰ, ਉਮਰ ਦੀ ਛੋਟੀ ਹੈ, ਰਿਸ਼ਤੇ ਦੀ ਰਿਸਪੈਕਟ ਰਹਿੰਦੀ ਹੈ। ਚੱਲ ਚੁੱਕ ਥੱਲੇ। ਹਾਂਜੀ ਚੱਲ, ਹੁਣ ਦੱਸ ਕਰੇਗਾ ਕੀ? ਕੁਛ ਵੀ ਕਰ ਲਾਂਗੇ ਮਾਮਾ ਜੀ, ਭਾਂਡਗਿਰੀ ਨੂੰ ਛੱਡ ਕੇ ਜੀ। ਆ ਗਿਆ ਨਾ ਆਪਣੇ ਪਿਓ ਵਾਲੀਆਂ ਹਰਕਤਾਂ ਤੇ? ਨਹੀਂ ਨਹੀਂ ਜੀ, ਕੰਮ ਤਾਂ ਬਹੁਤ ਵਧੀਆ ਜੀ, ਪਰ ਔਖਾ ਮਾਮਾ ਜੀ, ਹੁਣ ਸਾਰੇ ਬੰਦੇ ਤੁਹਾਡੇ ਵਰਗੇ ਟੈਲੈਂਟਡ ਸੋਨਾ ਹੁੰਦੇ ਆ ਜੀ। ਉਹ ਤਾਂ ਹੈ। ਚੱਲ ਠੀਕ ਹੈ, ਮੈਂ ਕਰੂੰ ਕੋਈ ਜੁਗਾੜ। ਮੇਰਾ ਇੱਕ ਦੋਸਤ ਹੈ ਸੰਦੀਪ, ਉਹਨੂੰ ਕਹੂੰਗਾ, ਉਹ ਕਿਤੇ ਨਾ ਕਿਤੇ ਤੈਨੂੰ ਫਿੱਟ ਜ਼ਰੂਰ ਕਰੂਗਾ। ਠੀਕ ਹੈ ਜੀ, ਉਹ ਹੀ ਕਰਦਾ। ਉਹ ਫਿਲਹਾਲ ਤਾਂ ਦੋ ਦੋ ਪ੍ਰੋਜੈਕਟ ਸੰਭਾਲ ਰਹੇ ਆ। ਦੋ ਦੋ ਪ੍ਰੋਜੈਕਟ? ਮੈਂ ਉੱਜੜ ਗਈ, ਮੈਂ ਉੱਜੜ ਗਈ ਤੇ ਤੁਹਾਡੇ ਦੋਵਾਂ 'ਚ ਮੈਂ ਉੱਧੜ ਗਿਆ। ਮੇਰੀ ਵੀ ਗੱਲ ਸੁਣੋ ਯਾਰ ਜਸਮੀਤ, ਅਨੂ ਮੈਂ ਸੋਚਾਂ ਇਹੋ ਜੀ ਕਿਹੜੀ ਨੌਕਰੀ ਹੈ, ਸੋਮਵਾਰ ਤੋਂ ਵੀਰਵਾਰ ਬੰਦੇ ਦੀ ਸ਼ਕਲ ਹੀ ਨਹੀਂ ਦਿਸਦੀ। ਮੈਂ ਵੀ ਸੋਚਾਂ ਇਹ ਕਿਹੜੀ ਨੌਕਰੀ ਹੈ, ਬੰਦਾ ਸ਼ੁੱਕਰਵਾਰ ਸ਼ਨੀਵਾਰ ਛੋਮਣ ਤੇ ਹੀ ਹੋਇਆ ਰਹਿੰਦਾ। ਤੁਸੀਂ ਘਰ ਚਲੋ, ਤੁਹਾਨੂੰ ਮੈਂ ਦੱਸਦੀ, ਘਰ ਚਲੋ। ਚਲੋ ਸੁਣੋ 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 ਸ
ਕਈ ਭੱਲੇ ਨਹੀਂ ਮਿਲੇ ਵਿਆਹ 'ਚ। 300 ਕਹਿ ਕੇ 800 ਲੋਕਾਂ ਦੀ ਬਰਾਤ ਲੈ ਕੇ ਆਓਗੇ ਤਾਂ ਸਮਾਨ ਤਾਂ ਘਟੂਗਾ ਹੀ। ਕੀ ਕਰੀਏ, ਸਾਡੀ ਰਿਸ਼ਤੇਦਾਰੀ ਬਹੁਤ ਜ਼ਿਆਦਾ, ਤੇਰੇ ਵਿਆਹ ਸਾਰੇ ਪੂਰੇ ਨਹੀਂ ਆਏ, ਰਿਸ਼ਤੇਦਾਰੀ ਭੁਗਤਾਨ ਵਾਸਤੇ ਦੂਜਾ ਵਿਆਹ ਕਰਨਾ ਪਿਆ। ਤੁਸੀਂ ਇਹ ਗੱਲ ਮੇਰੇ ਤੋਂ ਕਿਉਂ ਲੁਕਾਈ ਕਿ ਤੁਸੀਂ ਇੱਕ ਹੋਰ ਵਿਆਹ ਕੀਤਾ ਹੋਇਆ? ਤੂੰ ਆਪ ਦੱਸ, ਇਹ ਗੱਲ ਭਲਾ ਦੱਸਣ ਵਾਲੀ ਹੁੰਦੀ ਹੈ? ਅੱਜ ਮੈਂ ਕੁਝ ਕਹਾ ਕੇ ਮਰਾਂਗੀ, ਅੱਜ ਮੈਂ ਬਾਹਾਂ ਲੈ ਕੇ ਮਰਾਂਗੀ। ਦੋਵੇਂ ਕਿਉਂ ਮਰਦੀਆਂ, ਟਾਸ ਕਰ ਲਓ, ਦੋਵੇਂ ਫੁੜ ਗਈਆਂ, ਮੈਨੂੰ ਤੀਜਾ ਵਿਆਹ ਕਰਨਾ ਪੈ ਜਾਣਾ। ਸ਼ਰਮ ਨਹੀਂ ਆਉਂਦੀ ਸਾਨੂੰ ਦੋਵਾਂ ਨੂੰ ਰੋਲ ਕੇ ਤੀਜਾ ਵਿਆਹ ਕਰਾਉਣਾ ਚਾਹੁੰਦੇ ਹੋ ਤੁਸੀਂ? ਰੋਲੇ
ਪਿਆ ਤੇ ਮੈਂ ਪਿਆ ਯਾਰ ਮੇਰੀ ਤਾਂ ਉਹ ਹਾਲਤ ਹੋਈ ਪਈ ਜਿੱਦਾਂ ਸਰਕਾਰੀ ਮੁਲਾਜ਼ਮ ਨੇ ਨਾਲ ਦੁਕਾਨ ਪਾਈ ਹੁੰਦੀ ਹੈ ਨਾ ਨੌਕਰੀ ਚੰਗੀ ਤਰ੍ਹਾਂ ਕੀਤੀ ਜਾਂਦੀ ਨਾ ਦੁਕਾਨ ਚੱਲਦੀ ਹੈ ਪਰ ਅੱਜ ਫੈਸਲਾ ਹੋ ਕੇ ਰਹੂਗਾ ਕਿ ਇਹ ਤੁਹਾਡੀ ਕੌਣ ਹੈ ਤੇ ਮੈਂ ਕੌਣ ਲੈ ਫਿਰ ਸੁਣ ਤੂੰ ਹੈਗੀ ਆ ਸਰਕਾਰੀ ਨੌਕਰੀ ਜਿਹੜੀ ਮੈਨੂੰ ਮਿਲੀ ਸੀ ਤੇ ਇਹ ਮੇਰੀ ਦੁਕਾਨ ਹੈ ਜਿਹੜੀ ਮੈਂ ਖੁਦ ਪਾਈ ਰਾਤੀ ਘੱਟ ਪੀ ਕਿਤੇ ਨੀ ਸੁੱਤੇ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਸਾਡੀ ਮੀਆਂ ਬੀਵੀ ਦੀ ਦਾਲ ਚ ਆਪਣੀ ਕੜਛੀ ਨਾ ਮਾਰਿਆ ਕਰ ਫਿਰ ਇਸੇ ਦਖਲ ਕਰਕੇ ਸਾਡੀ ਦਾਲ ਨੂੰ ਅੱਜ ਤੱਕ ਤੜਕਾ ਨੀ ਲੱਗਾ ਵਰਨਾ ਤੈਨੂੰ ਇਸ ਘਰ ਚ ਮਾਮਾ ਜੀ ਹੁੰਦੀ ਹੋਣੀ ਸੀ ਉਹਨੂੰ ਮੈਂ ਪਹਿਲਾਂ ਬੋਲ ਦਿਆ ਨਾ ਹੋਰ ਦਿਮਾਗ ਨਾ ਖਰਾਬ ਕਰਿਆ ਇਹ ਜਿਹੜਾ ਤੁਸੀਂ ਸੋਮਵਾਰ ਤੋਂ ਵੀਰਵਾਰ ਟੂਰ ਕਰਦੇ ਹੋ ਨਾ ਇਹ ਉਹਦਾ ਅਸਰ ਹੈ ਪਲੀਜ਼ ਅੱਜ ਨਾ ਜਾ ਇਸ ਹਫਤੇ ਛੁੱਟੀ ਲੈ ਲਓ ਜਿੰਨਾ ਬਰਡਨ ਹੈ ਨਾ ਮੇਰੇ ਤੇ ਕੰਮ ਦਾ ਮੈਂ ਸਿਰਫ ਆਹ ਲੈ ਸਕਦਾ ਛੁੱਟੀ ਨਹੀਂ ਲੈ ਸਕਦਾ ਉੱਠ ਕੇ ਪਾਣੀ ਗਰਮ ਕਰ ਮੈਂ ਨਹਾ ਕੇ ਜਾਣਾ ਇੰਨੀ ਗਰਮੀ ਚ ਗਰਮ ਪਾਣੀ ਬੌਂਦਲੇ ਕਿਉਂ ਪਿਓ ਠੀਕ ਤਾਂ ਹੋ ਆਹੋ ਗਰਮ ਪਾਣੀ ਮੇਰੇ ਟੌਨਸਿਲਸ ਹੋਏ ਆ ਮੈਂ ਗਰਾਰੇ ਕਰਕੇ ਜਾਣਾ ਨਹਾਉਣਾ ਠੰਡੇ ਪਾਣੀ ਨਾਲ ਹੀ ਆ ਗੱਲ ਸੁਣ ਇਹਨੇ ਹੋਰ ਤੇ ਕਿਤੇ ਜਾਣਾ ਨਹੀਂ ਹੁੰਦਾ ਇਹਨੂੰ ਸਕੂਲ ਹੀ ਦਾਖਲ ਕਰਾ ਦੇ ਦੁਬਾਰਾ ਲੋਕਾਂ ਕਤੂਰੇ ਰੱਖੇ ਹੁੰਦੇ ਅਸੀਂ ਸੂਰ ਰੱਖੇ ਤੇਰੇ ਜੀਜਾ ਜੀ ਮੈਨੂੰ ਢਿੱਲੇ ਲੱਗਦੇ ਦੀਦੀ ਤੈਨੂੰ ਢਿੱਲੇ ਲੱਗਦੇ ਆ ਮੈਨੂੰ ਹਿੱਲੇ ਲੱਗਦੇ ਆ ਧਿਆਨ ਨਾਲ ਜਾਣਾ ਆਓ ਠੀਕ ਹੈ ਬਾਏ 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 ਨਾਟਕਾਂ ਚ ਇੰਨਾ ਨਾ ਚੱਲਦਾ ਮੇਰਾ 6 ਮਹੀਨੇ ਚ ਇੱਕ ਵਾਰੀ ਤਾਂ ਅਖਬਾਰ ਚ ਫੋਟੋ ਛਪਦੀ ਓ ਛਪਦੀ ਹੈ ਰਹਿਣ ਦੇ ਨਾ ਸ਼ਾਦੀ ਦੇ ਫੰਕਸ਼ਨਾਂ ਨੂੰ ਹਾਂਜੀ ਤੁਹਾਡਾ ਤਾਂ ਸਿਰਫ ਨਾ ਹੀ ਚੱਲਦਾ ਆ ਘਰ ਤਾਂ ਆਰਕੈਸਟਰਾ ਨਾਲ ਹੀ ਚੱਲਦਾ ਆ ਨਾ ਵੈਸੇ ਭਾਬੀ ਜੀ ਕੰਮ ਤੇ ਤੁਹਾਡੇ ਵਾਲਾ ਵੀ ਔਖਾ ਹੀ ਹੈ ਸ਼ਰਾਬੀ ਇੱਕ ਵਾਰੀ ਦੰਦਾਂ ਜੀ ਨੋਟ ਫਸਾ ਕੇ ਪਤੰਦਰ ਛੱਡਦੇ ਤੇ ਨਹੀਂ ਹੋਣੇ ਛੇਤੀ ਦੰਦਾਂ ਨਾਲ ਹੀ ਖਿੱਚਣਾ ਪੈਂਦਾ ਹੁਣ ਹਾਂਜੀ ਸਤਾਰਿਆਂ ਵਾਲਾ ਘੱਗਰਾ ਪਾਤਾ ਜੀ ਟੈਚੀ ਚ ਉਹ ਜਲੇਬੀ ਬਾਈ ਵਾਲੀ ਸੀਡੀ ਵੀ ਪਾ ਦੀ ਸ਼ੀਲਾ ਤੇ ਜਵਾਨ ਜੀ ਵੀ ਪਾ ਦੂੰਗੀ ਉਹ ਕਾਕਾ ਹਾਂਜੀ ਅੰਦਰ ਟੇਬਲ ਤੇ ਕਾਰ ਦੀ ਚਾਬੀ ਵੀ ਚੱਕ ਲਿਆ ਅੱਛਾ ਜੀ ਸੁੱਕ ਗਈ ਹਾਂਜੀ ਆ ਕੀ ਕੰਮ ਕੀਤਾ ਤੁਸੀਂ ਕੰਮ ਤੁਹਾਡਾ ਇੱਕ ਨਹੀਂ ਚੱਲਦਾ ਨੌਕਰ ਤੁਸੀਂ ਦੋ ਦੋ ਰੱਖੇ ਨੇ ਇਹ ਮੁੰਡਾ ਨਵਾਂ ਰੱਖਿਆ ਹੁਣ ਭਾਂਜਾ ਹੈ ਮੇਰਾ ਭਾਂਜਾ ਕਾਹਦਾ ਹੋਈ ਹੈ ਜੀਜਾ ਸਾਡਾ ਬਦਮਾਸ਼ ਇਹ ਆਪਣੇ ਪਿਓ ਦਾ ਵੀ ਪਿਓ ਹੈ ਲੋਕਾਂ ਦੀਆਂ ਹੱਡੀਆਂ ਤੋੜਨ ਤੋਂ ਸਿਵਾਏ ਡੱਕਾ ਨਹੀਂ ਤੋੜਦਾ ਵੇਲਾ ਹਾਂਜੀ ਤੇਰੀ ਮੌਜ ਹੈ ਕਾਕਾ ਹੈ 3 ਦਿਨ ਇੱਧਰ 4 ਦਿਨ ਉੱਧਰ ਤੁਸੀਂ ਲੈ ਲਓ ਇਹੋ ਜਿਹੀਆਂ ਮੌਜਾਂ ਇੱਕ ਵਿਆਹ ਕਰਾ ਕੇ ਬੰਦਾ ਦੋ ਪੈਰਾਂ ਤੇ ਭੱਜਿਆ ਫਿਰਦਾ ਤੇ ਦੋ ਵਿਆਹ ਕਰਾ ਕੇ ਤੇ ਫਿਰ ਹੱਥ ਵੀ ਥੱਲੇ ਲਾਉਣੇ ਪੈਂਦੇ ਆ ਆ ਪੂਛ ਹੀ ਨਹੀਂ ਉਗਦੀ ਬੰਦੇ ਦੇ ਹਾਲਤ ਕੁੱਤੇ ਵਾਲੀ ਹੋ ਜਾਂਦੀ ਬੰਦੇ ਦੀ ਮਾਮਾ ਜੀ ਹਾਂਜੀ ਚਾਬੀ ਲਿਆ ਆ ਲੈ ਵੀ ਫੜ ਆ ਲਿਆ ਜੀ ਆ ਲੋ ਫੜੋ ਅੱਛਾ ਵੀ ਉਹ ਸੌਰੀ ਤੈਨੂੰ ਗੇਟ ਖੋਲਣ ਨੂੰ ਕਹਿ ਤਾ ਦਿਆਂ ਉਹ ਨਾ ਨਾ ਜੀ ਕੋਈ ਗੱਲੇ ਨਹੀਂ ਤੁਸੀਂ ਮਾਮਾ ਜੀ ਦੇ ਗੈਸਟ ਹੋ ਨਹੀਂ ਤਾਂ ਗੇਟ ਵਾਲੀ ਕਿਹੜੀ ਗੱਲ ਆ ਮੈਂ ਤਾਂ 1 ਮਿੰਟ ਤੋਂ ਪਹਿਲਾਂ ਤੇਰੇ ਵਰਗਾ ਬੰਦਾ ਖੋਲ ਕੇ ਰੱਖਦਾ ਠੀਕ ਹੈ ਟਿੰਗਰਾ ਸਾਹਿਬ ਮੈਂ ਚੱਲਦਾ ਚੰਗਾ ਛੁੱਟੀ ਜਿਹਨੇ ਮੈਨੂੰ ਕੰਮ ਦਵਾਉਣਾ ਜੀ ਉਹ ਯਾਰ ਕਾਹਦਾ ਹੋਈ ਹੈ ਫੁਕਰਾ ਦੋ ਦੋ ਜਨਾਨੀਆਂ ਰੱਖੀ ਫਿਰਦਾ ਹਾਂਜੀ ਫੁਕਰਾ ਹਾਂਜੀ ਆ ਗਏ ਜੀ ਨਹੀਂ ਰਾਹ ਚੀਆਂ ਜੀ ਵੈਸੇ ਇਹਨਾਂ ਤੇਲ ਕਿਤੇ ਮੇਰੀਆਂ ਪੁੜਪੜੀਆਂ ਚ ਚਸਿਆ ਕਰੇ ਨਾ ਤਰਾਵਟ ਆ ਜੇ ਸਿਰ ਚ ਮੇਰੇ ਮੇਰੀ ਮਾਂ ਨੇ ਦੱਸਿਆ ਸੀ ਕਿ ਬੰਦਾ ਜਦੋਂ ਕਮਾਈਆਂ ਕਰਕੇ ਘਰ ਮੁੜੇ ਨਾ ਤਾਂ ਤੇਲ ਚੋਗੇ ਘਰ ਵਾੜੀ ਦਾ ਵੀਰ ਜੀ 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 ਵੀ
ਵੇਖਾਂ ਜਿੱਦਾਂ 에ਅਰਪੋਰਟ ਤੇ ਲੈਣ ਆਈ ਹੁੰਦੀ ਮੈਨੂੰ ਇੱਥੇ ਰਹਿਣਾ ਮੈਂ ਭਰਾ ਪਾਵੇਂ ਦਹੀਂ ਲੈਣ ਗਿਆ ਹੋਇਆ 20 ਮਿੰਟਾਂ ਬਾਅਦ ਮੁੜ ਆਵੇ ਪੈਣਾ ਨੂੰ ਤੇ ਚਾ ਚੜਦਾ ਹੈ ਨਾ ਹਾਏ ਹਾਏ ਕੁੜੀ ਨਾਲ ਪਿਆਰ ਨਾ ਤਾਂ ਬੋਲੋ ਅੱਛਾ ਹੁਣ ਪੁਰਾਣੀਆਂ ਫਿਲਮਾਂ ਵਾਂਗੂ ਸ਼ੁਰੂ ਹੋ ਜਾਵਾਂ ਮੈਂ ਵਾ ਵਾ ਤਿੰਨਾਂ ਦਿਨਾਂ ਵਿੱਚ ਕਿੰਨੀ ਜਵਾਨ ਹੋ ਗਈ ਹੈ ਮੇਰੀ ਲਾੜੋ ਭੈਣ ਕਿੰਨੀ ਸੋਹਣੀ ਨਿਕਲੀ ਹੈ ਮਰ ਜਾਣੀ ਓਹੋ ਗੱਲਾਂ ਛੱਡੋ ਅੰਦਰ ਭਾਵਲਪੁਰੀ ਜੁਲਰ ਆਇਆ ਦੁਕਾਨ ਦਾ ਕਰਾਇਆ ਦੇਣ ਮੇਹਰ ਸਿੰਘ ਜੀ ਅੱਗੇ ਅਰਜ਼ ਕੀਤਾ ਹੈ ਕਿ ਫੁੱਲਾਂ ਦੀ ਮਹਿਕ ਤੇ ਗੁਲਾਬਾਂ ਦੀ ਖੁਸ਼ਬੂ ਗੁਲਾਬ ਦੇ ਫੁੱਲ ਨਹੀਂ ਹੁੰਦੇ ਨਾਲੇ ਮਹਿਕ ਤੇ ਖੁਸ਼ਬੂ ਮੇਹਰ ਸਿੰਘ ਜੀ ਪਹਿਲਾਂ ਪੂਰਾ ਸੁਣ ਲਿਆ ਕਰੋ ਠੀਕ ਹੈ ਸੁਣਾਓ ਫੁੱਲਾਂ ਦੀ ਮਹਿਕ ਤੇ ਗੁਲਾਬਾਂ ਦੀ ਖੁਸ਼ਬੂ ਬਾਬਾ ਦੋਵੇਂ ਇੱਕੋ ਹੀ ਨੇ ਮੈਂ ਕਿੱਥੇ ਕਿਹਾ ਦੋ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੜੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਬੇਟਾ ਕਦੋਂ ਆਏ ਬਸ 8 ਕੁ ਕਵਿਤਾਵਾਂ ਤਾਂ ਹੋ ਹੀ ਗਈਆਂ ਮੇਰੇ ਆਏ ਨੂੰ ਤੁਸੀਂ ਡਾਕਟਰ ਵਾਲੇ ਗਏ ਅੱਜ ਦਵਾਈ ਲੈਣ ਪੁੱਤਰ ਜੀ ਡਾਕਟਰ ਕਹਿੰਦਾ ਮੈਂ ਦਵਾਈ ਘਰੇ ਪਹੁੰਚਾ ਦਿਆ ਕਰਾਂਗਾ ਤੁਸੀਂ ਆਉਣ ਦੀ ਖੇਚਲ ਨਾ ਕਰਿਆ ਕਰੋ ਕਵਿਤਾਵਾਂ ਦਾ ਘੱਟ ਸ਼ਕੀਨ ਹੋਣਾ ਹੈ ਡਾਕਟਰ ਖੈਰ ਮੈਂ ਸੋਚਿਆ ਹੁਣ ਟਾਈਮ ਹੋ ਗਿਆ ਬਈ ਸਾਲ ਭਰ ਦਾ ਇਕੱਠਾ ਕਿਰਾਇਆ ਦੇ ਦਈਏ ਦਿਮਾਗ ਤੋਂ ਬੋਝ ਉਤਰ ਜਾਂਦਾ ਹੈ 50 ਰੁਪਏ ਮਹੀਨੇ ਦੇ ਹਿਸਾਬ ਨਾਲ ਪੂਰੇ ਇਹ ਬਣਦੇ ਆ ਤੁਹਾਡੇ 600 ਰੁਪਏ ਗਿਣ ਲਓ ਆ ਤੁਸੀਂ ਚੰਗਾ ਕੀਤਾ ਵੈਸੇ ਇਸ ਕੰਮ ਲਈ ਜਿਹੜਾ ਅਟੈਚੀ ਰੱਖ ਲਿਆ ਨਾ ਵਰਨਾ ਇੰਨੀ ਪੇਮੈਂਟ ਬੰਦਾ ਜੇਬ 'ਚ ਲੈ ਕੇ ਘੁੰਮੇ ਖਤਰਾ ਹੀ ਹੁੰਦਾ ਲੁੱਟ ਖੋ ਦਾ ਡਰ ਰਹਿੰਦਾ ਨਾ ਘਰੋਂ ਅੱਡੇ ਤੇ ਜਾਈਏ ਨਾ ਆਟੋ ਵਾਲਾ 100 ਰੁਪਇਆ ਲੈ ਲੈਂਦਾ ਉੱਥੋਂ ਤੱਕ ਦਾ ਤੇ ਤੁਸੀਂ 50 ਰੁਪਏ ਮਹੀਨੇ ਤੇ ਸਾਡੀ ਦੁਕਾਨ ਦਾ ਵੀ ਬੈਠੇ ਹੋ ਦੱਬੀ ਨਹੀਂ ਹੋਈ ਸਨ 1943 ਵਿੱਚ ਮੇਰੇ ਪਿਤਾ ਜੀ ਨੇ 10 ਰੁਪਏ ਮਹੀਨੇ ਤੇ ਲਈ ਸੀ ਉਹ ਦੁਕਾਨ ਤੁਹਾਡੇ ਬਜ਼ੁਰਗਾਂ ਤੋਂ ਕੀ ਹੁੰਦੇ ਆ 10 ਰੁਪਏ ਅਸੀਂ ਸਿੱਧਾ ਜੰਪ ਮਾਰ ਕੇ 50 ਰੁਪਏ ਕਰ ਦਿੱਤਾ ਮਹੀਨੇ ਦਾ ਕਮਾਈਆਂ ਕਮਾਈਆਂ ਕਿੱਥੇ ਰਹਿ ਗਈਆਂ ਅੱਜ ਕੱਲ ਕੀ ਡਰਾਮੇਬਾਜ਼ੀ ਹੈ ਵੈਸੇ ਹੈ 2000 ਰੁਪਇਆ ਮਹੀਨੇ ਦਾ ਉਹ ਗੋਲ ਗੱਪਿਆਂ ਵਾਲੇ ਕੋਲੋਂ ਲੈਨੇ ਹੋ ਤੁਸੀਂ ਜਿਹੜਾ ਸਾਡੀ ਦੁਕਾਨ ਦੇ ਬਾਹਰ ਖੜਾ ਕੀਤਾ ਹੋਇਆ ਨਾ ਨਾ ਦੋਨੀ ਨਹੀਂ ਦਿੰਦਾ ਜੀ ਸਾਨੂੰ ਪਤਾ ਕਿੱਦਾਂ ਗੋਲ ਗੱਪੇ ਖਾ ਖੂ ਕੇ ਮਸੀ ਪੈਸੇ ਪੂਰੇ ਕਰੀਦੇ ਆ ਹੱਥ ਜੋੜੇ ਤੁਹਾਡੇ ਅੱਗੇ ਕਿਰਾਇਆ ਵਧਾ ਦਿਓ ਅੱਗੇ ਖਰਚੇ ਬੜੇ ਨੇ ਕੁੜੀ ਦਾ ਵਿਆਹ ਵੀ ਕਰਨਾ ਸੀ ਦੇਖ ਲਓ ਜੀ ਹੁਣ ਕੁੜੀਆਂ ਦਾ ਵਿਆਹ ਵੀ ਕਿਰਾਏਦਾਰਾਂ ਦੇ ਸਿਰੋਂ ਹੀ ਕਰੋਗੇ ਸਤਿ ਸ੍ਰੀ ਅਕਾਲ ਜੀ ਪੈਸੇ ਨਾਲ ਨਹੀਂ ਰੱਜਦਾ ਇਹ ਟੱਬਰ ਲੁੱਟ ਕੇ ਖਾ ਲਿਆ ਸਾਨੂੰ ਤਾਂ ਸ਼ਰਮ ਕਰੋ ਸਾਲਾ ਕਮੀਨਾ ਕਮੀਨਾ ਤਾਂ ਹੈ ਪਰ ਕਵਿਤਾ ਦਾ ਪ੍ਰੇਮੀ ਹੈ ਇੱਕ ਨਵੀਂ ਕਵਿਤਾ ਹੈ ਬੇਟਾ ਯਾਰ ਸਾਹ ਤੇ ਲੈ ਲੈਂਦਾ ਮੈਂ ਤੇ ਪਾਣੀ ਵੀ ਨਹੀਂ ਪੀਤਾ ਅਜੇ ਮੇਰੇ ਸਿਰ 'ਚ ਪਾ ਦਿਓ ਕਵਿਤਾ ਮੁੰਡੇ ਨੂੰ ਦੱਸਿਆ ਜੀ ਜਿਹੜਾ ਰਿਸ਼ਤਾ ਆਪਾਂ ਅਖਬਾਰ 'ਚ ਪਸੰਦ ਕੀਤਾ ਕੀ ਗੱਲ ਮੇਰਾ ਹੁਣ ਤੀਜਾ ਵਿਆਹ ਕਰਨਾ ਜੇ ਤੀਜਾ ਨਹੀਂ ਮੈਂ ਕਿਹਾ ਸੁੱਖ ਨਾ ਰੱਬ ਨੇ ਆ ਦੋਵਾਂ ਚਿੱਟੀ ਇੱਕ ਦਿੱਤੀ ਤੋਈ ਮੈਨੂੰ ਅੱਗੇ ਫਿਟੇ ਮੂੰਹ ਤੇਰਾ ਓਏ ਕਮਲਿਆ ਆਪਣੀ ਪ੍ਰੀਤ ਲਈ ਹਾਏ ਹਾਏ ਜਿਹੜੀ ਸ਼ਰਮ ਆ ਗਈ ਯਾਰ ਮੈਂ ਕਹਿੰਦਾ ਜੇ ਰਿਸ਼ਤਾ ਠੀਕ ਹੈ ਨਾ ਫਿਰ ਝੱਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਕਰਿਓ ਬਿਲਕੁਲ ਓਏ ਹੱਥ ਜੋੜੇ ਤੁਹਾਡੇ ਅੱਗੇ ਡੈਡੀ ਜੀ ਜੇ ਗੱਲ ਬਣਦੀ ਹੋਈ ਤੇ ਤੁਸੀਂ ਆਪਣੀ ਆ ਸ਼ਾਇਰੀ ਤੇ ਕੰਟਰੋਲ ਰੱਖਿਓ ਨਾਬੇ ਵਾਲਿਆਂ ਨੇ ਵੀ ਡੈਡੀ ਦਾ ਫੋਨ ਚੁੱਕਣਾ ਬੰਦ ਕਰਤਾ ਸੀ ਅਨੂ ਉਹ ਮੁੰਡੇ ਦਾ ਨੰਬਰ ਤਾਂ ਦੱਸ ਪੁੱਤਰ ਸੁਣ ਜੀ ਮੈਂ ਨੰਬਰ ਦੇਣੀ ਹੈ ਤੁਸੀਂ ਜ਼ਰਾ ਫੋਨ ਮਾਰਿਓ ਹੁਣੇ ਮਾਰ ਦਿੰਨੇ ਆ ਕਿਹਦੇ ਮਾਰਨਾ ਫੋਨ ਓਏ ਹੋਏ ਓਹੋ ਨੰਬਰ ਲਗਾਉਣਾ ਬੋਲੋ ਨੰਬਰ 98 72 211 342 ਜਸਮੀਤ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਜਸਟ ਮੀਟ ਮਿਲ ਕੇ ਦੇਖਦੇ ਹਾਂ ਲੈਟਸ ਮੀਟ 'ਚ ਗੱਲ ਬਣਦੀ ਤਾਂ ਨੰਬਰ 'ਤੇ ਲੱਗਿਆ ਪਹਿਲਾਂ ਆਪਣਾ ਨੈਟਵਰਕ ਹੀ ਨਹੀਂ ਆ ਰਿਹਾ ਮੈਨੂੰ ਤਾਂ ਲੱਗਦਾ ਮੁਸ਼ਕਿਲ ਹੀ ਲੱਗਣਾ ਲੱਗ ਹੀ ਨਹੀਂ ਰਿਹਾ ਨਹੀਂ ਲੱਗ ਰਿਹਾ ਨੈਟਵਰਕ ਹੀ ਨਹੀਂ ਲੱਗ ਰਿਹਾ ਲਓ ਜੀ ਫੋਨ ਨਹੀਂ ਲੱਗ ਰਿਹਾ ਤੇ ਛੁਆਰਾ ਕਿੱਥੋਂ ਲੱਗਣਾ ਤੁਹਾਡਾ ਨਹੀਂ ਲੱਗ ਰਿਹਾ ਮੇਰਾ ਲੱਗ ਗਿਆ ਹੈਲੋ ਹੈਲੋ ਮੈਂ ਜੀ ਸਤਿ ਸ਼੍ਰੀ ਅਕਾਲ ਤੇ ਫੋਨ ਪਾਗਲ ਹੋ ਗਿਆ ਨਾ ਕਿਦਾਂ ਲਾ ਰਿਹਾ ਫੋਨ ਇਹ ਤਾਂ ਜਿਹੜੀ ਤੁਸੀਂ ਅਖਬਾਰ ਦੇ ਵਿੱਚ ਐਡ ਦਿੱਤੀ ਸੀ ਨਾ ਸਾਡੀ ਕੁੜੀ ਦਾ ਨਾਮ ਪ੍ਰੀਤ ਹੈ ਜੀ ਹਾਂਜੀ ਚੰਗਾ ਫਿਰ ਆਪਾਂ ਦੋਨੇ ਪਰਿਵਾਰ ਮਿਲ ਕੇ ਗੱਲ ਕਰਦੇ ਹਾਂ ਜੀ ਬਿਲਕੁਲ ਬਸ ਐਕਚੁਅਲੀ ਮੇਰੇ ਹਸਬੈਂਡ ਹੁਣੇ ਟੂਰ ਤੇ ਗਏ ਇੱਕ ਵਾਰ ਉਹ ਆ ਜਾਂਦੇ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਲਓ ਜੀ ਮੇਰੇ ਹਸਬੈਂਡ ਵੀ ਟੂਰ ਤੋਂ ਹੁਣੇ ਵਾਪਸ ਆਏ ਨੇ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਆ ਤੇ ਫਿਰ ਆਪਾਂ ਮਿਲਦੇ ਹਾਂ ਹਾਂਜੀ ਇਹਨੇ ਰਿਸ਼ਤਾ ਕਿੱਥੇ ਹੋਣ ਦੇਣਾ ਇਹਨੇ ਤੇ ਪਹਿਲੇ ਵੀ ਕੈਨਸਲ ਕਰਾ ਦੇਣੇ ਤੁਹਾਨੂੰ ਮੈਂ ਦੱਸਾਂ ਇਹਨੂੰ ਚੁੱਪ ਕਰਾ ਲਓ ਅਸੀਂ ਨਹੀਂ ਆ ਗਏ ਯਾਰ ਕਿਉਂ ਚੌਧਰਾਣੀਆਂ ਬਣਦੀਆਂ ਜਨਾਨੀਆਂ ਤੁਹਾਨੂੰ ਮੈਂ ਦੱਸਾਂ ਓਕੇ ਮੈਨੂੰ ਸੁਣੋ ਗੱਲ ਇਹ ਰਿਸ਼ਤਾ ਹੋ ਜਾਣਾ ਮੈਨੂੰ ਮੈਨੂੰ ਵਾਈਬਸ ਆ ਰਹੀਆਂ ਰਿਸ਼ਤਾ ਹੋ ਜਾਣਾ ਮੁੰਡੇ ਦੀ ਗੱਲ ਤਾਂ ਸਿਆਣੀ ਹੈ ਗੱਲ ਤਾਂ ਬਿਲਕੁਲ ਸਿਆਣੀ ਹੈ ਜੀ ਹੋਇਆ ਵੇਖੋ ਤੁਹਾਡੇ ਹੱਥ ਜੋੜੇ ਮੈਂ ਪੈਰ ਫੜੇ ਤੁਹਾਡੇ ਤੁਸੀਂ ਵਿੱਚ ਇਨਵੋਲਵ ਨਹੀਂ ਹੋਣਾ ਇਸ ਗੱਲ ਦੇ ਵਿੱਚ ਔਰ ਖਾਸ ਤੌਰ ਤੇ ਤੂੰ ਮੇਰੀ ਗੱਲ ਸੁਣ ਲੈ ਉਹਨੂੰ ਘੱਟੋ ਘੱਟ ਤੂੰ ਨਹੀਂ ਇਸ ਮਾਮਲੇ 'ਚ ਬੋਲਣਾ ਤੁਸੀਂ ਨਹੀਂ ਇਨਵੋਲਵ ਹੋਣਾ ਮੈਂ ਡੀਲ ਕਰਾਂਗਾ ਯਾਰ ਉਹਦਾ ਹਸਬੈਂਡ ਟੂਰ ਤੇ ਗਿਆ ਨਾ ਉਹਨੂੰ ਆ ਲੈਂਦੇ ਇਧਰੋਂ ਮੈਂ ਹਸਬੈਂਡ ਉਧਰੋਂ ਉਹ ਹਸਬੈਂਡ ਹਸਬੈਂਡ ਉਹ ਹਸਬੈਂਡ ਨਹੀਂ ਹੋਣ ਦਿਓ ਸਾਨੂੰ ਇਹ ਹਸਬੈਂਡ ਟੂ ਹਸਬੈਂਡ ਗੱਲ ਹੋਏਗੀ ਤਾਂ ਇਹ ਰਿਸ਼ਤਾ ਹੋਣਾ ਜੇ ਮੈਂ ਹੱਥ ਜੋੜੇ ਤੁਹਾਡੇ ਅੱਗੇ ਤੁਸੀਂ ਕਿਸੇ ਨੇ ਵਿੱਚ ਨਹੀਂ ਬੋਲਣਾ ਮੇਰਾ ਮਰੇ ਦਾ ਮੂੰਹ ਵੇਖੋਗੇ ਜਿਸ ਰਿਸ਼ਤੇ 'ਚ ਆਇਆ ਕੋਈ ਜਣਾ ਠੀਕ ਹੈ ਨਾ ਇਹ ਰਿਸ਼ਤਾ ਵਰਕਾ ਪਾਰ ਦੇ
ਵਰਕਾ ਪਾੜ ਦਿਓ ਅਬਾ ਵਰਕਾ ਪਾੜ ਦਿਓ ਡੈਰੀ ਮੈਨੂੰ ਫੜਾਓ ਫੜਾਇਆ ਤਾਂ ਡੈਰੀ ਮੈਨੂੰ ਇਹਦੇ ਵਿੱਚੋਂ ਵਰਕਾ ਪਾੜ ਕੇ ਦਿਓ ਕਿੱਥੇ ਨੰਬਰ ਓਕੇ ਮੈਂ ਕਰਦਾ ਸਾਰਾ ਕੁਝ ਸੈੱਟ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਇਸ ਤਾਂ ਹੋ ਜਾਣਾ ਵੀਰ ਜੀ ਇਸ ਰਿਸ਼ਤੇ ਵਾਸਤੇ ਕਿੰਨੇ ਐਕਸਾਈਟਿਡ ਲੱਗ ਰਹੇ ਨੇ ਸਮਝ ਗਿਆ ਨੋ ਪ੍ਰੋਬਲਮ ਹੋ ਲੈਣ ਦੇ ਰਿਸ਼ਤਾ ਇਹ ਪਹਿਲਾ ਵਿਆਹ ਹੋਊ ਜਿਹਦੇ ਚ ਦਾਜ ਕਰਦਾ ਘਰ ਚ ਹੀ ਰਹਿ ਜਾਣਾ ਇੱਥੋਂ ਚੁੱਕਿਆ ਇੱਥੇ ਰੱਖਤਾ ਦਾਜ ਘਰੇ ਰਹਿ ਜਾਣਾ ਅਗਲਿਆਂ ਜੀਜਾ ਘਰੋਂ ਕੱਢ ਦੇਣਾ ਇਸ ਵਿਆਹ ਦੇ ਕਾਰਡ ਛਪਣ ਤੋਂ ਪਹਿਲਾਂ ਮੇਰੇ ਭੋਗ ਦੇ ਕਾਰਡ ਛਪ ਜਾਣੇ ਆ ਉਹ ਇਹ ਵੀ ਤਾਂ ਹੋ ਸਕਦਾ ਹੈ ਕਿ ਰਿਸ਼ਤਾ ਤੇਰੀ ਦੋਵੇਂ ਜਨਾਨੀਆਂ ਨੂੰ ਜੱਪੀਆਂ ਪਵਾ ਦੇਵੇ ਤੇ ਤੇਰੀ ਨਲੱਕੀ ਮਾਫ ਹੋ ਜੇ ਹਾਂਜੀ ਹਾਂਜੀ ਤੇ ਲੋਕਾਂ ਨੂੰ ਮੈਂ ਭੰਬਲ ਭੂਸੇ ਚ ਪਾ ਦਿਆਂ ਬਈ ਇਧਰੋਂ ਭਰਾ ਦੀ ਮਿਲਣੀ ਕਰਕੇ ਕੰਬਲ ਦੇ ਗਿਆ ਉਧਰੋਂ ਜੀਜੇ ਦੀ ਮਿਲਣੀ ਕਰਕੇ ਮੁੰਦਰੀ ਲੈ ਗਿਆ ਸਮਝ ਨਹੀਂ ਆਈ ਉਹ ਤੂੰ ਆਪਦਾ ਦੇਖ ਤੂੰ ਲੋਕਾਂ ਤੋਂ ਕੀ ਲੈਣਾ ਹਾਂਜੀ ਕਿਉਂ ਨਹੀਂ ਲੈਣਾ ਲੋਕਾਂ ਕੋਲੋਂ ਮੇਰੀਆਂ ਵੋਟੀਆਂ ਲੋਕਾਂ ਨੂੰ ਕੀ ਕਹਿਣਗੀਆਂ ਬਈ ਅਸੀਂ ਆਪਸ ਚ ਦੋਵੇਂ ਸਕੀਆਂ ਸੌਂਕਣਾ ਵਾ ਉਹ ਗੱਲ ਸੁਣ ਤੇਰੇ ਸਾਲੇ ਨੂੰ ਕੋਈ ਢੰਗ ਦਾ ਰਿਸ਼ਤਾ ਭੇਜਦਿਆਂ ਉਹਨੇ ਤੇਰੀ ਭੈਣ ਨੂੰ ਦੇਖਣ ਹੀ ਨਹੀਂ ਜਾਣਾ ਹਾਂਜੀ ਟਿੰਗਰਾ ਸਾਹਿਬ 60 ਸਾਲ ਦੇ ਹੋ ਗਏ ਹੋ 59 ਭਾਈ 59 ਚੱਲ ਇੱਕ ਬਚਿਆ ਵਿੱਚੋਂ ਜਿਹੜਾ ਇੱਕ ਰਹਿ ਗਿਆ ਉਹਦੇ ਚ ਕੋਈ ਇੱਕ ਅਕਲ ਦੀ ਗੱਲ ਕਰ ਲਓ ਜਿਵੇਂ ਇੱਕ ਕੰਮ ਹੋ ਸਕਦਾ ਕੀ ਤੇਰੇ ਸਾਲੇ ਨੂੰ ਤੇਰੀ ਭੈਣ ਦੀ ਥਾਂ ਕੋਈ ਹੋਰ ਕੁੜੀ ਦਿਖਾਈਏ ਜਿਹਨੂੰ ਦੇਖ ਕੇ ਉਹ ਦੁਖੀ ਹੋ ਜਾਵੇ ਪਰਫੈਕਟ ਬਿਲਕੁਲ ਠੀਕ ਹੈ ਤੇ ਫਿਰ ਇਹਦਾ ਮਤਲਬ ਮੇਰੇ ਸਾਲੇ ਦੀ ਥਾਂ ਤੇ ਮੇਰੇ ਘਰਦਿਆਂ ਨੂੰ ਕੋਈ ਹੋਰ ਮੁੰਡਾ ਵਿਖਾਈਏ ਵਿਖਾਈਏ ਐਸਾ ਜਿਹਨੂੰ ਵੇਖ ਕੇ ਮੇਰੇ ਘਰਦਿਆਂ ਦੀਆਂ ਚੀਕਾਂ ਨਿਕਲ ਜਾਣ ਹਾਂਜੀ ਇਹਦਾ ਮਤਲਬ ਆਪਾਂ ਨੂੰ ਹੁਣ ਇੱਕ ਘਟੀਆ ਜਿਹਾ ਮੁੰਡਾ ਚਾਹੀਦਾ ਤੇ ਇੱਕ ਬੈਡ ਇੰਪ੍ਰੈਸ਼ਨ ਪਾਉਣ ਵਾਲੀ ਕੁੜੀ ਚਾਹੀਦੀ ਬਸ ਹਾਂਜੀ ਮੇਰੇ ਕੋਲ ਇੱਕ ਜ਼ਬਰਦਸਤ ਕੁੜੀ ਹੈ ਇੰਨੀ ਚੰਗੀ ਹੈ ਜਿੰਨਾ ਮਰਜ਼ੀ ਬੈਡ ਇੰਪ੍ਰੈਸ਼ਨ ਪਵਾ ਲਓ ਹਾਂਜੀ ਹੋ ਜੂ ਤੂੰ ਆਪਣੇ ਸਾਲੇ ਨੂੰ ਕੱਲ ਸਵੇਰੇ ਕੋਠੀ ਨੰਬਰ 4140 ਸੈਕਟਰ 5 ਚ ਭੇਜ ਵਾਹ ਜੀ ਵਾਹ ਵੀਆਈਪੀ ਸੈਕਟਰ ਚ ਰਹਿੰਦੇ ਹੋ ਜੀ ਐਸੇ ਤੁਹਾਡਾ ਘਰ ਬਹੁਤ ਹੀ ਵਧੀਆ ਆਪਣਾ ਜਾਂ ਕਿਰਾਏ ਤੇ ਕਿਰਾਏ ਤੇ ਸੀ ਜੀ ਪਰ ਆਪਾਂ ਦੱਬ ਲਿਆ ਕਿਹੜਾ ਸਾਲਾ ਛਡਾ ਲੂ ਹਾਂਜੀ ਹੋਰ ਕੀ ਉਹ ਜੀ ਲੜਕੀ ਉਹ ਜੀ ਡਿਨਰ ਲਈ ਮੁਰਗੇ ਦਾ ਇੰਤਜ਼ਾਮ ਕਰ ਰਹੀ ਹੈ ਹਾਂਜੀ ਮੁਰਗਾ ਆਪ ਬਣਾਓ ਨਾ ਨਾ ਬਣਾਉਣਾ ਤਾਂ ਮੈਂ ਆ ਉਹ ਤਾਂ ਬਸ ਵੱਢ ਰਹੀ ਹੈ ਕੁੜੀ ਵੱਢ ਰਹੀ ਹੈ ਜੀ ਮੁਰਗਾ ਮੁਰਗੇ 'ਚ ਕਿਹੜੀ ਗੱਲ ਹੈ ਉਹਦਾ ਤਾਂ ਬੱਕਰੇ ਤੇ ਹੱਥ ਬਹੁਤ ਸਾਫ਼ ਹੈ ਭਾਈ ਹਾਂਜੀ ਇਹ ਜੀ ਸਾਡੇ ਘਰੇ ਸਭ ਮੁਰਗੇ ਵੱਢਣ ਵਾਲੇ ਕੰਮ ਕੁਮਨਾ ਥੋੜੇ ਵਿਆਹ ਤੋਂ ਬਾਅਦ ਨਹੀਂ ਵੱਢਿਆ ਕਰੂ ਜਿਉਂਦੇ ਮੁਰਗੇ ਨੂੰ ਸਿੱਧਾ ਸੀਟੀ ਮਰਵਾ ਦਿਆ ਕਰੂ ਮਨਿੰਦਰ ਸਾਡੀ ਬਸ ਨਿਕਲ ਜਾਣੀ ਹੈ ਹੈਨਾ ਗੱਲ ਸੁਣੋ ਜੀ ਬਸ ਦੀ ਚਿੰਤਾ ਨਾ ਕਰੋ ਤੁਸੀਂ ਹਾਂ ਸਾਡੀ ਬਿਟਿਆ ਲੰਡੀ ਜੀਪ ਤੁਹਾਨੂੰ ਆਪ ਛੱਡ ਕੇ ਆਊਗੀ ਜੇ ਛੱਡਣ ਗਈ ਲੇਟ ਹੋ ਗਈ ਜੀ ਕੱਲੀ ਕੁੜੀ ਰਾਤ ਦਾ ਟਾਈਮ ਚੋਰ ਚੱਕੇ ਪੁਲਿਸ ਬਿਲਕੁਲ ਚਿੰਤਾ ਨਾ ਕਰੋ ਜੀ ਚੋਰ ਪੁਲਿਸ ਦੀ ਉਹਦੀ ਤਾਂ ਸਿੱਧੀ ਦੋਵੇਂ ਪਾਸੇ ਸੈਟਿੰਗ ਹੈ ਹਾਂਜੀ ਮਨਿੰਦਰ ਸਾਡੀ ਆਖਰੀ ਬਸ ਤਾਂ ਨਿਕਲ ਜਾ ਅਸੀਂ ਚੱਲੀਏ ਅਸਤਾ ਸ਼ਕਾਰੀ ਕੁੜੀ ਨੂੰ ਮਿਲ ਕੇ ਜਾਓ ਕੁੜੀ ਪ੍ਰੀਤ ਮਨਿੰਦਰ ਦੇ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਗਲੇ ਮਿਲੋ ਨਾ How are you? ਉਹ ਭੈਣ ਜੀ ਨੂੰ ਗਲੇ ਮਿਲੋ ਜਿੱਦੀ ਮੁੰਡਿਆਂ ਨੂੰ ਪੈ ਜਾਂਦੀ ਹੈ ਸੌਰੀ ਬਹੁਤ ਭੋਲੀ ਹੈ ਹਾਂਜੀ ਹਾਂ ਨਹੀਂ ਬਸ ਠੀਕ ਹੈ ਮਨਿੰਦਰ ਚੱਲ ਸਾਡੀ ਬਸ ਨਿਕਲ ਜਾਣੀ ਹੈ ਬੜੇ ਹਿੰਮਤ ਵਾਲਿਓ ਜੀ ਬੱਕਰੇ ਮੁਰਗੇ ਆਪ ਹੀ ਓ ਜੀ ਬੜੀ ਫਨੀ ਸਟੋਰੀ ਹੈ ਓਕੇ ਚਲਿਓ ਇੱਕ ਵਾਰੀ ਕੀ ਹੋਇਆ ਸਾਡੇ ਘਰ ਨਾ ਪਿੰਡੋਂ ਬੜੇ ਸਾਰੇ ਮਹਿਮਾਨ ਆ ਗਏ ਡੈਡੀ ਘਰੇ ਹੈਗੇ ਨਹੀਂ ਸੀ ਹੈ ਮੈਂ ਸੋਚਾਂ 'ਚ ਪੈ ਗਈ ਮੈਂ ਕੀ ਕਰਾਂ ਮਟਨ ਮੁਟਨ ਅਸੀਂ ਬਾਹਰੋਂ ਤਾਂ ਮੰਗਾਉਂਦੇ ਹੈਗੇ ਨਹੀਂ ਤਾਂ ਮੈਂ ਕੀ ਕੀਤਾ ਫਰਸਟ ਟਾਈਮ ਲਾਈਫ 'ਚ ਪਹਿਲੀ ਵਾਰੀ ਡੈਡੀ ਦੀ ਬੋਤਲ 'ਚੋਂ ਇੱਕ ਮੋਟਾ ਜਿਹਾ ਪੈਗ ਲਾ ਲਿਆ ਅੱਛਾ ਪੈਗ ਲਾ ਕੇ ਚੜ ਗਈ ਮੈਨੂੰ ਫਿਰ ਤੇ ਹਿੰਮਤ ਆ ਗਈ ਮੈਂ ਪਿੱਛੋਂ ਹਵੇਲੀ 'ਚੋਂ ਬੱਕਰਾ ਫੜ ਕੇ ਲਿਆਈ ਮੈਂ ਬੱਕਰੇ ਨੂੰ ਫੜਾਂ ਬੱਕਰਾ ਮੇਰੇ ਹੱਥ 'ਚੋਂ ਨਿਕਲ ਜਾਵੇ ਮੈਂ ਵੀ ਫੜ ਕੇ ਝੜਕਾਤਾ ਫਿਰ ਕੀ ਬਸ ਇੱਕਦਮ ਤਾਜ਼ਾ ਮਟਨ ਫੜਾ ਕੇ ਵਰਤਾਤਾ ਫਿਰ ਮੈਂ ਹੱਸ ਹੱਸ ਕੇ ਕਮਲੀ ਹੋ ਗਈ ਜਦ ਮੈਂ ਵੇਖਿਆ ਬੱਕਰਾ ਸਾਡੀ ਹਵੇਲੀ 'ਚ ਤੁਰਦਾ ਫਿਰ ਤੂੰ ਕੁੱਤਾ ਸਾਡਾ ਗਾਇਬ ਸ਼ਰਾਬ ਕਰੀ ਹੋਈ ਸੀ ਨਾ ਪਰ ਤੂੰ ਜੋ ਪ੍ਰਾਹੁਣਿਆਂ ਨਾਲ ਕੀਤਾ ਹੈ ਨਾ ਉਹਨੂੰ ਕਹਿੰਦੇ ਆ ਕੁੱਤੇ ਖਾਣੀ ਸਾਡੀ ਬਸ ਨਿਕਲ ਜਾਣੀ ਮੈਂ ਤਾਂ ਚਲਦੀ ਆ ਪਰ ਤੂੰ ਬਾਚੋ ਅਜੀ ਸੱਚੀ ਗੱਲ ਜੀ ਅੱਛਾ ਭੈਣ ਜੀ ਤੇਰੀ ਮੈਨੂੰ ਨਾਲ ਲੈ ਜਾ ਭੈਣ ਜੀ ਜਵਾਬ ਤਾਂ ਦਿੰਦੇ ਜਾਂਦੇ ਬਸ ਜਵਾਬ ਹੀ ਸਮਝੋ ਉਹ ਕੁੜੀ ਵਿਚਾਰੀ ਤਾਂ ਰਾਤ ਨੂੰ ਕਛੂਆ ਛਾਪ ਨਹੀਂ ਬਾਲਦੀ ਕਿ ਕਿਤੇ ਕੋਈ ਮੱਛਰ ਨਾ ਮਰ ਜਾਵੇ ਤੇ ਅਸੀਂ ਉਸ ਤੋਂ ਕੁੱਤੇ ਬੱਕਰੇ ਮੁਰਗੇ ਸਭ ਢਾ ਲੇ ਬਸ ਹੁਣ ਆਪਾਂ ਨੂੰ ਨਾ ਇੱਕ ਵਾਹ ਯਾਦ ਜਿਹਾ ਮੁੰਡਾ ਚਾਹੀਦਾ ਜੋ ਚੰਗੀ ਤਰ੍ਹਾਂ ਜ਼ਲਾਲਤ ਖਲਾਰੇ ਮੇਰੇ ਘਰ ਦਿਆਂ ਸਭ ਹੋਰ ਵਾਲਾ ਹੀ ਕੁਝ ਨਹੀਂ ਜੀ ਸਮਝੋ ਹੋ ਗਿਆ ਹਾਂਜੀ ਕੀ ਬਾਤ ਹੈ ਬਲੀ ਸਾਹਿਬ ਹਾਂਜੀ ਮਾਮਾ ਜੀ ਆ ਜਾ ਮੇਰੇ ਸ਼ੇਰ ਹਾਂਜੀ ਹੈਲੋ ਜੀ ਕਾਕਾ ਇੱਕ ਕੰਮ ਕਰੇਗਾ ਕਰਾਂਗੇ ਮਾਮਾ ਜੀ ਮਿਹਨਤ ਤੋਂ ਤਾਂ ਆਪਾਂ ਭੋਰਾ ਨਹੀਂ ਡਰਦੇ ਸ਼ਾਬਾਸ਼ ਇਹਨਾਂ ਦੇ ਘਰ ਮੁੰਡਾ ਬਣ ਕੇ ਜਾਣਾ ਕਮਾਲ ਦੀ ਗੱਲ ਆ ਉਹ ਮੇਰੇ ਝਾਂਜਰਾਂ ਪਾਈਆਂ ਦੇਖ ਲਈਆਂ ਮੈਂ ਤਾਂ ਪਹਿਲੇ ਹੀ ਮੁੰਡਾ ਉਹ ਨਹੀਂ ਉਹ ਗੱਲ ਨਹੀਂ ਹੈ ਇਹਦੀ ਭੈਣ ਲਈ ਰਿਸ਼ਤਾ ਆ ਰਿਹਾ ਅੱਛਾ ਪਰ ਉਹ ਮੁੰਡਾ ਕਰੈਕਟਰਲੈਸ ਹੈ ਪਰ ਇਹਦੇ ਘਰ ਵਾਲੇ ਅੜੇ ਹੋਏ ਐ ਉੱਥੇ ਹੀ ਰਿਸ਼ਤਾ ਕਰਨਾ ਸਮਝ ਗਿਆ ਜਿਹੜੇ ਕਿ ਮੁੰਡੇ ਦਾ ਖੜਕੈਂਤਾ ਲਾਉਣਾ ਉਹ ਪਾ ਦੇਵਾਂਗੇ 6 ਮਹੀਨੇ ਲਈ ਬੈਠ ਤੇ ਮਾਮਾ ਜੀ ਮੈਂ ਬੈਠਾ ਟੈਨਸ਼ਨ ਨਾ ਲਓ ਉਹ ਤੂੰ ਆਪਣੇ ਪਿਓ ਦੀ ਚੈਰਿਟੀ ਚੋਂ ਬਾਹਰ ਨਿਕਲ ਅੱਛਾ ਜੀ ਤੂੰ ਉਸ ਮੁੰਡੇ ਦੀ ਥਾਂ ਸਾਡੇ ਨਾਲ ਜਾ ਕੇ
ਬੈਡ ਇੰਪ੍ਰੈਸ਼ਨ ਪਾਉਣਾ ਹੈ। ਠੀਕ ਕਹਿੰਦੇ ਸੀ ਬਾਪੂ ਜੀ, ਜਿਹੋ ਜਿਹਾ ਭੰਡ ਤੇਰਾ ਮਾਮਾ ਆਪ ਹੈ ਉਹੋ ਜਿਹਾ ਭੰਡ ਤੈਨੂੰ ਬਣਾ ਦੂਗਾ। ਯਾਰ ਬੱਲੀ ਸਾਹਿਬ, ਇਹ ਮੁੰਡਾ ਬੈਡ ਇੰਪ੍ਰੈਸ਼ਨ ਪਾਲੂਗਾ? ਉਹ ਇਹਦਾ ਤਾਂ ਪੈਂਦਾ ਹੀ ਬੈਡ ਇੰਪ੍ਰੈਸ਼ਨ ਹੈ। ਕਿਉਂ, ਮੇਰੇ ਗੱਲ ਕਰਦੇ ਦੇ ਮੂੰਹ ਚ ਔਲਾਲਾਂ ਦਿਖਦੀਆਂ ਨੇ ਜਾਂ ਮੈਂ ਹਕਲਾ ਕੇ ਬੋਲਦਾ ਵਾਂ? ਸੁਣਦੇ ਹੋ ਮੈਥੋਂ? ਵੈਰੀ ਗੁੱਡ, ਬਸ ਇੱਦਾਂ ਹੀ ਟੁੱਟ ਟੁੱਟ ਕੇ ਪਈ ਮੇਰੇ ਘਰਦਿਆਂ ਨੂੰ, ਮੇਰੇ ਘਰਦਿਆਂ ਦੇ ਤਾਂ ਡੇਲੇ ਬਾਹਰ ਆ ਜਾਣੇ ਆ। ਹੋਰ ਦੱਸੋ ਬੇਟਾ ਜੀ, ਰੁਚੀ ਕੀ ਹੈ ਆਪਣੀ? ਹੁਣ ਰੁਚੀ ਕਾਹਦੀ ਆਪਣੀ ਜੀ, ਉਹ ਤਾਂ ਸਾਲੀ ਬੀ ਏ ਚ ਛੱਡ ਦਿੱਤੀ ਸੀ ਜੀ। ਐਕਚੁਅਲੀ ਨਾ ਜੀ, ਬਾਹਲੀ ਜਗ੍ਹਾ ਹੀ ਪੇਚੇ ਪਾਏ ਹੋਏ ਸੀ ਜੀ ਰੁਚੀ ਸ਼ਰਮਾ ਨੇ ਤਾਂ। ਓਹੋ, ਪਾਣੀ ਤਾਂ ਪੀ ਲੈਣ ਦੇ ਮੁੰਡੇ ਨੇ। ਉਹ ਮੈਂ ਮੁੰਡੇ ਦੇ ਅੱਗੋਂ ਪਾਣੀ ਚੁੱਕ ਲਿਆ, ਗੱਲ ਕਰਾਂਗੇ ਤਾਂ ਗੱਲ ਖੁੱਲੇਗੀ ਨਾ। ਅੱਛਾ ਪੁੱਤਰ ਜੀ, ਕਵਿਤਾ ਨੂੰ ਕਿੰਨਾ ਗੁਲਾਈ ਕਰਦੇ ਹੋ ਤੁਸੀਂ? ਕਵਿਤਾ? ਓਹੋ, ਅੱਛਾ ਅੱਛਾ, ਉਹ ਬਾਲ ਕਿਸ਼ਨ ਦੀ ਕੁੜੀ ਦੀ ਗੱਲ ਕਰਦੇ ਆ? ਉਹ ਜੀ, ਲੋਕ ਤਾਂ ਐਵੇਂ ਗੱਲਾਂ ਬਣਾ ਦਿੰਦੇ ਆ, ਇਹ ਤਾਂ ਮੁਸ਼ਕਿਲ ਨਾਲ ਦੋ ਤਿੰਨ ਵਾਰੀ ਮਿਲਿਆ ਹੋਊ ਬਸ। ਤੁਸੀਂ ਦਵਾਈ ਖਾ ਕੇ ਸੌਂ ਜਾਓ ਥੋੜੀ ਦੇਰ। ਅੱਛਾ, ਉਹ ਪਰ ਮੈਂ ਆਪਾਂ ਨੂੰ ਕੁੜੀ ਪਸੰਦ ਆ, ਪਰ ਕੁੜੀ ਤੇ ਤੁਸੀਂ ਅਜੇ ਦੇਖੀ ਨਹੀਂ। ਓ ਜੀ, ਇਹ ਤਾਂ ਸ਼ਹਿਰ ਦੀ ਹਰ ਆਂਦੀ ਜਾਂਦੀ ਕੁੜੀ ਨੂੰ ਦੇਖਦਾ ਹੈ ਮੇਰਾ ਸ਼ੇਰ। ਹਾਂਜੀ, ਉਹਨਾਂ ਚੋਂ ਹੀ ਕੋਈ ਕਹੋ। ਹਾਂਜੀ, ਸਮਝਾ ਦੇਖ ਲਈ ਜੀ। ਕਾਲੇ ਜਵਾਨ, ਤੇਰੀਆਂ ਸੱਤ ਪੁਸ਼ਤਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ। ਦਫਾ ਹੋ ਜਾ, ਦਫਾ ਹੋ ਜਾ, ਦਫਾ ਹੋ ਜਾ। ਬਹਿ ਜਾ ਪੁੱਤ, ਬਹਿ ਜਾ, ਦਫਾ ਹੋ ਜੂ। ਕੀ ਗੱਲ ਹੋ ਗਈ ਕਾਕਾ ਜੀ? ਹਾਂ ਕਾਕਾ, ਬਗਾਨੀ ਥਾਂ ਆਏ ਆ, ਇੱਥੇ ਤੇ ਸਾਡਾ ਜਲੂਸ ਨਾ ਕੱਢ ਤੂੰ। ਸਾਲਿਆ, ਕਦੇ ਤਾਂ ਖੜਾ ਛੱਡਿਆ ਕਰ, ਨਹੀਂ ਦਾ ਚੱਲ ਦਫਾਓ। ਕੀ ਹੋ ਗਿਆ ਭੈਣ ਜੀ? ਭੈਣ ਜੀ, ਪਿਛਲੇ 4 ਸਾਲ ਤੋਂ ਪਤਾ ਨਹੀਂ ਕਿਹੜਾ ਕਾਲੀ ਚਰਨ ਹੈ, ਹਵਾ ਚਦੇ ਨਾਲ ਪੰਗੇ ਲੈਂਦਾ ਰਹਿੰਦਾ ਵਿਚਾਰੇ ਨਾਲ। ਇਹ ਮਤਲਬ ਕਾਲੀ ਚਰਨ ਸਿਰਫ ਇਹਨਾਂ ਨੂੰ ਦਿਸਦਾ ਕਿ ਤੁਹਾਨੂੰ ਵੀ ਕਦੇ ਦਰਸ਼ਨ ਹੋਏ? ਮੈਨੂੰ ਨਾ, ਇਹਨੂੰ ਹੀ ਦਿਸਦਾ ਹੈ ਬੇਟਾ, ਸਾਨੂੰ ਤੇ ਬਸ ਕਦੇ ਕਦੇ ਹਵਾ 'ਚ ਕਾਲਾ ਕਾਲਾ ਗੋਲਾ ਹੀ ਦਿਸਦਾ ਹੈ। ਹੋੜਾ ਹੋੜਾ ਸਾਲਾ ਮੇਰਾ। ਉਹ ਬੇਟਾ ਜੀ, ਨਿੱਕ ਪੋ ਕੇ ਸੋਫੇ ਤੋਂ ਉੱਠਾ ਜੀ, ਇਹਦਾ ਕੰਟਰੋਲ ਨਹੀਂ ਰਹਿੰਦਾ ਜੀ, ਇਹ ਤਾਂ 2-3 ਵਾਰੀ ਪੱਖੇ 'ਚ ਹੱਥ ਦੇ ਚੁੱਕਿਆ। ਪੱਖੇ 'ਚ? ਪਰ ਇਹ ਕਾਲੀ ਚਰਨ ਦਾ ਕੀ ਚੱਕਰ ਹੈ? ਕਾਲੀ ਚਰਨ ਅੰਕਲ? ਕਿਹੜੇ ਕਾਲੀ ਚਰਨ ਜੀ? ਆ ਸੁਣ ਲਓ, ਜਿਹੜਾ ਆਪਣੇ ਉੱਪਰ ਆਇਆ ਸੀ। ਮੈਂ ਤਾਂ ਜਦੋਂ ਦਾ ਇੱਥੇ ਹੀ ਬੈਠਾ ਜੀ, ਮੈਨੂੰ ਕੀ ਪਤਾ ਤੁਹਾਡੇ ਉੱਪਰ ਕੌਣ ਆਉਂਦਾ ਤੇ ਕੌਣ ਜਾਂਦਾ। ਹਾਂਜੀ, ਤੂੰ ਹੁਣ ਦੁਬਾਰਾ ਮਰੇਗਾ ਮੇਰੇ ਹੱਥੋਂ। ਭਾਈ ਸਾਹਿਬ, ਕਾਲੀ ਚਰਨ ਦੁਬਾਰਾ ਪ੍ਰਗਟ ਹੋਏ ਸੀ? ਕੌਣ ਨੇ ਜੀ ਇਹ ਕਾਲੀ ਚਰਨ ਜੀ? ਸ਼ੁਕਰ ਕਰੋ ਕਾਕਾ ਜੀ, ਕਾਲੀ ਚਰਨ ਜੀ ਛੇਤੀ ਚਲੇ ਗਏ, ਨਹੀਂ ਤਾਂ ਤੁਸੀਂ ਤਾਂ ਫੇਰ ਪੱਖੇ ਛਾ ਦੇਣ ਲੱਗੇ ਸੀ। ਤੁਸੀਂ ਪੱਖਾ ਹੀ ਬੰਦ ਕਰ ਦਿਓ, ਕਾਲੀ ਚਰਨ ਨੇ ਤਾਂ ਆਉਂਦੇ ਜਾਂਦੇ ਰਹਿਣਾ, ਫੇਰ ਟੰਟਾ ਪੈ ਜੂ। ਮੈਂ ਕਹਿੰਦੀ ਆ ਕੁੜੀ ਨੂੰ ਬੁਲਾ ਹੀ ਲੈਨੇ ਆ ਆਪਾਂ। ਨਹੀਂ ਨਹੀਂ, ਉਹ ਤਾਂ ਤਿਆਰ ਹੀ ਨਹੀਂ ਹੋਈ ਹੋਣੀ ਹਲੇ। ਉਹ ਤਾਂ ਜੀ ਹਲੇ ਸੌ ਕੇ ਨਹੀਂ ਉੱਠੀ ਹੋਣੀ। ਅੱਜ ਲਓ ਜੀ, ਪ੍ਰੀਤ ਆ ਹੀ ਗਈ। ਲੈ ਬਈ ਮਨਿੰਦਰ, ਦੇ ਲੈ ਕੁੜੀ। ਉਹ ਸਾਲੇ ਕਾਲੀ ਚਰਨ ਦਾ ਪਤਾ ਨੀ ਕਦੋਂ ਆ ਜਾਵੇ। ਕਾਲੀ ਚਰਨ ਹੁਣ ਨੀ ਆਉਂਦਾ ਜੀ। ਕਾਲੀ ਚਰਨ ਇਹੋ ਜਿਹੀਆਂ ਚੀਜ਼ਾਂ ਭਲਾ ਦੱਸ ਕੇ ਆਉਂਦੀਆਂ ਹੁੰਦੀਆਂ, ਕਦੋਂ ਉਹਨੇ ਆ ਜਾਣਾ ਕੀ ਪਤਾ। ਹੁਣ ਤਾਂ ਔਖਾ ਹੀ ਆਊਗਾ ਜੀ। ਮਨਿੰਦਰ, ਇੰਨੀ ਗੌਰ ਨਾਲ ਨੀ ਦੇਖੀਦਾ, ਐਵੇਂ ਕੋਈ ਨੁਕਸ ਹੀ ਦਿਸ ਪੈਂਦਾ। ਹੁਣ ਤਾਂ ਸਾਰੇ ਨੁਕਸ ਦੂਰ ਹੋ ਗਏ ਲੱਗਦੇ ਆ। ਉੱਪਰ ਕੁਝ ਹੈ ਕਿ ਮੈਨੂੰ ਭੁਲੇਖਾ ਜਿਹਾ ਪਈ ਜਾਂਦਾ? ਹਾਂ, ਉੱਪਰ ਤਾਂ ਮਾਮਾ ਪੱਖਾ ਹੀ ਆ। ਨਹੀਂ, ਉਹ ਫੇਰ ਵੀ ਜ਼ਰਾ ਗੌਰ ਨਾਲ ਵੇਖ ਲਓ, ਕਿਤੇ ਉਹ ਕਾਲੀ ਚਰਨ ਆਇਆ ਹੋਵੇ ਉੱਤੇ। ਆਉਂਦੀਆਂ ਤਾਂ ਉਹ ਚੀਜ਼ਾਂ ਨੇ ਬਾਈ ਜੀ, ਜਿਹੜੀਆਂ ਹੋਣ। ਸਾਫ਼ ਸਾਫ਼ ਗੱਲ ਕਰੋ ਕਾਕਾ ਜੀ, ਇਹ ਤਾਂ ਅੱਗੇ ਠੀਕ ਨਹੀਂ ਰਹਿੰਦਾ। ਮੈਂ ਦੱਸਦਾ ਜੀ ਸਾਰੀ ਗੱਲ ਸਾਫ਼ ਸਾਫ਼। ਵੇਖੀ, ਸਾਫ਼ ਕਰਨ ਲੱਗਾ ਕਿਤੇ ਗੰਦ ਹੀ ਨਾ ਪਾ ਦੇਈਂ ਵੀਰ। ਅਖ਼ਬਾਰ 'ਚ ਪੜ੍ਹ ਕੇ ਜੀ ਅਸੀਂ ਕੁੜੀ ਦੇਖਣ ਤਾਂ ਆ ਗਏ, ਪਰ ਤੁਹਾਡੀ ਅਮੀਰੀ ਦੇਖ ਕੇ ਸਾਨੂੰ ਲੱਗਿਆ ਕਿ ਸਾਡੀ ਹੈਸੀਅਤ ਤੁਹਾਡੇ ਅੱਗੇ ਬੜੀ ਛੋਟੀ ਹੈ। ਅਸੀਂ ਐਡੇ ਵੱਡੇ ਘਰ ਨਾਲ ਮੱਥਾ ਨਹੀਂ ਲਾ ਸਕਦੇ, ਅਤੇ ਅਸੀਂ ਆਉਂਦਿਆਂ ਨੇ ਇਹ ਪਲੈਨਿੰਗ ਕੀਤੀ ਕਿ ਇਸ ਰਿਸ਼ਤੇ ਦੇ ਲਈ ਅਸੀਂ ਤੁਹਾਡੇ ਤੋਂ ਹੀ ਨਾਂਹ ਕਰਵਾ ਦੇਣੀ ਆ। ਸੱਚਾਈ ਤਾਂ ਇਹ ਆ ਕਿ ਮੈਂ ਤਾਂ ਕਦੇ ਕਾਲੀ ਚਰਨ ਨੂੰ ਦੇਖਿਆ ਵੀ ਨਹੀਂ, ਅਤੇ ਨਾ ਹੀ ਮੇਰਾ ਇਹ ਹੱਥ ਕਦੇ ਪੱਖੇ 'ਚ ਆਇਆ। ਮੰਮੀ ਜੀ, ਡੈਡੀ ਜੀ, ਮੈਨੂੰ ਮਾਫ਼ ਕਰ ਦਿਓ, ਮੈਂ ਇਹਨਾਂ ਦੀ ਸ਼ਰੀਫੀ, ਸਾਦਗੀ, ਲੜਕੀ ਦੀ ਮਾਸੂਮੀਅਤ ਤੇ ਭਾਈ ਸਾਹਿਬ ਉਹਨਾਂ ਦਾ ਭੋਲਾਪਣ ਦੇਖ ਕੇ ਇਹ ਝੂਠ ਦਾ ਹੋਰ ਡਰਾਮਾ ਨਹੀਂ ਕਰ ਸਕਦਾ। ਇਹੀ ਸੱਚਾਈ ਹੈ। ਹੁਣ ਤੁਸੀਂ ਭਾਵੇਂ ਇਸ ਰਿਸ਼ਤੇ ਲਈ ਹਾਂ ਕਰੋ ਤੇ ਭਾਵੇਂ ਨਾ। ਬੇਟਾ ਜੀ, ਖੜੇ ਹੋਵੋ, ਇੱਧਰ ਆਓ ਮੇਰੇ ਕੋਲ। ਅਰਜ਼ ਕੀਤਾ ਪੁੱਤਰ ਜੀ, ਇੰਨਾ ਸੱਚ, ਇੰਨੀ ਸ਼ਰਾਫਤ, ਇੰਨੀ ਸਾਫ਼ ਗੋਈ, ਇੱਦਾਂ ਦਾ ਪੁੱਤਰ ਤੇ ਵਿਰਲਾ ਹੀ ਜੰਮਦਾ ਕੋਈ। ਕੀ ਡਰਾਮਾ ਹੋ ਰਿਹਾ ਯਾਰ ਵੈਸੇ? ਹੈਂ, ਸਾਨੂੰ ਕੀ ਪਤਾ ਯਾਰ, ਪਹਿਲਾਂ ਝੂਠ ਸੀਗਾ ਕਿ ਹੁਣ ਝੂਠ ਹੈ। ਸ਼ਾਂਤ ਰਹਿ ਪੁੱਤਰ, ਅਸੀਂ ਉਮਰ ਖਾਧੀ ਹੈ,
मैं इस मुंडे दी अखां देख के दस सकदी हां के हुण सच बोल रहा है। ओए मनिंदर की पागलपन कर रहे हैं। हां जे सख्त ते पैरा तड़ा पागलपन है ते मैं पागल हां। जे किसे नु सही गल दसणा पागलपन है ते मैं पागल हां। हां मैं पागल हां मैं पागल हां एदा ना बोलो जीजा जी। ओ पुत्तर तू घबरा ना, साडी अमीरी भी सिर्फ विखावे दी है। कोठी साडी बैंक कोल प्लेज होई पई है, गड्डियां साडियां किस्तां ते ने, ते कमेटी चुके ता पिछले महीने सारे जने सी मनी करन होके आए हां। सानू ता रिश्ता मंजूर है जी, तू की कहनी है पुत्तर? तेनू प्यार करदा कुड़ी, रख के चपेड़ मार दी है। बल्लीबाजी बल्लीबाजी कटो उन फरार पांजे नु बाहर अपने नु। ओ की हो गया तो पता की होया? ठंडा हो यार। की ठंडा हो, तोड़े सामने गंद पिया सारा जेड़ा पाया। ओ मामा जी, ओ हेलो गल सुन। ਇਹਦੀ ਭੈਣ ਨਾਲ ਮੇਰਾ ਵਿਆਹ ਤਾਂ ਤੁਸੀਂ ਉਹ ਕਰਾਉਣਾ, ਹੁਣ ਤੁਹਾਡੀ ਮਰਜ਼ੀ ਆ। ਤੁਸੀਂ ਮਿਲਣੀ ਵਾਲੇ ਕੰਬਲ ਲੈ ਕੇ ਕਰਾਉਣਾ ਜਾਂ ਆਪਣੇ ਉੱਤੇ ਕੰਬਲ ਪਵਾ ਕੇ ਆਪਣੀ ਕੰਬਲ ਕੁੱਟ ਕਰਾ ਕੇ ਕਰਾਉਣਾ। ਦੇਖ ਵੀਰ, ਜੇ ਮੈਂ ਬਦਮਾਸ਼ ਬਣਨਾ ਹੁੰਦਾ ਨਾ, ਮੈਂ ਆਪਣੇ ਪਿਓ ਦਾ ਘਰ ਛੱਡ ਕੇ ਨਾ ਇੱਥੇ ਮਾਮਾ ਜੀ ਕੋਲੇ ਕੰਮ ਲੱਭਣਾ ਆਉਂਦਾ। ਪ੍ਰੀਤ ਤਾਂ ਮੈਨੂੰ ਪਹਿਲੀ ਨਜ਼ਰੇ ਚੰਗੀ ਲੱਗੀ, ਮੈਨੂੰ ਲੱਗਦਾ ਮੈਂ ਵੀ ਪ੍ਰੀਤ ਨੂੰ ਚੰਗਾ ਲੱਗਿਆ ਤੇ ਮੈਂ ਉਹਨੂੰ ਖਾਨਦਾਨੀ ਲੋਕਾਂ ਕੋਲ ਵਿਆਹ ਕੇ ਲਿਆਉਣਾ ਚਾਹੁੰਦਾ। ਚਲੇ ਮੈਂ ਆਪਣੀ ਭੈਣ ਵਾਸਤੇ ਕਿਸੇ ਚੰਗੇ ਮੁੰਡੇ ਦੇ ਸੁਪਨੇ ਵੇਖੇ ਹੋਏ ਆ। ਵੀਰੇ ਸੁਪਨੇ ਬਹੁਤੇ ਕਲੀਅਰ ਨਹੀਂ ਹੁੰਦੇ, ਲਾਈਟਿੰਗ ਨਹੀਂ ਨਾ ਹੁੰਦੀ। ਮੈਨੂੰ ਲੱਗਦਾ ਜਿਹੜਾ ਮੁੰਡਾ ਤੇ ਸੁਪਨੇ 'ਚ ਦੇਖਿਆ ਉਹ ਮੈਂ ਹੀ ਆ। ਹੁਣ ਆਪਣੀ ਭੈਣ ਨੂੰ ਜਾ ਕੇ ਸਮਝਾ ਵੀ ਫੇਸਬੁੱਕ ਚੈੱਕ ਕਰੇ, ਮੈਂ ਉਹਨੂੰ ਫਰੈਂਡ ਰਿਕੁਐਸਟ ਭੇਜ ਰਿਹਾ। ਆਪਣੀ ਭੈਣ ਦੇ ਕੰਪਿਊਟਰ 'ਚ ਭਾਵੇਂ ਕੋਲੋਂ ਨਾ ਵਾਇਰਸ ਪਾਉਣਾ ਪਵੇ, ਮੈਨੂੰ ਤੇਰੀ ਫਰੈਂਡ ਰਿਕੁਐਸਟ ਨਹੀਂ ਐਕਸੈਪਟ ਹੋਣ ਦਿੰਦਾ ਮੈਂ। ਸਿਆਣਾ ਬਣ ਮੇਰੇ ਵੀਰ, ਆਪਣੀ ਭੈਣ ਨੂੰ ਕਹਿ ਵੀ ਮੇਰੀ ਫਰੈਂਡ ਰਿਕੁਐਸਟ ਐਕਸੈਪਟ ਕਰ ਲੈ, ਨਹੀਂ ਤਾਂ ਉਹਨੂੰ ਕਾਫੀ ਕੁਝ ਐਕਸੈਪਟ ਕਰਨਾ ਪੈ ਜਾਣਾ। ਬੇਟਾ ਜੀ, ਆ ਗੁਲਾਬ ਜਾਮਣ ਤਾਂ ਓਵੇਂ ਦੇ ਓਵੇਂ ਪਏ ਆ। ਓ ਮੰਮੀ ਜੀ, ਜਦੋਂ ਤੁਸੀਂ ਆਪਣੇ ਬਾਗ ਦਾ ਗੁਲਾਬ ਮੇਰੀ ਝੋਲੀ ਚ ਪਾਤਾ, ਆ ਜਾਮਣ ਜੁਮਣ ਚ ਕੀ ਰੱਖਿਆ ਜੀ? ਸਾਰਾ ਡਰਾਮੇ ਬਾਜ, ਅਸੀਂ ਤਾਂ ਦੇਖੋ ਜੀ ਪਿਆਰ ਦੇ ਭੁੱਖੇ ਆ। ਨਾਲੇ ਜਾਮਣ ਦਾ ਕੀ ਆ ਜੀ, ਤਾਂ ਮਾਰਕੀਟ ਦੇ ਵਿੱਚੋਂ 5 ਰੁਪਏ ਦਾ ਮਿਲ ਜਾਂਦਾ। ਜਦੋਂ ਕਾਕਾ ਕਿਤੇ ਤੂੰ ਮੁੱਲ ਲੈ ਕੇ ਖਾਧਾ ਹੋਣਾ ਉਦੋਂ 5 ਦਾ ਸੀਗਾ, ਹੁਣ 10 ਦਾ ਹੋ ਗਿਆ। ਵੈਸੇ ਲਾ ਲਓ ਜੁਆਰਾ ਕਾਕਾ ਜੀ ਨੂੰ, ਗੁਲਾਬ ਜਾਮਣ ਦਾ ਰੇਟ ਨਹੀਂ ਪਤਾ। ਉਹ ਬਾਈ ਜੀ, ਕਬੀਲਦਾਰੀ ਚ ਪੈਣ ਲਈ ਆਟੇ ਦਾਲ ਦਾ ਭਾਅ ਪਤਾ ਹੋਣਾ ਚਾਹੀਦਾ। ਆ ਜਾਮਣ ਤਾਂ ਲਗਜ਼ਰੀ ਆਈਟਮਾਂ ਜੀ। ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਹਾਂਜੀ, ਗੱਲ ਤਾਂ ਸਿਆਣੀ ਹੈ। ਕੀ ਸਿਆਣੀ ਗੱਲ? ਜਨਰਲ ਨੌਲੇਜ ਵੀ ਕੋਈ ਚੀਜ਼ ਹੁੰਦੀ ਹੈ। ਲਓ ਜੀ, ਤੁਸੀਂ ਮੈਨੂੰ ਕੁੜੀ ਦੇਣੀ ਹੈ ਕਿ ਡਿਗਰੀ ਦੇਣੀ ਹੈ ਜੀ? ਗੱਲ ਤਾਂ ਸਿਆਣੀ ਹੈ ਮੁੰਡੇ ਦੀ। ਹਾਂਜੀ, ਗੱਲ ਤਾਂ ਸਿਆਣੀ ਹੈ। ਲਓ ਜੀ, ਪ੍ਰੀਤ ਆ ਗਈ ਚਾਹ ਲੈ ਕੇ। ਹੈਲੋ, ਆ ਖਾਨਦਾਨੀ ਘਰਾਂ ਦੀਆਂ ਕੁੜੀਆਂ ਤਾਂ ਵਿੱਚ ਆ ਕੇ ਨਹੀਂ ਪੈਂਦੀਆਂ ਹੁੰਦੀਆਂ? ਕੋਈ ਨੀ ਵੀਰ ਜੀ, ਮੈਂ ਸਾਈਡ ਤੇ ਬਹਿ ਜਾਂਦੀ ਹਾਂ। ਔਰ ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਵਿੱਚ ਆ ਕੇ ਨਹੀਂ ਪੈਂਦੀਆਂ ਹੁੰਦੀਆਂ। ਉਹ ਬੇਟਾ ਜੀ, ਅਸੀਂ ਸਾਰੇ ਚੱਲਦੇ ਆ, ਇਹਨਾਂ ਦੋਵਾਂ ਨੂੰ ਬਹਿ ਕੇ ਗੱਲਾਂ ਕਰਨ ਦਿਓ। ਗੱਲ ਤਾਂ ਸਿਆਣੀ ਹੈ ਡੈਡੀ ਜੀ ਦੀ। ਕੀ ਗੱਲਾਂ ਕਰਨੀਆਂ? ਹੈ, ਹੋ ਗਈਆਂ ਗੱਲਾਂ? ਤੁਸੀਂ ਨਾ, ਅਗਲੀ ਨੇ 100 ਗੱਲਾਂ ਪੁੱਛਣੀਆਂ ਹੁੰਦੀਆਂ। ਕਿਉਂ 100 ਗੱਲਾਂ ਨੂੰ ਨਾ ਕਮੇਟੀ ਪਾਈ ਆਪਸ? ਜਦੋਂ ਮੈਂ ਤੈਨੂੰ ਵੇਖਣ ਗਿਆ ਸੀ 2 ਗੱਲਾਂ ਕੀਤੀਆਂ ਸੀ ਆਪਾਂ। ਹਾਂਜੀ ਭਾਜੀ, ਤੁਹਾਡਾ ਤਾਂ ਲੱਕੀ ਨੰਬਰ ਹੀ 2 ਆ।
अच्छा तुसी मेनू नहीं कभी दसिया बड़े दो नंबरी हो तुसी आ मम्मा जी आ डैडा जी देखो घर घर हुंदा बार बार हुंदा जे तुहाडी इजाजत होए मैं प्रीत नूं ले जाके बार गुलाब जामण खिला लेवां इसे बहाने गुलाब जामण दा रेट पता लग जू वे 5 दी है के 10 दी है गल तां सियाणी है मुंडे दी की सियाणी गल किते नहीं जाणा हैगा बार बार हां बेटे तुसी जाओ घुमण ए दी ना सुनो ए तां ब्याह तों बाद नहीं अनु नूं घुमाउण लेके गया हां जिम्मेवारी भी डबल है ना जी मतलब परिवार भी नौकरी भी दो दो चीजा प्रीत ज्यादा दूर नहीं जाना फिर किते इत्थे नेड़े तेड़े घूमे हो यार थैंक यू मम्मा थैंक यू डैडा हुण तां आप जी नूं गुलाब जामुन दा रेट पता ही लग गया होना वाहरी वाह व्हाट अ ब्यूटीफुल प्लेस है ना जी तत्ती ना भाई जी थैंक यू हाटम हाट लव जी वैसे तुहाडा नाम बड़ा सोहना है मनिंदर सोहा सोहना जी मनिंदर मैं तो आपका नाम सुन के नींद आने लग जाती है मनिंदर ऐदा ना कहो मेरे मनिंदर नु मनिंदर कितों हो गया तुहाडा मतलब तुसी मेरे नाम नु पसंद करते हो कि मेनू पसंद करते हो पसंद तो मैं तुहानू ही करती हां पावे तुहाडा नाम मनिंदर होवे पावे बलविंदर पावे जीता होवे हां जी जीता छी लगदा किसी पिंड दे बदमाश दा नाम है घर दे भी ना रखण तो पहला सोचदे नहीं जिहदा नाम ही रखता पप्पू उहने सुआह डीसी लगना डीसी पप्पू केड़ियां गल्लां लैके बह गए तुहानू प्रीता पसंद है हां जी अच्छा जीते मनिंदर मनिंदर मैनू एक गल समझ च नहीं आई तुहाडे ते तुहाडी मम्मी च सिर्फ 5-7 साल दा फर्क लगदा क्यों ओ नचदे बहुत ने ना जी की आ मतलब नचदे टपदे रहंदे एक्सरसाइज बहुत करदे इसलिए मॉडर्न मॉम यस ओ वाओ फिर ता व्याह तो बाद मैनू बाहर काम करन तो नहीं रोकणगे ओ ता आप काम करन दे बहुत शकीन ने जी फिर उहनां नूं भी पुछ लो ना कि मैं बाहर के काम करा ला उहनां नूं कहणा डीजे पा लो डीजे छी मैनू डांस दा बड़ा शौक है अच्छा जे मैं डांस अकेडमी खोलना ता मम्मी जी नु कोई एतराज ते नहीं होगा एतराज ओए उना ने ता कहणा मैं अकेडमी दी प्रिंसिपल लग जानी आ चक्को गुलाब जमण के राए रगड़ दो जी अनु अनु ले भी तेरा सपना पूरा हो गया ही हाय की होए मम्मी जी नु नी मैं केड़े तेरे मां मार ले जड़े तू एदी मां नु मार लगी है देख नहीं नहीं आजकल तो वैसे भी मम्मी जी नुआं दी थिंकिंग है ना सास होवे ते चंगी होवे नहीं ते कंध ते फोटो टंगी होवे आ तेरा बचपन दा सपना सी ना ते शो वेखन दा वो आज पूरा हो जाना ए सपना तो मैं कदी सपने विच नहीं वेख्या आया पर मेरे सपने ही तो एक दिन लड़ी जांदी सी मेरे ना मेनू कदे स्टेज शो नहीं विखाया स्टेज शो नहीं विखाया हां फट 5 पास एक तेरा एक मेरा ते बाकी तेन मल्ले च वंड दे मां प्यो नु भी मल्ले च वंड दे ਉਹ ਅਸੀਂ ਇੱਥੇ ਚੌਕੀਦਾਰੀ ਲਈ ਬੈਠੇ ਆ ਮੈਂ ਸੋਚਦਾ ਸੀ ਡੈਡੀ ਕਿ ਤੁਹਾਨੂੰ ਸਮਝ ਹੀ ਨਹੀਂ ਆਉਣਾ ਸਟੇਜ ਸ਼ੋ ਗੱਲ ਤਾਂ ਸਿਆਣੀ ਹੈ ਮੁੰਡੇ ਦੀ ਸਵਾ ਗੱਲ ਸਿਆਣੀ ਹੈ ਕਾਕਾ ਸਾਡੇ ਗੋਡੇ ਖਰਾਬ ਹੋਏ ਆ ਦਿਮਾਗ ਨਹੀਂ ਕਿ ਸ਼ੋ ਸਾਨੂੰ ਸਮਝ ਹੀ ਨਹੀਂ ਆਉਣਾ ਨਹੀਂ ਡੈਡੀ ਵੀਰ ਨੂੰ ਤਾਂ ਸਿਰਫ ਪਾਬੀ ਦਿਸਦੀ ਹੈ ਅਸੀਂ ਤਾਂ ਜਿਵੇਂ ਤੁੰਦ 'ਚ ਖੜੇ ਆ ਨਹੀਂ ਨਹੀਂ ਮੈਂ ਤਾਂ ਇਹ ਸੀਗਾ ਵੀ ਤੁਹਾਡਾ ਸਟੇਜ ਸ਼ੋ 'ਚ ਕੀ ਇੰਟਰਸਟ ਹੈਨਾ ਵਾਹ ਓਏ ਸ਼ੇਰਾ ਸਾਡਾ ਕੀ ਇੰਟਰਸਟ ਓਏ ਮੈਂ ਬਚਪਨ 'ਚ ਰਾਮਲੀਲਾ 'ਚ ਕੰਮ ਕਰਦਾ ਰਿਹਾ ਤੇ ਮੇਰੇ ਤੋਂ ਸੋਹਣੀ ਚਾਚੀ ਤਾੜਕਾ ਤਾਂ ਅਜ ਤੱਕ ਰਾਮਲੀਲਾ 'ਚ ਬਣੀ ਹੋਈ ਨਹੀਂ ਹਾਂ ਮੈਂ ਤਾਂ ਛੋਟੇ ਹੁੰਦੇ ਸਕੂਲੇ ਬ੍ਰੇਕ ਡਾਂਸ ਕਰਦੀ ਰਹੀ ਹਾਂ ਆਹੀ ਮੇਰੇ ਜੰਮਦੇ ਦੇ ਪਲਸਤਰ ਲੱਗ ਗਿਆ ਸੀ ਕਹਿੰਦੇ ਕਾਕੇ ਦੀਆਂ 3 ਹੱਡੀਆਂ ਟੁੱਟੀਆਂ ਹੋਈਆਂ ਚਲੋ ਸਰਸਵਤੀ ਦੇ ਬੱਚਿਓ ਤਿਆਰ ਹੋਵੋ ਪਾਓ ਕੱਪੜੇ ਚੱਲੀਏ ਸ਼ੋਅ ਵੇਖਣ ਚੱਲ ਮੇਰੇ ਕੱਪੜੇ ਕੱਢ ਸ਼ੁਕਰੀਆ ਮਿਹਰਬਾਨ ਰੌਣਕ ਮੇਲਾ 2013 ਚ ਇਸ ਪੇਸ਼ਕਾਰੀ ਤੋਂ ਬਾਅਦ ਹੁਣ ਆ ਰਹੀ ਆ ਨੌਜਵਾਨ ਦਿਲਾਂ ਦੀ ਧੜਕਣ ਇਸ ਮਹਿਫਲ ਦੀ ਜਿੰਦ ਜਾਨ ਆਪਣੇ ਠੁਮਕਿਆਂ ਦਾ ਜਾਦੂ ਚਲਾਉਣ ਲਈ ਪੰਜ ਤੇ ਆ ਰਹੀ ਹੈ ਉਹ ਨਾਜ਼ੁਕ ਤਿਤਲੀ ਬਿਜਲੀ ਦੀ ਤਾਰ ਜਿਹਨੂੰ ਵੇਖ ਕੇ ਹਰ ਗੱਭਰੂ ਮਾਰਦਾ ਹੈ ਸੀਟੀ ਪੇਸ਼ ਹੈ ਤੁਹਾਡੀ ਨਜ਼ਰ ਸਵੀਟੀ 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 ਯਾਰ ਉਹ ਹੀ ਲੱਗਦਾ ਯਾਰ ਉਹ ਸਾਰਜਾ ਤੂੰ ਇੱਕ ਮਿੰਟ ਹਾਏ ਬਾਸ ਅੱਗੇ ਤਾਂ ਜਲੂਸ
ਵੈਸੇ ਹੈ ਨਹੀਂ ਉਹ ਤੁਸੀਂ ਮਹਿੰਦਰ ਨੂੰ ਫੋਨ ਕਰਕੇ ਪੁੱਛੋ ਪੁੱਛੋ ਉਹ ਚੰਮੀ ਕਿੱਥੇ ਪੁੱਛੋ ਸਾਹਮਣੇ ਆ ਹੋਰ ਕਿੱਥੇ ਆ ਵੈਸੇ ਉਹ ਹੈ ਨਹੀਂ ਪਰ ਜੇ ਹੈ ਵੀ ਤਾਂ ਕੀ ਮਾੜੀ ਗੱਲ ਹੁਣ ਸਾਰੀ ਉਮਰ ਨੂੰਹਾਂ ਨੇ ਥੋੜ੍ਹਾ ਕਮਾਈਆਂ ਕਰਦੀਆਂ ਰਹਿਣਾ ਸੱਸਾਂ ਨੂੰ ਵੀ ਹੱਥ ਪੈਰ ਮਾਰਨੇ ਚਾਹੀਦੇ ਆ ਨਾ ਆਪਾਂ ਇੱਥੋਂ ਚੱਲਦੇ ਆ ਤੁਸੀਂ ਫੋਨ ਕਰੋ ਜੀ ਤੁਸੀਂ ਸਾਰੇ ਬਾਹਰ ਆਓ ਮੈਂ ਫੋਨ ਕਰਦਾ ਮੁੰਡੇ ਨੂੰ ਜੀ ਗੱਲ ਤੇ ਸੁਣੋ ਮੇਰੀ ਵੇਖੋ ਪਤਾ ਕੀ ਹੈ ਇਸ ਕੰਮ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਸੱਸ ਜੋ ਵੀ ਹੈਗੀ ਹੈ ਕਈ ਵਾਰੀ ਕੋਈ ਚੰਗਾ ਰਿਸ਼ਤਾ ਆ ਰਿਹਾ ਹੁੰਦਾ ਨਾ ਅੱਖਾਂ ਮੀਟਣੀਆਂ ਪੈਂਦੀਆਂ ਕਈ ਗੱਲਾਂ ਤੋਂ ਹਾਂ ਹਾਂ ਗੱਲ ਤਾਂ ਸਿਆਣੀ ਹੈ ਮੁੰਡੇ ਦੀ ਸੌ ਗੱਲ ਸਿਆਣੀ ਹੈ ਮੇਰੇ ਨਾਲ ਬਾਹਰ ਆਓ ਸਾਰੇ ਪਰ ਜਿਹੜੀ ਬੜੀ ਸੱਸ ਦੀ ਸੋਚੇ ਕਿ ਮੇਰੇ ਡਾਂਸ ਕਰੀ ਛੱਡ ਕੇ ਚਲੇ ਗਏ ਲੱਗ ਗਿਆ ਹੈਲੋ ਆ ਬੇਟਾ ਮਾਤਾ ਜੀ ਕਿੱਥੇ ਨੇ ਆ ਕਟੜੇ ਵੀ ਤੇ ਜਵਾਲਾ ਜੀ ਵੀ ਨਹੀਂ ਨਹੀਂ ਮੈਂ ਤੁਹਾਡੇ ਮਾਤਾ ਜੀ ਬਾਰੇ ਪੁੱਛ ਰਿਹਾ ਉਹ ਤਾਂ ਜੀ ਪਰਮਾਤਮਾ ਜੀ ਕੋ ਚਲੇ ਗਏ ਜੀ ਕੀ ਮਤਲਬ ਪਰਮਾਤਮਾ ਦੀ ਭਗਤੀ ਚ ਲੀਨ ਨੇ ਜੀ ਇਸ ਟਾਈਮ ਉਹ ਬੇਟਾ ਇੱਕ ਮਿੰਟ ਗੱਲ ਤਾਂ ਕਰਾ ਦਿਓ ਬਿਨਾਂ ਬੋਲੇ ਹੀ ਗੱਲ ਕਰਨੀ ਪੈਣੀ ਹੈ ਜੀ ਇਸ਼ਾਰਿਆਂ ਨਾਲ ਇਸ਼ਾਰਿਆਂ ਨਾਲ ਗੱਲ ਤੁਸੀਂ ਛੱਡੋ ਆਪਾਂ ਘਰ ਹੀ ਚੱਲਦੇ ਆ ਜੀ ਦੇਖੋ ਬੇਟਾ ਜੀ ਕੁੜਮਣੀ ਨੂੰ ਇਸ਼ਾਰੇ ਕਰਦੇ ਚੰਗੇ ਨਹੀਂ ਲੱਗਦੇ ਅਸੀਂ ਘਰੇ ਹੀ ਆ ਜਾਂਦੇ ਆ ਘਰੇ ਚਲੋ ਬਈ ਗਾਣਾ ਖਤਮ ਹੋਣ ਵਾਲਾ ਸੀ ਮੈਂ ਕਹਿੰਦਾ ਸ਼ਹਿਰ ਵਿੱਚ ਰੌਲਾ ਪੈ ਗਿਆ ਵੇਖ ਹੀ ਜਾਂਦੇ ਅੱਛਾ ਚਲੋ ਜੇ ਪ੍ਰੀਤ ਦੀ ਸੱਸ ਹੀ ਨਿਕਲੀ ਫਿਰ ਤੇ ਘਰੇ ਹੀ ਵੇਖ ਲਿਆ ਕਰਾਂਗੇ ਓ ਯਾਰ ਚੱਲਣ ਦੀ ਗੱਲ ਆ ਛੋਟੂ ਹਾਂਜੀ ਜਨਾਨੀ ਬਣ ਜਾ ਮਾਲਕੋ ਆ ਗੱਲ ਠੀਕ ਨਹੀਂ ਮਾਮੀ ਵਾਲੇ ਕੱਪੜੇ ਪਾ ਲਾ ਸ਼ਰਮ ਕਰੋ ਤੁਹਾਡੀ ਮਾਮੀ ਏ ਥੱਪੜ ਮਾਰੂ ਸਾਲੇ ਦੇ ਗੰਦੀ ਸੋਚ ਮੇਰਾ ਕਹਿਣ ਦਾ ਮਤਲਬ ਥੋੜੀ ਦੇਰ ਤੋਂ ਮਾਮੀ ਵਾਲਾ ਕੰਮ ਕਰਾਉਣਾ ਪਰ ਮੈਨੂੰ ਡਾਂਸ ਤੇ ਆਉਂਦਾ ਨਹੀਂ ਉਹ ਡਾਂਸ ਨਹੀਂ ਕਮਲਿਆ ਭੱਜਣ ਬੰਦ ਕੀ ਕਰਨੀ ਆ ਇੱਕ ਗੱਲ ਹੋਰ ਜਿੰਨਾ ਚਿਰ ਤੈਨੂੰ ਮੈਂ ਨਾ ਉਠਾਵਾਂ ਆਪਣੀ ਜਗ੍ਹਾ ਤੋਂ ਉੱਠਣਾ ਨਹੀਂ ਭਾਵੇਂ ਯਮਦੂਤ ਲੈਣ ਆ ਜਾਵੇ ਹਾਂਜੀ ਇਹ ਸ਼ਾਮ ਨੂੰ ਤੇਰੀ ਬੋਤਲ ਪੱਕੀ ਖੁਸ਼ ਹੈ ਵਾਹ ਜੀ ਵਾਹ ਤੁਸੀਂ ਬੜੀ ਮੇਰੇ ਤੇ ਇਨਕਮ ਟੈਕਸ ਵਾਲਿਆਂ ਨੂੰ ਰੇਡ ਮਾਰੀ ਚਲੋ ਮੋਸਟ ਵੈਲਕਮ ਜੀ ਤੁਹਾਡਾ ਆਪਣਾ ਘਰ ਹੈ ਆਓ ਜੀ ਆਓ ਚਲੋ ਜੀ ਰੇਡ ਵਿੱਚ ਤਮਾਮ ਵਾਲਿਆਂ ਦੇ ਵੱਜਦੀ ਹੈ ਬੜੀਆਂ ਰੌਣਕਾਂ ਲੱਗੀਆਂ ਜੀ ਅੱਜ ਹੈ ਬਸ ਜੀ ਚਾਈਨਾ ਬਾਜ਼ਾਰ ਚੱਲੇ ਸੀ ਸੇਲ ਤੇ ਮੈਂ ਸੋਚਿਆ ਭੈਣ ਜੀ ਉਹਨਾਂ ਨੂੰ ਪੁੱਛ ਚੱਲਾਂ ਕੋਈ ਡੋਂਗੇ ਡੂੰਗੇ ਹੀ ਲੈਣੇ ਹੋਣ ਤਾਂ ਬੜੀ ਡੋਂਗੀ ਸੋਚ ਆ ਜੀ ਤੁਹਾਡੀ ਸਾਰੇ ਟੱਬਰ ਨੂੰ ਨਾਲੇ ਲੈ ਕੇ ਚੱਲਦੇ ਹੋ ਜੀ ਸੇਲ ਤੇ ਭੈਣ ਜੀ ਕਿੱਥੇ ਨੇ ਮੇਕਅਪ ਲਾ ਰਹੇ ਹੋਣੇ ਨਹੀਂ ਉਹ ਸਾਡੇ ਸੱਤ ਜਨਮਾਂ ਦੀ ਮੈਲ ਲਾ ਰਹੇ ਨੇ ਕੱਪੜੇ ਧੋ ਰਹੇ ਨੇ ਪਾਠ ਕਰ ਰਹੇ ਨੇ ਆ ਪਾਠ ਕਰ ਰਹੇ ਨੇ ਓਕੇ ਚਲੋ ਫਿਰ ਪੂਜਾ ਪਾਠ ਕਰਦੇ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਆਪਾਂ ਫੇਰ ਮਿਲਾਂਗੇ ਆਪਾਂ ਚੱਲਦੇ ਆ ਜੀ ਆਪਾਂ ਥੋੜਾ ਵੇਟ ਕਰ ਲੈਨੇ ਆ ਕਦੋਂ ਤੱਕ ਫਿਨਿਸ਼ ਕਰਨਗੇ ਜੀ ਪੂਜਾ ਪਾਠ ਫਿਰ ਤਾਂ ਤੁਹਾਡੇ ਬਿਸਤਰੇ ਇੱਥੇ ਲਵਾਉਣੇ ਪੈਣੇ ਆ ਕਿਉਂਕਿ ਮੰਮੀ ਜੀ ਇੱਕ ਵਾਰੀ ਪਾਠ ਸ਼ੁਰੂ ਕਰ ਲੈਣਾ ਫਿਰ ਤਾਂ ਰੱਬ ਜੀ ਥੱਕ ਜਾਂਦੇ ਆ ਮੰਮੀ ਜੀ ਨਹੀਂ ਥੱਕਦੇ ਮੈਂ ਕਹਿ ਰਹੀ ਆ ਆਪਾਂ ਮੰਮੀ ਜੀ ਨੂੰ ਡਿਸਟਰਬ ਨਾ ਕਰੀਏ ਤੇ ਚੱਲੀਏ ਹਾਂ ਮੈਂ ਤੇ ਆਪ ਕਹਿਣਾ ਜੀ ਚਲੋ ਨਹੀਂ ਨਹੀਂ ਜੀ ਹੁਣ ਤਾਂ ਮੰਮੀ ਜੀ ਦੇ ਅੱਗੇ ਭਾਵੇਂ ਢੋਲ ਵਜਾਈ ਚੱਲੋ ਉਹ ਨਹੀਂ ਡਿਸਟਰਬ ਹੁੰਦੇ ਕਾਕਾ ਜੀ ਢੋਲ ਤਾਂ ਸਾਡੇ ਕੋਲ ਵਜਾਉਣ ਲਈ ਹੈ ਨਹੀਂ ਗਾਣਾ ਗਾ ਲੈਨੇ ਆ ਉਹ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਪਿੰਡ ਵਿੱਚ ਰੌਲਾ ਪੈ ਗਿਆ ਉਹ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਪਿੰਡ ਵਿੱਚ ਰੌਲਾ ਪੈ ਗਿਆ ਉਹ ਆਪਣਾ ਘਰ ਹੈ ਹੁਣ ਤਾਂ ਬਈਏ ਜਿੰਨਾ ਮਰਜ਼ੀ ਰੌਲਾ ਪਾ ਲਓ ਇਹ ਨਹੀਂ ਉੜਦਾ ਅਬ ਮੰਮੀ ਜੀ ਨਹੀਂ ਉੜਦੇ ਨਾ ਕਦੇ ਵੀ ਜੀ ਦੀ ਨਜ਼ਰ ਨਹੀਂ ਆ ਰਹੇ ਉਹ ਤਾਂ ਥੋੜੇ ਲੇਟ ਹੋ ਜਾਣਗੇ ਜੀ ਲੱਗਦਾ ਆ ਗਏ ਮੈਂ ਦੇਖਦਾ ਸੰਦੀਪ ਜੀ ਆ ਮੜਾ ਜੇ ਆਉਂਗੇ ਪਲੀਜ਼ ਕੀ ਗੱਲ ਅੰਕਲ ਜੀ ਨੂੰ ਅੰਦਰ ਨਹੀਂ ਆਉਣ ਦੇਣਾ ਨਹੀਂ ਨਹੀਂ ਤੁਸੀਂ ਉਹ ਆ ਕੇ ਲੈ ਜਾਓ ਨਾ ਘਰ ਇਹਨਾਂ ਦਾ ਜੀ ਤੇਲ ਸਾਨੂੰ ਚੋਣਾ ਪੈਣਾ ਹਟਿਓ ਜ਼ਰਾ ਇੱਦਾਂ ਕੋਈ ਕੁਛ ਵੀ ਕਹੇਗਾ ਦੁਨੀਆ 'ਚ ਤੇ ਤੁਸੀਂ ਗੱਲ ਮੰਨ ਲਓਗੇ ਕਿਸੇ ਦੀ ਇੱਦਾਂ ਕਹਿੰਦੇ ਰਹਿੰਦੇ ਲੋਕੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਜੀਜਾ ਜੀ ਯਾਰ ਜੇ ਬੰਦੇ ਕੋਲੋਂ ਕੋਈ ਗਲਤੀ ਕਿਸੇ ਤਰ੍ਹਾਂ ਦੀ ਹੋ ਜਾਂਦੀ ਤੇ ਜਲੂਸ ਥੋੜਾ ਕੱਢੀ ਤੇ ਬਹਿ ਕੇ ਗੱਲ ਕਰ ਲਈਦੀ ਹੈ ਗਲਤੀ ਨਹੀਂ ਤਾਂ ਲਾਪਰਵਾਹੀ ਹੈ ਅਸੀਂ ਦੋਨੇ ਜਾਣੇ ਘਰੇ ਵਿਹਲੇ ਬੈਠੇ ਰਹਿੰਦੇ ਹਾਂ ਤੁਸੀਂ ਇਕੱਲੇ ਹੀ ਬੋਝ ਲਈ ਬੈਠੇ ਹੋ ਕੰਮ ਦਾ
ਅੱਜ ਤਾਂ ਤੁਸੀਂ ਰਾਹ ਜਾਂਦੇ ਸਿਰਫ ਬੇਹੋਸ਼ੀ ਹੋਏ ਹੋ। ਮੈਂ ਤਾਂ ਦੀਦੀ ਨੂੰ ਕਹਿਣਾ ਹੁੰਦਾ ਜੇ ਇਹੀ ਹਾਲ ਰਿਹਾ ਤੁਹਾਡਾ ਕਿਸੇ ਨਾ ਕਿਸੇ ਨੂੰ ਪਟਾਕਾ ਹੀ ਪਊ ਟਰੱਕ ਦੇ ਟਾਇਰ ਵਾਂਗੂ। ਹਨਾ ਦੀਦੀ ਸ਼ਰਮ ਨਹੀਂ ਆਉਂਦੀ ਤੈਨੂੰ ਆਪਣੇ ਜੀਜੇ ਦਾ ਪਟਾਕਾ ਪਵਾਉਂਦੇ? ਉਹ ਤਾਂ ਸ਼ੁਕਰ ਹੈ ਜੀ, ਦੇਖੋ ਮੇਰੇ ਘਰ ਦੇ ਸਾਹਮਣੇ ਆ ਕੇ ਦੌਰਾ ਪਿਆ ਇਹਨਾਂ ਨੂੰ। ਮੈਂ ਚੱਕ ਕੇ ਅੰਦਰ ਲੈ ਆਇਆ ਤੇ ਇਹਨਾਂ ਤੋਂ ਫੋਨ ਨੰਬਰ ਲੈ ਕੇ ਤੁਹਾਡਾ ਤੁਹਾਨੂੰ ਫੋਨ ਕਰ ਲਿਆ। ਅਦਰਵਾਈਜ਼ ਜੇ ਕਿਤੇ ਹੋਰ ਡਿੱਗੇ ਹੁੰਦੇ ਨਾ ਹੁਣ ਤੱਕ ਤੈਨਾਂ ਤੇ ਮੱਖੀਆਂ ਬਹਿ ਜਾਣੀਆਂ। ਤੁਸੀਂ ਗੱਡੀ ਚੱਕੋ ਤੇ ਘਰ ਚਲੋ। ਨਹੀਂ ਨਹੀਂ ਮੈਂ ਅੰਦਰ ਆਰਾਮ ਕਰ ਲਈਏ। ਨਹੀਂ ਨਹੀਂ ਹਲੇ ਨਹੀਂ ਜੀ, ਮੈਂ ਇਹਨਾਂ ਨੂੰ ਜਾਣ ਦੇਣਾ ਹੈਗਾ ਕਿਉਂਕਿ ਦਵਾਈ ਦਾ ਅਸਰ ਤਾਂ ਦੇਖੋ ਕਿੰਨਾ, ਖੋੜੇ ਖੋੜੇ ਡਿੱਗੀ ਜਾਂਦੇ ਨੇ। ਦੋ ਤਿੰਨ ਘੰਟੇ ਅੰਦਰ ਸੌ ਲੈਣ ਦੋ ਜੀ। ਮੈਂ ਤਾਂ ਕਹਿੰਦਾ ਤੁਸੀਂ ਵੀ ਆਓ ਅੰਦਰ, ਅੰਦਰ ਆ ਕੇ ਸੌ ਲਓ ਦੋ ਤਿੰਨ ਘੰਟੇ। ਨਹੀਂ ਨਹੀਂ ਉਹਨਾਂ ਜਾਣਾ ਹੋਣਾ ਨਾ ਫਿਰ। ਨਹੀਂ ਨਹੀਂ ਉਹ ਤਾਂ ਤੁਹਾਡਾ ਫੋਨ ਆ ਗਿਆ ਸੀ, ਆ ਗਏ ਉੱਥੇ ਹਲੀਮ ਵੇਟ ਕਰਦੀ। ਅੱਛਾ ਉਹਨਾਂ ਨੂੰ ਵੇਖ ਕੇ ਬੁਲਾ ਲਓ ਜੀ, ਉਹ ਵੀ ਦੋ ਤਿੰਨ ਘੰਟੇ ਅੰਦਰ ਸੌ ਲੈਣਗੇ। ਨਹੀਂ ਨਹੀਂ ਉਹ ਐਕਚੁਅਲੀ ਹਰਲੀਨ ਇਹਦੀ ਫੇਸਬੁੱਕ ਫਰੈਂਡ ਹੈ, ਮੈਨੂੰ ਮਿਲਾਉਣ ਲੈ ਕੇ ਚੱਲਿਆ। ਮੈਂ ਇੱਕ ਵਾਰੀ ਕੁੜੀ ਨੂੰ ਮਿਲ ਲੈਣੀ ਆ, ਜੇ ਵਧੀਆ ਲੱਗਦੀ ਹੈ ਤੇ ਫਿਰ ਅਸੀਂ ਰਿਸ਼ਤੇ ਦੀ ਗੱਲ ਕਰ ਲਵਾਂਗੇ। ਫੇਸਬੁੱਕ ਫਰੈਂਡ ਆ ਤਾਂ ਜੀ ਉਹਨੂੰ ਛੇਤੀ ਜਾ ਕੇ ਮਿਲ ਹੀ ਲਓ ਕਿਉਂਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇੱਧਰ ਉੱਧਰ ਚੈਟਿੰਗ ਚੱਲਣ ਲੱਗ ਜਾਂਦੀ ਹੈ। ਕਿਉਂ ਭਾਜੀ? ਦੀਦੀ ਛੇਤੀ ਚੱਲੀ। ਹਾਂ ਹਾਂ ਤੁਸੀਂ ਆਰਾਮ ਕਰ ਲਓ, ਪਰ ਕੱਲ ਤੋਂ ਤੁਹਾਡੀ ਇਹ ਟੂਰਿੰਗ ਸ਼ੂਰਿੰਗ ਮੈਂ ਸਭ ਬੰਦ ਕਰਾ ਦੇਣੀ ਹੈ। ਕੀ ਗੱਲ ਹੋ ਗਈ ਜੀ, ਤੁਸੀਂ ਬਾਹਰ ਹੀ ਨਹੀਂ ਲਾ ਲਏ? ਬਸ ਭਾਜੀ ਹੋਰੀ ਆਏ ਸੀ ਤੇ ਨਾਲ ਭੈਣ ਜੀ ਹੋਰੀ, ਇਹ ਤੁਹਾਡੇ ਭਾਬੀ ਜੀ। ਪਰਮਾਤਮਾ ਜੋੜੀਆਂ ਬਣਾਈ ਰੱਖੇ। ਜੋੜੀਆਂ ਨੀ ਹੁੰਦੀਆਂ ਵੀਰੇ, ਜੋੜੀ ਹੁੰਦੀ ਹੈ। ਹਸਬੈਂਡ ਦੀ ਵੈਲਿਊ ਕੀ ਹੁੰਦੀ ਹੈ ਇਹ ਮੈਨੂੰ ਪਤਾ ਹੈ। ਮੈਨੂੰ ਕੀ ਪਤਾ ਜੀ, ਮੇਰਾ ਕਿਹੜਾ ਕੋਈ ਹਸਬੈਂਡ ਹੈ। ਚਲੋ ਜੀ ਅਸੀਂ ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੈਸਟ ਬਾਹਰੋਂ ਭੇਜ ਦਿੱਤੇ? ਉਹ ਤਾਂ ਮੈਨੂੰ ਲੈਣ ਆਏ ਸੀ ਜੀ ਧਰਨੇ ਤੇ ਬਿਠਾਉਣ ਦੇ ਲਈ। ਮੈਂ ਭਾਜੀ ਹੁਣਾਂ ਨੂੰ ਮਲਾ ਕੇ ਮਸਾਂ ਜਾਨ ਛੜਾਈ ਆ ਵੀ ਮੇਰੇ ਲੌਜ਼ ਆਏ ਹੋਏ ਨੇ। ਫਿਰ ਤਾਂ ਇਹਨਾਂ ਨੇ ਤੁਹਾਨੂੰ ਬਚਾ ਲਿਆ ਅੱਜ। ਥੈਂਕ ਯੂ ਭਾਜੀ, ਤੁਸੀਂ ਮੈਨੂੰ ਬਚਾ ਲਿਆ। ਤੁਸੀਂ ਚਾਹੁੰਦੇ ਤਾਂ ਵੈਸੇ ਮੈਨੂੰ ਹਸਾ ਸਕਦੇ ਸੀ। ਚਲੋ ਜੀ ਚਲੀਏ ਅੰਦਰ ਚਲੀਏ। ਚਲੋ ਚਲੋ। ਗੱਲ ਸੁਣੋ ਮੇਰੀ, ਮੈਂ ਤਾਂ ਧਰਨੇ ਤੇ ਗਿਆ ਨਹੀਂ, ਪਰ ਆ ਜਿਹੜੇ ਅੰਦਰ ਧਰਨਾ ਲਈ ਬੈਠੇ ਆ ਨਾ, ਇਹਨਾਂ ਨੂੰ ਲੈ ਕੇ ਤਿੱਤਰ ਹੋ ਜਾ, ਨਹੀਂ ਤਾਂ ਵਰਲਡ ਰਿਕਾਰਡ ਬਣਾਏਗਾ ਇੱਕੇ ਦਿਨ 'ਚ ਦੋ ਤਲਾਕਾਂ ਦਾ। ਚਲੋ ਚਲੋ ਤੁਸੀਂ ਅੰਦਰ ਤੇ ਆਓ, ਕਰਦੇ ਆ ਸਾਰਾ ਕੁਛ। ਚਲੋ ਉੱਠੋ ਯਾਰ, ਹੁਣ ਕਦੋਂ ਤੱਕ ਕਿਸੇ ਦੀ ਪਾਠ ਪੂਜਾ ਡਿਸਟਰਬ ਕਰੀ ਜਾਣੀ? ਅਗਲੇ ਦੇ ਗੈਸਟ ਬਾਹਰੋਂ ਮੋੜ ਮੁੜ ਕੇ ਜਾ ਰਹੇ ਨੇ। ਚਲੋ ਭੈਣ ਜੀ ਉੱਠ ਲੈਣ ਨਾ। ਕੀ ਭੈਣ ਜੀ ਉੱਠ ਲੈਣ, ਤੁਸੀਂ ਕਿਕਲੀ ਪਾਣੀ ਭੈਣ ਜੀ ਨਾਲ ਜਾਂ ਪੋਸ਼ਮ ਪਾ ਖੇਡਣਾ ਭੈਣ ਜੀ ਨਾਲ ਤੁਸੀਂ ਯਾਰ? ਪਰ ਪੁੱਤਰ ਹੁਣ ਆਏ ਆ ਤੇ ਹਾਂ ਪ੍ਰਸ਼ਾਦ ਲੈ ਕੇ ਜਾਵਾਂਗੇ ਹੁਣ ਜੇ ਆਏ ਆ। ਕਮਾਲ ਕਰਦੇ ਪਏ ਯਾਰ ਤੁਸੀਂ, ਆਪ ਕਦੇ ਰੱਬ ਦਾ ਨਾਂ ਲਿਆ ਨੀ, ਕਿਸੇ ਨੂੰ ਤੁਸੀਂ ਲੈਣ ਨਹੀਂ ਦੇਣਾ। ਹੈ ਕਾਕਾ ਕਿਹੜੀ ਬੋਟੀ ਸੁੰਘ ਆਇਆ ਬਾਹਰੋਂ? ਚਲੋ ਮੈਂ ਉੱਥੇ ਜਾ ਕੇ ਆਂਟੀ ਜੀ ਨੂੰ ਮੱਥਾ ਟੇਕਾਨੀ ਆ। ਆਪਣੀ ਸੱਸ ਨੂੰ ਕਦੇ ਮੱਥਾ ਟੇਕਿਆ? ਨਨਾਣ ਦੀ ਸੱਸ ਨੂੰ ਮੱਥਾ ਟੇਕ ਆਉਣੀ ਆ ਮੈਂ ਜਾ ਕੇ? ਮੈਂ ਆਪੇ ਟੇਕ ਆਉਣਾ ਮੱਥਾ, ਲੈ ਆਉਣਾ ਆਸ਼ੀਰਵਾਦ, ਸਾਰਿਆਂ 'ਚ ਆ ਕੇ ਵੰਡ ਜਾਵਾਂਗਾ ਆਸ਼ੀਰਵਾਦ ਮੈਂ। ਯਾਰ ਨਾ ਬੋਲੋ ਤੁਸੀਂ ਵਿੱਚ, ਮੈਂ ਤਾਂ ਬੋਲਿਆ ਹੀ ਨਹੀਂ। ਬੋਲਣ ਤੇ ਲੱਗੇ ਸੀ ਨਾ ਰੋਕਦਾ ਜੀ। ਤੂੰ ਭਾਬੀ ਖੇਡਣ ਵਾਲਾ, ਮੈਂ ਤਾਂ ਕਿਸੇ ਨੂੰ ਸੀਪ 'ਚ ਨਹੀਂ ਜਿੱਤਣ ਦਿੱਤਾ। ਤੇ ਬਾਕੀ ਸਭ ਵਧੀਆ? ਹਾਂਜੀ। ਚਲ ਮੈਮ ਕੀ ਲਾਉਂਗੇ? 1 ਕਾਫੀ ਵਿਦ ਸ਼ੂਗਰ ਫ੍ਰੀ। ਜੇ ਸ਼ੂਗਰ ਫ੍ਰੀ ਮਿਲਦੀ ਹੈ ਤਾਂ ਕਿਲੋ ਮੈਨੂੰ ਵੀ ਕਾਫੀ। ਤੁਸੀਂ ਇਹ ਦੱਸੋ ਫੇਸਬੁੱਕ ਤੇ ਇੱਕ ਦੂਜੇ ਨੂੰ ਕਿਵੇਂ ਪਸੰਦ ਕੀਤਾ? ਇਹ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਚੜਦਾ ਸੀ, ਇਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਇਹਦੇ ਲੱਕ ਤੇ ਮਰਦਾ ਸੀ। ਇਹਦੀ ਲੁੱਕ ਤੇ ਇਹਨਾਂ ਨੇ ਫੋਟੋ ਹੀ ਇੰਨੇ ਸੋਹਣੇ ਮਾਡਲ ਦੀ ਲਗਾਈ ਸੀ ਕਿ ਮੈਂ ਡੁੱਲ ਗਈ ਤੇ ਮੈਂ ਇਕੱਠੀ ਕਰ ਲਈ। ਪਰ ਸੱਚੀ ਦੱਸਿਓ, ਜਦ ਐਕਚੁਅਲ ਵਿੱਚ ਦੇਖਿਆ ਤਾਂ ਧੱਕਾ ਤਾਂ ਲੱਗਿਆ ਹੋਣਾ। ਦਿਲ ਤਾਂ ਕੀਤਾ ਸੀ ਇਹਨਾਂ ਦੇ ਵੱਟ ਕੇ ਇੱਕ ਚਪੇੜ ਲਾਵਾਂ, ਪਰ ਫਿਰ ਇਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਜੇ ਸੁੱਕਾ ਜਿਹਾ ਮਾਡਲ ਵੀ ਮੋਟਾ ਹੋ ਗਿਆ ਫਿਰ ਵੀ ਤਾਂ ਜ਼ਿੰਦਗੀ ਗੁਜ਼ਾਰੇਗੀ। ਸਿੰਪਲ ਐ ਤਾਂ ਸਿਆਣਾ ਹੈ। ਚਲੋ ਕੁੜੀ ਤਾਂ ਮੈਨੂੰ ਪਸੰਦ ਹੈ, ਹੁਣ ਇਹ ਦੱਸ ਅੱਗੇ ਕੀ ਕਰਨਾ? ਅੱਗੇ ਕੀ ਕਰਨਾ? ਕਾਫੀ ਆ ਜਾਣ ਤਾਂ ਫਿਰ ਲੰਚ ਕਰਦੇ ਆ। ਤੁਹਾਡੇ ਡੈਡੀ ਨੂੰ ਇਹ ਪਸੰਦ ਤਾਂ ਆਜੂ। ਡੈਡ ਨੂੰ ਕਹਾਂਗੀ ਕਿ ਵਿਆਹ ਤੋਂ ਬਾਅਦ ਇਹਨਾਂ ਨੂੰ ਪੇਕੇ ਘੱਟ ਲੈ ਕੇ ਆਵਾਂਗੀ ਤੇ ਡੈਡ ਦੇ ਸਾਹਮਣੇ ਤੁਸੀਂ ਜ਼ਿਆਦਾ ਬੋਲਣਾ ਵੀ ਨਹੀਂ ਕਿਉਂਕਿ ਮੇਰੇ ਡੈਡ ਨੂੰ ਘੱਟ ਸਿਆਣੇ ਲੋਕ ਪਸੰਦ ਨਹੀਂ। ਵੈਸੇ ਗੱਲ ਸੁਣ, ਸਾਰੇ ਜਿੰਨਾ ਤੂੰ ਦੇਖਣ ਨੂੰ ਕਮੀਨਾ ਲੱਗਦਾ ਨਾ ਉਹਨਾਂ ਕਮੀਨਾ ਹੈ ਨਹੀਂ ਤੂੰ।
ਬਈ ਤੇਰੀਆਂ ਵੀ ਕਰਤੂਤਾਂ ਹੀ ਨੀਚ ਬੰਦੇ ਵਾਲੀਆਂ ਨੇ, ਬੰਦਾ ਨੀਚ ਹੈ ਨੀ ਤੂੰ। ਲੈ ਵੀਰੇ ਅੱਜ ਆਪਾਂ ਦੁਸ਼ਮਣੀ ਖਤਮ ਕਰਕੇ ਵਾ, ਇਹਨੂੰ ਦੋਸਤੀ ਚ ਬਦਲ ਦੇਣਾ। ਤੇ ਆਪਾਂ ਐਵੇਂ ਦੋਸਤੀ ਨੂੰ ਰਿਸ਼ਤੇਦਾਰੀ ਚ ਬਦਲ ਦੇਣਾ। ਚੱਕ ਸਾਲਾ ਤਾਂ ਤੁਸੀਂ ਵਾਡਾ ਬਾਈ ਜੀ, ਆਪਣਾ ਰੋਲ ਤਾਂ ਜੀਜੇ ਵਾਲਾ ਏ। ਵੈਸੇ ਤੈਨੂੰ ਇੱਕ ਗੱਲ ਦੱਸਾਂ, ਬੰਦਾ ਤੈਨੂੰ ਲੰਡਾ ਜਿਹੜਾ ਹੀ ਚੰਗਾ ਹੁੰਦਾ, ਆ ਫਾਹਾ ਜਿਹੜਾ ਨਾ ਵਿਆਹ ਵਾਲਾ ਗਲ ਚ ਪਾਉਣ ਦਾ ਕੋਈ ਫਾਇਦਾ ਹੈ ਨਹੀਂ। ਲੈ 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 ਆਪ ਤਾਂ ਤੁਸੀਂ ਡਬਲ ਰਸੇ ਵਾਲਾ ਬਾਹਾ ਗਲ ਚ ਪਾਇਆ, ਸਾਡੀ ਵਾਰੀ ਇੱਕ ਨੂੰ ਵੀ ਮਨਾ ਕਰੀ ਜਾਂਦੇ ਹੋ। ਹੋਲੀਵੁੱਡ ਕੰਧਾਂ ਦੇ ਵੀ ਕੰਨ ਹੁੰਦੇ ਆ। ਲੈ ਬਾਈ ਕੰਨ ਹੁੰਦੇ ਆ, ਕੰਧਾਂ ਦੀ ਕਿਹੜਾ ਜ਼ੁਬਾਨ ਹੁੰਦੀ ਆ ਵੀ ਜਿਹੜਾ ਸਣੀ ਅੱਗੇ ਦੱਸ ਦੂ ਗਿਆ। ਇਹ ਭਾਵੇਂ ਜੋਗਿੰਦਰ ਹੋਵੇ ਜਾਂ ਸੁਰਿੰਦਰ ਹੋਵੇ, ਮੈਂ ਪ੍ਰਭਾਵਿਤ ਨਹੀਂ ਹੋਣਾ। ਹਾਂ ਕਾਕਾ ਜੀ, ਕਿੱਥੇ ਤੱਕ ਪੜ੍ਹੇ ਹੋ ਤੁਸੀਂ? ਹੈਦਰਾਬਾਦ ਤੱਕ ਪੜ੍ਹੇ। ਹਾਂਜੀ ਹਾਂਜੀ, ਅੱਧੀ ਪੜ੍ਹਾਈ ਇਹਨਾਂ ਨੇ ਇੱਥੇ ਕੀਤੀ ਹੈ ਤੇ ਬਾਕੀ ਦੀ ਹੈਦਰਾਬਾਦ। ਭਾਰ ਕਿੰਨਾ ਹੈ ਤੁਹਾਡਾ? ਤੁਹਾਡੇ ਚ ਰਿਸ਼ਤਾ ਕਰਨ ਤੋਂ ਪਹਿਲਾਂ ਲਾੜੇ ਦਾ ਭਾਰ ਵੀ ਤੋਲਦੇ ਨੇ ਜੀ। ਪਾਪਾ ਰਿਸ਼ਤਾ ਕਰਨ ਵੇਲੇ ਭਾਰ ਕੌਣ ਪੁੱਛਦਾ ਹੈ? ਕੰਮ ਕੀ ਕਰਦੇ ਹੋ ਤੁਸੀਂ? ਆਮ ਕੈਪਟਨ ਆਰਮੀ ਚ। ਨਾ ਨਾ ਭੰਗੜੇ ਦਾ। ਸਿਹਤ ਦੇਖ ਕੇ ਤਾਂ ਤੁਹਾਡੀ ਲੱਗਦਾ ਹੈ ਕਿ ਤੁਸੀਂ ਰੌਲਾ ਹੀ ਪਾ ਸਕਦੇ ਹੋ, ਭੰਗੜਾ ਕਿਵੇਂ ਪਾ ਲੈਂਦੇ ਹੋ? ਪਾਪਾ ਤੁਸੀਂ ਇਹਨਾਂ ਨੂੰ ਜ਼ਲੀਲ ਕਰ ਰਹੇ ਹੋ। ਜੇ ਰਿਸ਼ਤਾ ਗਲਤ ਹੋ ਗਿਆ ਤਾਂ ਸਾਰੇ ਸ਼ਹਿਰ ਨੇ ਮੈਨੂੰ ਜ਼ਲੀਲ ਕਰਨਾ ਹੈ। ਲੋਕਾਂ ਨੂੰ ਕੀ ਕਹਾਂਗਾ ਕਿ ਲਾੜਾ ਲੁੱਡੀਆਂ ਪਾਉਂਦਾ ਹੈ? ਪਰ ਪਾਪਾ ਭੰਗੜੇ ਦਾ ਕੈਪਟਨ ਹੋਣਾ ਕੋਈ ਛੋਟੀ ਗੱਲ ਨੀ। ਅੱਛਾ ਮੈਂ ਕਿਸੇ ਭੰਗੜੇ ਵਾਲੇ ਨੂੰ ਤਨਖਾਹ ਮਿਲਦੀ ਤਾਂ ਦੇਖੀ ਨਹੀਂ ਅੱਜ ਤੱਕ। ਕਾਕਾ ਜੀ ਤੁਹਾਡੇ ਬਸ ਦਾ ਕੰਮ ਨਹੀਂ ਹੈ, ਕਿਸੇ ਹੋਰ ਨੂੰ ਭੇਜੋ। ਪਰ ਮੈਂ ਵਿਆਹ ਇਹਨਾਂ ਨਾਲ ਹੀ ਕਰਾਉਣਾ ਹੈ। ਮੈਂ ਗੱਲਬਾਤ ਬਾਰੇ ਕਹਿ ਰਿਹਾ, ਕਿਸੇ ਵੱਡੇ ਨੂੰ ਭੇਜੇ। ਪਰ ਇਹਦੇ ਤਾਂ ਮੰਮੀ ਡੈਡੀ ਵੀ ਨਹੀਂ ਹੈਗੇ ਪਾਪਾ। ਅੱਛਾ ਕੀ ਹੋਇਆ ਸੀ ਉਹਨਾਂ ਨੂੰ? ਮੰਮੀ ਜੀ ਦਾ ਕਤਲ ਹੋ ਗਿਆ ਸੀ ਜੀ। ਤੇ ਡੈਡੀ? ਉਹਨਾਂ ਨੂੰ ਫਿਰ ਫਾਂਸੀ ਹੋ ਗਈ। ਮੁੰਡਾ ਚੰਗੇ ਖਾਨਦਾਨ ਦਾ ਲੱਗਦਾ ਹੈ। ਇਹ ਰੀਤ ਉੱਥੇ ਹੀ ਬੰਦ ਹੋ ਗਈ ਸੀ ਕਿ ਅੱਗੇ ਵੀ ਚੱਲੂ? ਨਹੀਂ ਜੀ ਬੰਦ ਹੋ ਗਈ ਸੀ ਜੀ, ਹੁਣ ਤਾਂ ਕਰਤਾ ਧਰਤਾ ਮੇਰੇ ਜੀਜਾ ਜੀ ਨੇ ਜੀ ਸਾਰਾ। ਫਿਰ ਉਹਨਾਂ ਨੂੰ ਭੇਜੀ? ਕੀ ਨਾਂ ਹੈ ਉਹਨਾਂ ਦਾ? ਜੀ ਸੰਦੀਪ ਚੀਮਾ। ਸੇਮ ਨਾਮ ਦਾ ਇੱਕ ਸੱਜਣ ਸਾਡਾ ਵੀ ਹੈ ਜਿਨ੍ਹਾਂ ਦੇ ਆਪਾਂ ਕਿਰਾਏਦਾਰ ਆ। ਤੂੰ ਹੋਏਂਗੀ, ਮੈਂ ਤਾਂ ਕਿਸੇ ਦਾ ਕਿਰਾਏਦਾਰ ਨਹੀਂ ਹੈ। ਹਾਂ ਉਹ ਚੀਮੇ ਤੂੰ ਮੈਨੂੰ ਭੇਜੀ, ਕਹੀਂ ਆ ਕੇ ਮਿਲੇ ਮੈਨੂੰ, ਨਹੀਂ ਆਪਸ ਚ ਮਿਲਦੇ ਰਹੋ ਕਿਸੇ ਪਾਰਕ ਚ ਜਿੱਥੇ ਪੁਲਿਸ ਨਾ ਪੈਂਦੀ ਹੋਵੇ। ਚੰਗਾ ਚਲੋ ਫਿਰ, ਤੁਹਾਡੀ ਭੰਗੜੇ ਦੀ ਰਿਹਰਸਲ ਦਾ ਟਾਈਮ ਹੋਣਾ ਹੈ। ਜਾਵਾਂ? ਚੰਗਾ ਜੀ। ਬਸ ਬਸ ਹੋ ਗਿਆ। ਅੱਜ ਦੀਦੀ ਦੀਦੀ ਅੱਜ ਇੱਕ ਪਾਸਾ ਕਰਵਾਈ ਦਿਓ। ਚਿੰਤਾ ਨਾ ਕਰ, ਤੂੰ ਮੇਰੀ ਹੈਲਪ ਕਰਦੇ ਰਹੋ। ਤੂੰ ਗੱਲ ਸ਼ੁਰੂ ਕਰ। ਜੀਜਾ ਜੀ ਵਿਆਹ ਤਾਂ ਬੰਦੇ ਦਾ ਇੱਕੋ ਵਾਰੀ ਹੋਣਾ ਹੁੰਦਾ ਨਾ। ਕੀ ਮਤਲਬ ਤੇਰਾ? ਓਹੋ ਇਹ ਕੁੜੀ ਨੂੰ ਪਿਆਰ ਕਰਦਾ? ਅੱਛਾ ਬੇਟੇ ਨੂੰ ਤੇਰਾ ਪਸੰਦਰ ਨੇ ਡਰਾ ਕੇ ਰੱਖਤਾ ਸੀ ਮੈਨੂੰ? ਹੈ ਕਿੰਨਾ ਕੁ ਪਿਆਰ ਕਰਦਾ ਕੁੜੀ ਨੂੰ? ਜਦੋਂ ਮਿਲੀਦਾ ਕਾਫੀ ਕਰੀਦਾ ਜੀ, ਬਾਕੀ ਤੁਸੀਂ ਦੇਖ ਲਿਓ। ਪਿਆਰ ਕਰਦੇ ਹਾਂ? ਨਹੀਂ ਜੀ, ਵੈਸੇ ਵੀ ਕੁੜੀ ਕਿਵੇਂ ਹੈ? ਵੇਖ ਬੱਲਿਆ, ਇਸ਼ਕ ਤਾਂ ਉਸ ਰੱਬ ਸੱਚੇ ਦੀ ਬਖਸ਼ਿਸ਼ ਹੁੰਦੀ ਹੈ। ਲੋਕੀ ਤਾਂ ਐਵੇਂ ਕਹਿੰਦੇ ਫਿਰਦੇ ਆ ਵੀ ਮੈਂ ਉਹ ਕੀਤਾ ਮੈਂ ਆਹ ਕੀਤਾ, ਜਿਹਨੇ ਇਸ਼ਕ ਨੇ ਕੀਤਾ ਉਹਨੇ ਸਵਾਹ ਕੀਤਾ। ਕੀ ਕਰਦੇ ਆ ਕੁੜੀ ਦੇ ਫਾਦਰ? ਫਾਦਰ ਦਾ ਨਾਮ ਮੇਹਰ ਸਿੰਘ ਹੈ ਜੀ, ਤੇ ਉਹਨਾਂ ਦੀ ਦੁਕਾਨ ਹੈ ਬਾਬਲਪੁਰੀ ਦੀ ਰੇਰੂ ਚੌਂਕ। ਹਾਂਜੀ ਹਾਂਜੀ। ਮੈਂ ਚਪੇੜ ਮਾਰਨੀ ਤੇਰਾ ਮੂੰਹ ਤੇ, ਬਕਵਾਸ ਕਰਦਾ ਇਸ਼ਕ ਕਰੇਗਾ ਵੱਡਾ ਹੈ, ਸਾਲਾ ਰਾਂਝਾ ਕਿਸੇ ਥਾਂ ਦਾ ਇਸ਼ਕ ਚੜਿਆ ਇਹਨੂੰ। ਹੈ ਮੈਂ ਕਚੋਨਾ ਮਾਰ ਕੇ ਤੇਰੀ ਨਾਸਾਂ ਪਾਂਦਣੀਆਂ, ਇਸ਼ਕ ਦਾ ਭੂਤ ਚੜਿਆ ਜਿਹੜਾ ਤੈਨੂੰ। ਤੁਸੀਂ ਆਪ ਹੀ ਤਾਂ ਕਹੇ ਵੀ ਜਿਹਨੇ ਇਸ਼ਕ ਨਹੀਂ ਕੀਤਾ ਉਹਨੇ ਸਵਾਹ ਕੀਤਾ। ਅਬ ਤੂੰ ਸਵਾਹ ਕਰ ਲੈ, ਮੈਂ ਸਵਾਹ ਇਕੱਠੀ ਕਰ ਲਾਂਗਾ, ਤੇਰਾ ਇਸ਼ਕ ਨਹੀਂ ਉਹ ਇਕੱਠਾ ਹੋਣਾ ਮੇਰੇ ਕੋਲੋਂ। ਕਿਸੇ ਨੂੰ ਪਿਆਰ ਕਰਨ ਚ ਕੀ ਬੁਰਾਈ ਹੈ? ਓਏ ਉਹ ਪਿੱਤਲ ਤੇ ਸੋਨੇ ਦਾ ਪਾਣੀ ਚੜਾ ਕੇ ਵੇਚੀ ਜਾਂਦਾ ਹੈ, ਤੇ ਕਿਹੜਾ ਕੁੜੀ ਤੇ ਪਾਣੀ ਚੜਾ ਕੇ ਉਹਨੂੰ ਤੋੜ ਦੇਣਾ? ਇੱਕ ਵਾਰੀ ਮਿਲ ਤਾਂ ਲਓ। ਮਿਲ ਤਾਂ ਲਓ, ਪਿਓ ਮਾਰ ਕੇ ਮਾਂ ਨੂੰ ਤਾਂ ਆਪ ਫਾਂਸੀ ਚੜ ਗਿਆ, ਮੁੰਡੇ ਨੂੰ ਇਸ਼ਕ ਚੜੇ ਨੇ। ਦੀਦੀ ਤੂੰ ਕੋ ਚੁੱਪ ਬੈਠੀ ਹੈ, ਤੁਸੀਂ ਵੀ ਤਾਂ ਭੱਜ ਕੇ ਵਿਆਹ ਕਰਾਇਆ। ਤੇ ਅਸੀਂ ਕਿਹੜਾ ਭੱਜ ਕੇ ਤਾਂ ਦੂਰ ਚਲੇ ਗਏ ਸੀ, ਇੱਥੇ ਨੇੜੇ ਕਰਾ ਲਿਆ ਸੀ ਵਿਆਹ। ਠੀਕ ਹੈ ਫਿਰ, ਮੇਰੇ ਕੋਲ ਦੋ ਹੀ ਆਪਸ਼ਨ ਨੇ, ਜਿਹੜੀ ਠੀਕ ਹੈ ਦੱਸ ਦਿਓ। ਦੋਵੇਂ ਗਲਤ ਨੇ। ਸੁਣੀ ਤੱਕ ਵੀ ਨਹੀਂ। ਇੱਕ ਵਾਰੀ ਸੁਣ ਤਾਂ ਲਓ, ਆਪਸ਼ਨਾਂ ਬੋਲ। ਕਮਿਸਟ ਕੋਲ ਜ਼ਹਿਰ ਹੈ ਤੇ ਕਿਲੋਮੀਟਰ ਤੇ ਨਹਿਰ ਹੈ। ਤੂੰ ਕਾਕਾ ਡੁੱਬ ਕੇ ਹੀ ਮਾਰ ਫਿਰ, ਮਈ ਮਾਲ ਵੀ ਨਹਿਰ ਚ ਡੁੱਬ ਕੇ ਮਰੇ। ਠੀਕ ਹੈ ਫਿਰ। ਵੀਰੇ ਮੇਰੀ ਗੱਲ ਸੁਣ। ਵੀਰਾ ਤਾਂ ਹੁਣ ਡੁੱਬੂ। ਵੀਰੇ ਵੀਰੇ ਉਹ ਵੀਰਾ ਤਾਂ ਹੁਣ ਡੁੱਬੂ ਹੀ ਡੁੱਬੂ। ਦੇਖੋ ਮੇਰੀ ਭਾਵ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਨਾ ਤਾਂ ਇਸ ਘਰ ਚ ਤਬਾਹੀਆਂ ਮਚ ਜਾਣਗੀਆਂ, ਦੇਖ ਲਓ। ਮੇਰੀ ਗੱਲ ਤਾਂ ਬੇਚਾਰਾ ਮੇਰਾ ਵੀਰ। ਚਲੋ ਠੀਕ ਹੈ, ਹੁਣ ਤਾਂ ਫਿਰ ਭਈਆ ਦੂਜੀ ਮਨਾਇਆ ਕਰੀ।
करवा चौथ का तेरा गया ना पारी जीते सारे तेरे मां प्यो पढ़े लिखे गए घाटी थोड़ा मतलब जिदा अंडर मैट्रिक ताही जे पढ़े लिखे होंगे घट्टो घट्ट तेन इन्हें तो सिखाते भी किसी के घर आने तो पहले बिल मारी दी है तू बिल मारी नू रोंडे मेरी मत मारी पई है पागला मैं तेन मुबारक देन आया तेरी प्रमोशन हो गई है थैंक यू वैसे मैं लगा कि अभी जी मेरी प्रमोशन होगी नहीं वो तू एक बार साला बन के गया ना कि रिश्ता तड़ाने एरकी जीजा बन के जा रहे हैं रिश्ता तड़ाने चक प्रमोशन इतने रख हूँ कि ढोल का पुड़ा पाड़ना मेरे साले का ही दबार तो सड़िया जी लैन दे आप दे दो दो कराई फिर एक नहीं होने दिता जे मेरे साले का एक आ रिश्ता ना टुटिया तो मेरे दोवे टुट जाने तेन मैं दसा आ वेख ला मेहनत वाली गल है यार चला जा वैसे ऐसे काम दे पैसे पूसे लेंदे चंगे तो लगते नहीं 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 पैसे नहीं है एड्रेस है जिथे जाना कितने फस गया बापू मैं बंदे मारने वाला बंदा सारा लोगों दी पानिया मारदा फिरदा हो जाएगा ना काम थैंक यू सो मच परी भैन तो मंगी सी दे भरा गया चलो फैमिली तो सड़ी एक ही आ हाँ जी सत श्री अकाल जी बैठो हाँ जी लोकी मैनू चीमा कहंदे ने लोकी तो कुछ ना कुछ कहंदे ही रहंदे हैं परवाह नहीं करी दी हुंदी आपे हट जाणगे ओ नहीं नहीं मेरा नाम चीमा है ले फिर तो लोकां ने कहना ही होया गलती तो फिर अपनी है सारी ओ तुसी समझ नहीं रहे हां मैनू कैप्टन मनिंदर ने भेजिया रैली रोल लिया कोई ओ कैप्टन साहब ने नहीं भंगड़े दे कैप्टन मनिंदर ने मैं ओदा जीजा हां अच्छा 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 तुसी भी ओदे नाल भंगड़ा पंगड़ा पांदे हो ना अपना ता बिजनेस सेट है जी भंगड़े पंगड़े वाले नु आजकल कुड़ी कौन दंदा जे भंगड़े वाले नु कोई कुड़ी नहीं दंदा तो तुसी एथे की करना आए हो मैं ता यही देखना आया भी ऐसा कीड़ा कमड़ा है जेड़ा कुड़ी देन नु तैयार हो गया ए बदतमीजी है वाह तुसी ता बड़ा मेरे आंदे दे मुरे रूह अफजा करता जे जे बदाम मेरे आगे कीते होई मैं थोड़े आगे करते ए तुसी मेरी दुकान ते आके मेरी बेइज्जती कर रहे ਤੁਸੀਂ ਜਿੱਥੇ ਕਰਾਉਣੀ ਆਪਾਂ ਉੱਥੇ ਚਲੇ ਚੱਲਦੇ ਆ ਖਰਚਾ ਮੇਰਾ ਇਹਦਾ ਮਤਲਬ ਤੁਸੀਂ ਲੜਾਈ ਕਰਨ ਆਏ ਹੋ ਮੇਰੇ ਨਾਲ ਨਾ ਜੀ ਮੈਂ ਤਾਂ ਆਪਦੇ ਸਾਲੇ ਦਾ ਰਿਸ਼ਤਾ ਕਰਨ ਆਇਆ ਲੜਾਈ ਤਾਂ ਤੁਸੀਂ ਕਰੀ ਜਾਂਦੇ ਹੋ ਇਸ ਤਰ੍ਹਾਂ ਕਿਸ ਤਰ੍ਹਾਂ ਕਰਦੀ ਹੈ ਰਿਸ਼ਤਾ ਤੁਹਾਡਾ ਸਾਲਾ ਕੰਮ ਤਾਂ ਕੋਈ ਕਰਦਾ ਨਹੀਂ ਨਾ ਤੁਸੀਂ ਛੜਕਣਾ ਕਰਦੇ ਹੋ ਤੁਹਾਡੇ ਵੀ ਤਾਂ ਕਾਰੀਗਰੇ ਕਰਦੇ ਨੇ ਅਸੀਂ ਕਿਉਂ ਕਰੀਏ ਕੰਮ ਅਸੀਂ ਦੁਕਾਨ ਦੇ ਮਾਲਕ ਹੈ ਵਾਹ 50 ਰੁਪਏ ਮਹੀਨਾ ਕਿਰਾਏ ਤੇ ਕਿਸੇ ਦੀ ਦੁਕਾਨ ਦੱਬੀ ਹੈ ਅਖੇ ਅਸੀਂ ਦੁਕਾਨ ਦੇ ਮਾਲਕ ਆ ਐਦਾਂ ਤਾਂ ਮੇਰਾ ਸਾਲਾ ਵੀ 32 ਕਿੱਲਿਆਂ ਦਾ ਮਾਲਕ ਆ ਉਹ ਕਿਉਂ ਕਰੇ ਕੰਮ चलो ठीक है फिर रिश्ते लियो ना ही समझिए मालिक चढ़ती कला च रखे गल सुना हड्डियां तोड़न वाला बंदा पहली बार रिश्ता तोड़ के आया किदां दा लग रहा चेंज चेंज जिहा लग रहा पर एक गल मेरी तोड़ी हड्डी भावे जुड़ जाए आ रिश्ता नहीं जुड़ता आईएसआई मारका लगे तोड़िया साला मारका तो पता नहीं साला मेरा साला मारता तू चल बह जा चल हुण नकली जिहा अफसोस तो कर लईए ऐ कर तू तू कर अफसोस मैं बीयर फड़ के लियाना पर अफसोस ऐसा करी भी उहनू पता ना लगे भी अंदरों अंदरी तू खुश है नेरियां लिया देंगे हैलो हैलो साले वीरे कोई गल नहीं है टेंशन नहीं लेदी हुंदी रब जो करदा ठीक ही करदा है जीजा जी रब इस तो वधिया होर की करूं लव यू टू मच जीजा जी लव यू टू मच साला हिल गया लगदा हां जीजा जी हरलीन दे डैडी रिश्ते लई मन गए की ओ ताची आ रिया ठाका लाउण ठाका हां जी हां जी ठाका कमाल करी जाना तेनू साले एक्टिंग ट्राई करनी चाहिदी है फिल्मा फिल्मा च ਉਹਨਾਂ ਨੇ ਤਾਂ ਫੇਸਬੁੱਕ ਤੇ ਮੇਰੀ ਫੋਟੋ ਵੀ ਅਪਲੋਡ ਕਰਤੀ ਸਾਡਾ ਕਮਿੰਗ ਸੂਨ ਜੋਈ ਅੱਜ ਆ ਰਿਹਾ ਮੰਗਣੀ ਕਰਨ ਤੇਰੀ ਸਾਲਿਆ ਹਾਂਜੀ ਮੇਰੀ ਜੀਜਾ ਜੀ ਤੂੰ ਨਹੀਂ ਬਚਦਾ ਠੀਕ ਆ ਚੱਕ ਦੇ ਫਟੇ ਹੁਣ ਤਾਂ ਬਚ ਗਿਆ ਹੁਣ ਨਹੀਂ ਵੀਰਾ ਡੁੱਬਦਾ ਉਹ ਵਧਾਈਆਂ ਯਾਰ ਤੈਨੂੰ ਫੋਨ ਕੱਟ ਬਸ ਕੀ ਹੋਇਆ ਸਾਲਾ ਆਈਐਸਆਈ ਮਾਰ ਕੇ ਦਾ ਕੀ ਕਹਿਆ ਉਹਨੂੰ ਮੇਰ ਸਿੰਘ ਨੂੰ ਉਹ ਤੇ ਸ਼ਰਾਧਾ ਦੀ ਸ਼ਕਲ ਲੈ ਕੇ ਆ ਰਿਹਾ ਮੇਰੇ ਸਾਲੇ ਦਾ ਕਮਾਲ ਦੀ ਗੱਲ ਆ ਜਿੰਨਾ ਮਾੜਾ ਮੈਂ ਬੋਲ ਕੇ ਆਇਆ ਉਹ ਇਦੋਂ ਬਾਅਦ ਤਾਂ ਬੰਦਾ ਤੁਹਾਡੇ ਘਰੇ ਮਰੇ ਤੇ ਬੈਣ ਪਾਉਣ ਨਾ ਆਵੇ ਉਹ ਸ਼ਗਨ ਪਾਉਣ ਆ ਰਿਹਾ ਮੈਨੂੰ ਤਾਂ ਕੁੜੀ ਦੇ ਕਰੈਕਟਰ ਤੇ ਸ਼ੱਕ ਹੋ ਰਿਹਾ ਪਤਾ ਕਰਾ ਲਾ ਵੀ ਠੀਕ ਆ ਕਿ ਨਹੀਂ ਉਹ ਯਾਰ ਕੁੜੀ ਜਿੱਦਾਂ ਦੀ ਮਰਜ਼ੀ ਹੋਵੇ ਆਖਰ ਤੇ ਕਿਸੇ ਨਾ ਕਿਸੇ ਦੇ ਘਰ ਜਾਣੀ ਹੁੰਦੀ ਨਾ ਵਿਆਹ ਕੇ ਹੈਲੋ ਮੇਰੀ ਗੱਲ ਸੁਣ ਲੈ ਹੁਣ ਮੇਰੀ ਥਾਂ ਤੇ ਮਨਿੰਦਰ ਦਾ ਜੀਜਾ ਬਣ ਕੇ ਨਾ ਇਹ ਵਿਆਹ ਤੂੰ ਹੀ ਭੁਗਤਾਏਗਾ ਤਾਂ ਹੀ ਬਣੇਗਾ ਮੇਰਾ ਜੀਜਾ
ਸਲਾਬ ਜਿਵੇਂ ਦੋ ਦੋ ਥਾਂ ਤੇ ਚੀਜ਼ਾਂ ਬਣਿਆ ਹੋਇਆ, ਮੈਨੂੰ ਪਤਾ ਨੀ ਕਿੱਥੇ ਕਿੱਥੇ ਚੀਜ਼ਾਂ ਬਣਾਊਗਾ। ਇੰਤਜ਼ਾਮ ਹਰ ਚੀਜ਼ ਆਪਣੇ ਹੱਥੀ ਸਜਾਈ ਦੀ ਆ, ਸਿਰਫ ਵਹਟੀ ਨੀ ਛੱਡ ਕੇ ਲਾੜਾ ਵੀ ਸਜਾ ਦੇਣਾ। ਜੇ ਪੇਮੈਂਟ ਪੂਮੈਂਟ ਟਾਈਮ ਸਿਰ ਨਾ ਮਿਲੇ ਤਾਂ ਕਈ ਵਾਰੀ ਲਾੜਾ ਵੀ ਸਜਾ ਦੇਈਦਾ। ਚਲੋ ਜੀ, ਦੈਟਸ ਵੈਰੀ ਗੁੱਡ, ਬਸ ਇਤਨਾ ਵਧੀਆ ਹੋਣਾ ਚਾਹੀਦਾ। ਲੈ ਵਧੀਆ, ਅਗਲਾ ਪੂਰੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਵੈਡਿੰਗ ਪਲੈਨਰ ਹੈ। 6-6 ਸਾਲ ਵਾਰੀ ਨਹੀਂ ਆਉਂਦੀ ਲੋਕਾਂ ਦੀ। ਜਿਹੜੇ ਲਾੜੇ ਵਹੁਟੀਆਂ ਅਜੇ ਸਕੂਲ 'ਚ ਪੜ੍ਹਦੇ ਆ ਨਾ 9ਵੀਂ 10ਵੀਂ 'ਚ, ਉਹਨਾਂ ਦੇ ਐਡਵਾਂਸ ਫੜੀ ਬੈਠਾ। ਉਹ ਤਾਂ ਸੰਦੀਪ ਮਰਾ ਯਾਰ ਬਣ ਗਿਆ ਜੀ, ਅਦਰਵਾਈਜ਼ ਜੀ ਆ ਮਟਿੰਦਰ ਮੇਰੇ ਕੋਲੇ ਡਾਇਰੈਕਟ ਆਉਂਦਾ ਨਾ ਜੀ, ਆ ਬਿੱਜੂ ਦੇ ਧੌਲੇ ਆ ਜਾਣੇ ਸੀਗੇ, ਪਰ ਵਿਆਹ ਦੀ ਡੇਟ ਨਹੀਂ ਸੀ ਮਿਲਣੀ। ਧੌਲੇ ਤਾਂ ਸਾਲੇ ਦੇ ਹੁਣ ਵੀ ਆਏ ਹੋਏ ਆ, ਡਾਈ ਲਾਉਂਦਾ। ਪਰ ਮੈਂ ਤੁਹਾਡੀ ਕੰਪਨੀ ਦਾ ਨਾਂ ਨਹੀਂ ਸੁਣਿਆ ਜੀ ਕਦੇ। ਨਾਂ ਤਾਂ ਹਲੇ ਛੋਟੇ ਵੀਰ ਮੈਂ ਦੱਸਿਆ ਹੀ ਨਹੀਂ। ਹੁਣ ਤੱਕ ਕਿਹਦੇ ਕਿਹਦੇ ਵਿਆਹ ਕਰਵਾਇਆ ਜੀ? ਸਲਮਾਨ ਖਾਨ ਦਾ ਨਾਂ ਸੁਣਿਆ ਜੀ। ਸੁਣਿਆ ਜੀ, ਉਹਦੇ ਵਿਆਹ ਦਾ ਸਾਰਾ ਇੰਤਜ਼ਾਮ ਆਪਾਂ ਹੀ ਕੀਤਾ, ਪਰ ਉਹਦਾ ਤਾਂ ਹਲੇ ਵਿਆਹ ਹੀ ਨਹੀਂ ਹੋਇਆ। ਛੋਟੇ ਐਡਵਾਂਸ ਫੜਿਆ ਹਲੇ, ਵਿਆਹ ਦੀ ਵਾਰੀ ਤਾਂ ਹਲੇ 6 ਸਾਲਾਂ ਬਾਅਦ ਆਉਣੀ ਆ ਉਹਦੀ। ਛੱਡੋ ਹੁਣ, ਤੁਸੀਂ ਦੱਸੋ ਕੀ ਲਓਗੇ? ਆ ਪੇਮੈਂਟ ਤਾਂ ਜੀ ਦੇਖੋ ਚੈੱਕ ਰਾਹੀਂ ਲਵਾਂਗੇ ਜੀ। ਨਹੀਂ ਮੈਂ ਪੁੱਛ ਰਹੀ ਸੀ ਚਾਹ ਕਾਫੀ ਕੁਛ। ਯਾਰ ਬੀਬੀਆਂ ਨੂੰ ਬੜੀ ਪ੍ਰੋਬਲਮ ਹੁੰਦੀ, ਸਿੱਧਾ ਚਾਹ ਕਾਫੀ 'ਚ ਜਾ ਕੇ ਵੜਦੀ। ਹੋਰ ਵੀ 100 ਗੱਲਾਂ ਹੁੰਦੀਆਂ ਪੁੱਛਣ ਵਾਲੀਆਂ। ਓਕੇ, ਤੁਹਾਨੂੰ ਕੋਈ ਪੁੱਛੇ ਵੈਡਿੰਗ ਕੌਣ ਪਲਾਨ ਕਰ ਰਿਹਾ, ਕੀ ਕਹੋਗੇ? ਇਹ ਮੰਨ ਲਓ ਉੱਥੇ ਨਹੀਂ, ਫੇਰ ਇਹ ਉਹ ਛੱਡ ਕੇ ਅਗਲੇ ਦਾ ਨਾਂ ਹੀ ਪੁੱਛ ਲਓ ਸਿੱਧਾ। ਗੁੱਡ ਆਈਡੀਆ, ਸੌਰੀ ਮੈਂ ਤਾਂ ਤੁਹਾਡਾ ਨਾਂ ਹੀ ਨਹੀਂ ਪੁੱਛਿਆ। ਪੁੱਛੋ ਜੀ, ਕੀ ਨਾਂ ਹੈ ਤੁਹਾਡਾ? ਬੰਦੇ ਨੂੰ ਗੌਰਵ ਜੈਨ ਕਹਿੰਦੇ ਨੇ ਜੀ, ਤੇ ਗੌਰਵ ਜੈਨ ਨੂੰ ਸ਼ਾਰਟ 'ਚ ਜੀ ਜੇ ਕਹਿੰਦੇ ਨੇ ਜੀ। ਆਈ ਲਵ ਯੂ ਜੀ ਜੇ। ਜੀ ਜੇ ਨਾਈਸ ਨੇ, ਜੀ ਜੇ ਜੀ ਜੇ। ਅਰਲੀਨ ਜੀ, ਇਹ ਨੇ ਮੇਰੇ ਮਿੱਤਰ ਪਵਿੱਤਰ। ਕੰਗ੍ਰੈਚੁਲੇਸ਼ਨ ਜੀ, ਭਾਬੀ ਜੀ, ਥੈਂਕ ਯੂ ਜੀ। ਖਾਓ ਪੀਓ ਜੀ ਕੁਛ। ਚੀਮਿਆਂ ਬਸ ਤਾਂ ਨਹੀਂ ਜਾਵਾਂਗੇ ਓਏ? ਨਾ ਨਾ, ਬਸ ਤੂੰ ਸਾਰੇ ਵਿਆਹ 'ਚ ਮੇਰੇ ਨਾਲ ਨਾਲ ਜੁੜ ਕੇ ਰਹੀਂ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜੀਜਾ ਹੈ ਕਿ ਜੀਤਾ ਹੈ। ਸਾਰੇ ਰਿਸ਼ਤੇਦਾਰ ਆ ਗਏ, ਤੇਰੇ ਜੀਜਾ ਜੀ ਵੀ ਆ ਗਏ। ਓਹ, ਇੰਨੀ ਲੇਟ ਕਿਉਂ ਹੋਏ? ਪੱਗ ਬੰਨਣ 'ਚ ਲੇਟ ਹੋ ਗਏ ਹੋਣਗੇ ਜੀ। ਪੱਗ? ਹਾਂਜੀ ਹਾਂਜੀ, ਪੱਗ ਕੀਤੀ? ਆਪਦੀ ਜੀ, ਹੋਰ ਕਿਹੜਾ ਇੰਦਰਜੀਤ ਨਿੱਕੂ ਦੀ ਬੰਨ ਕੇ ਆਉਂਦੇ ਆ ਇਹ? ਆਪਦੀ ਪੱਗ ਬੰਨ ਕੇ ਘਰ ਹੀ ਛੱਡ ਆਉਂਦੇ? ਡੈਡੀ, ਮੇਰੀ ਡੋਲੀ ਤੋਰਨ ਤੋਂ ਬਾਅਦ ਪੀ ਲੈਂਦੇ, ਕਿਉਂ ਐਵੇਂ ਉੱਠ ਪਟਾਂਗ ਬੋਲੀ ਜਾਂਦੇ ਹੋ? ਮੈਂ ਤਾਂ ਸੁਣਗੀ ਵੀ ਨਹੀਂ। ਮਨਿੰਦਰ, ਹਾਂਜੀ, ਇਹਨਾਂ ਨੂੰ ਮਿਲੋ, ਇਹ ਮੇਰੀ ਫਰੈਂਡ ਸੋਨੀਆ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਮੇਰੀ ਪਿਆਰੀ ਭਾਬੀ। ਆ ਗਏ? ਓ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸਭ ਚੰਗਾ ਹੋਇਆ, ਤੁਸੀਂ ਵੀ ਬਿਨਾਂ ਬੁਲਾਏ ਆ ਗਏ। ਜਿੱਥੇ ਇੰਨੇ ਲੋਕਾਂ ਨੇ ਰੋਟੀ ਖਾਣੀ ਆ, ਉੱਥੇ ਤੁਸੀਂ ਵੀ ਛਕ ਲਿਓ। 1800 ਰੁਪਏ ਦੀ ਪਲੇਟ ਹੈ। ਤਾਂ ਕੀ ਹੋ ਗਿਆ? ਸਾਡੀ ਦੁਕਾਨ ਦਾ 3 ਸਾਲ ਦਾ ਕਿਰਾਇਆ ਕੱਟ ਲਿਓ ਤੁਸੀਂ, ਤੁਹਾਡੀ ਰੋਟੀ ਦੀ ਇੱਕ ਪਲੇਟ ਦੇ ਪੈਸੇ ਪੂਰੇ ਹੋ ਹੀ ਜਾਣੇ। ਇਹ ਮੇਰਾ ਦੋਸਤ ਹੈ ਜੀ, ਮੈਂ ਬੁਲਾਇਆ। ਚਲੋ, ਨਾ ਵੀ ਬੁਲਾਇਆ ਹੁੰਦਾ, ਅਸੀਂ ਕਿਹੜਾ ਮਾਈਂਡ ਕਰਨਾ ਸੀਗਾ। ਮਾਈਂਡ ਹੁੰਦਾ ਤੇ ਤੁਸੀਂ ਘਰ ਜਾਣਾ ਸੀ, ਪੱਕੀ ਗੱਲ ਹੈ। ਚਲੋ ਛੱਡੋ ਇਹਨਾਂ ਗੱਲਾਂ ਨੂੰ, ਕੁਲਫੀ ਜ਼ਰੂਰ ਖਾ ਕੇ ਜਾਇਓ ਫਲੂਦੇ ਵਾਲੇ, ਉੱਪਰ ਨਾ ਗੂੰਦ ਕਤੀਰਾ ਪਵਾ ਲਿਓ। ਤੁਸੀਂ ਇੱਥੇ ਕੀ ਕਰਦੇ ਪਏ ਹੋ? ਮੇਰੀ ਫਰੈਂਡਸ ਕੱਲ੍ਹ ਦੀ ਪੁੱਛ ਰਹੇ ਨੇ ਕਿ ਮੇਰੇ ਹਸਬੰਡ ਕਿੱਥੇ ਨੇ। ਕੀ ਲਾਇਆ ਹੋਇਆ ਕਿੱਥੇ ਕਿੱਥੇ? ਚਲੋ ਹੁਣ। ਭੈਣ ਜੀ, ਮੈਨੂੰ 1 ਮਿੰਟ ਇਹਨਾਂ ਨਾਲ ਕੰਮ ਹੈ। ਤੁਸੀਂ ਇਹਨਾਂ ਨੂੰ ਰੱਖੋ, ਤੁਸੀਂ ਮੇਰੇ ਨਾਲ ਚਲੋ। ਹੈ ਮੇਰੇ, ਐਡਾ ਵੀ ਕੀ ਐਡਵਾਂਸ ਹੋਣਾ ਵੀ ਜੇ ਹਸਬੰਡ ਬਿਜ਼ੀ ਹੈ ਤਾਂ ਦੋਸਤੀ ਚੱਲੂ? ਤੁਸੀਂ ਇਹਨੂੰ ਸਮਝਾਉਂਦੇ ਕਿਉਂ ਨਹੀਂ ਕੁਛ? ਆ ਵੀਰੇ, ਜਨਾਨੀਆਂ ਸੁਣਦੀਆਂ ਕਿਸੇ ਦੀ ਗੱਲ? ਆ ਛੱਡੋ, ਤੁਸੀਂ ਦੱਸੋ ਕੀ ਕੰਮ ਸੀ? ਜੀਜੇ, ਹਾਂ ਜੀਜੇ, ਇਹ ਕੀ ਤਰੀਕਾ ਹੋਇਆ ਬੁਲਾਉਣ ਦਾ? ਆ ਵੀਰੇ ਛੱਡੋ, ਆਪਾਂ ਕਿਸੇ ਨੂੰ ਅਕਲ ਸਿਖਾਉਣ ਤੋਂ ਤਾਂ ਰਹੇ। ਓ ਜੀਜੇ, ਆਇਆ 1 ਮਿੰਟ। ਹੱਦ ਹੈ, ਇਹ ਤਾਂ ਕੱਲ ਨੂੰ ਮੈਨੂੰ ਵੀ ਏਦਾਂ ਹੀ ਵਾਚਾ ਮਾਰੂ। ਸੌਰੇ, ਓ ਸੌਰੇ, ਆ ਦੱਸ ਮੇਰੇ ਸੌਰਾ ਸਾਹਿਬ ਨੂੰ ਪੁੱਛ ਲਓ, ਕੰਨੇਦਾਨ ਤਾਂ ਫੇਰ ਵੀ ਹੁੰਦਾ ਰਹੂ, ਜੇ ਘੁੱਟ ਲਾਉਣੀ ਹੈ ਤਾਂ ਲਾ ਲੈਣ, ਲੋ ਆ ਹੀ ਦਿੰਦੇ ਹਾਂ। ਦੱਸ, ਤੈਨੂੰ ਕੋਈ ਤਮੀਜ਼ ਤਮੂਜ਼ ਹੈ ਕਿ ਨਹੀਂ? ਕਿਉਂ, ਮੈਂ ਕੀ ਕਰਤਾ ਹੁਣ? ਆਪਣੇ ਜੀਜਾ ਜੀ ਨੂੰ ਕਿਵੇਂ ਬੁਲਾਉਣਾ? ਜਿਵੇਂ ਬੁਲਾਈਦਾ ਉਵੇਂ ਬੁਲਾਉਣਾ। 1 ਮਿੰਟ ਜੀਜੇ ਬੋਲ, ਇਹ ਨੇ ਮੇਰੇ ਸਹੁਰਾ ਸਾਹਿਬ। ਉਹ ਤੇਰਾ ਦਿਮਾਗ ਠੀਕ ਹੈ? ਇਹਨੂੰ ਤਾਂ ਪਤਾ ਹੈ। ਚਲੋ, ਆ ਤਾਂ ਵਧੀਆ ਹੈ, ਤੁਸੀਂ ਸਾਰੇ ਕੰਮ ਛੱਡ ਕੇ ਮੇਰੇ ਸਹੁਰਾ ਸਾਹਿਬ ਦੇ ਅੱਗੇ ਪਿੱਛੇ ਰਹਿਣਾ ਜੀਜੇ। ਤੂੰ ਤਮੀਜ਼ ਸਿੱਖ ਲੈ, ਨਹੀਂ ਤਾਂ ਹੱਦ ਹੋ ਗਈ। ਡੈਡੀ, ਇੱਕ ਤਾਂ ਤੁਹਾਡੀ ਸੇਵਾ 'ਚ ਬੰਦਾ ਲਾ ਰਿਹਾ, ਉੱਤੋਂ ਮੈਨੂੰ ਤਮੀਜ਼ ਹੈ ਨਹੀਂ। ਖੁਸ਼ੀ ਦੇ ਮੌਕੇ ਤੇ ਏਦਾਂ ਮੂੰਹ ਬਣਾ ਕੇ ਨਾ ਫਿਰੋ, ਸਗੋਂ ਇੰਜੋਏ ਕਰੋ ਤੇ ਜੀਜਾ ਜੀ ਨੂੰ ਵੀ 2 ਪੈਗ ਲਵਾਓ। ਹੁਣ ਠੀਕ ਹੈ ਜੀਜਾ ਜੀ? ਜੀਜੇ, ਆਪ ਲੋਕ ਐਸੇ ਕਿਉਂ ਦੇਖ ਰਹੇ? ਅਗਰ ਡਾਂਸ ਅੱਛਾ ਲਗਾ ਤਾਂ ਤਾਲੀਆਂ ਦੇ ਵਜਾ। ਸ਼ੁਕਰੀਆ।
ਸ਼ੁਕਰੀਆ ਮਿਹਰਬਾਨੀ। ਸੋ ਅਸਲੀ ਰਿਤਿਕ ਰੋਸ਼ਨ ਤੋਂ ਵੀ ਵਧੀਆ, ਡੁਪਲੀਕੇਟ ਰਿਤਿਕ ਰੋਸ਼ਨ ਤੋਂ ਬਾਅਦ ਸਿੰਗ ਇਸ ਕਿੰਗ ਤੇ ਡਾਂਸ ਕਰਨ ਲਈ ਸਾਰੇ ਤਿਆਰ ਹੋ ਜਾਓ, ਕਿਉਂਕਿ ਆ ਰਹੇ ਨੇ ਬਾਲੀਵੁੱਡ ਦੇ ਸਭ ਤੋਂ ਵੱਡੇ ਸਟਾਰ ਅਕਸ਼ੇ ਕੁਮਾਰ। ਹਾਂਜੀ ਭਰਾਓ ਤੇ ਭੈਣੋ, ਆ ਰਹੇ ਨੇ ਅਕਸ਼ੇ ਕੁਮਾਰ ਦੇ ਡੁਪਲੀਕੇਟ ਅਕਸ਼ੇ ਕੁਮਾਰ। ਵੋਟ ਫੜ ਗਿਆ ਤੇਰਾ? ਓਏ ਮਾਮਾ ਫੜ ਗਿਆ ਤੇ ਕੀ ਹੋਇਆ? ਸਿੰਘ ਇਸ ਕਿੰਗ ਵੇਲੇ ਸਵਾਇਆ ਸੀ, ਇਹਨੇ ਸਾਲਾਂ 'ਚ ਤੇ ਫਿਲਮਾਂ ਦੇ ਪ੍ਰਿੰਟ ਕਾਸ ਜਾਂਦੇ ਨੇ ਤੇ ਫਿਰ ਵੀ ਕੋਰਟ ਹੈ ਤੇ ਮਾਮਾ ਰਫੂ ਨਹੀਂ ਕਰਾਇਆ ਜਾਂਦਾ? ਓ ਕਿੱਥੋਂ ਕਿੱਥੋਂ ਰਫੂ ਕਰਾਵਾ, ਸਭ ਜਗ੍ਹਾ ਤੋਂ ਤਾਂ ਫਟ ਗਿਆ। ਨਾਲੇ ਇੱਕ ਵਿਆਜ 10 ਵਾਰੀ ਸਿੰਘ ਇਸ ਕਿੰਗ ਦੀ ਆਈਟਮ ਕਰਵਾ ਲੈਨੇ ਮੇਰੇ ਕੋਲੋਂ। ਇਹਨੂੰ ਦੇਖੋ ਕਿੱਥੇ ਅਕਸ਼ੈ ਕੁਮਾਰ ਨਾਲ ਉਹ ਲੰਡਨ ਵਾਲੀ ਕਤਰੀਨਾ ਕੈਫ, ਇੱਥੇ ਮੇਰੇ ਨਾਲ ਲਾਂਡਰਾਂ ਵਾਲੀ ਭੋਲੀ ਭੇਜ ਦਿੰਦੇ ਨੇ। ਇਹ ਦੇਖੋ ਕਿਸ ਤਰ੍ਹਾਂ ਚਿਕਨ ਖਾ ਰਹੀ ਹੈ, ਲੱਗਦਾ ਪੂਰਾ ਪੋਲਟਰੀ ਫਾਰਮ ਖਾ ਜਾਊਗੀ। ਜਿੰਨੀ ਤੇਰੀ ਪ੍ਰੈਕਟਿਸ ਹੋ ਗਈ ਨਾ ਖਾਣ ਦੀ, ਤੂੰ ਦੰਦਾਂ ਨਾਲ ਸਰੀਆ ਮੋੜਨ ਦੀ ਆਈਟਮ ਲਾ ਕਰ ਭੋਲੀਏ। ਲਓ ਜੀ ਹੁਣ ਆ ਰਹੇ ਨੇ ਬਖਸ਼ੇ ਕੁਮਾਰ ਤੁਹਾਨੂੰ ਲੁੱਟਣ। ਲੁੱਟਣ ਨੂੰ ਮੈਂ ਝੋਣਾ ਮੋੜਾਂ? ਉਹ ਸਾਲੇ ਨੂੰ ਕਿੰਨੀ ਵਾਰੀ ਸਮਝਾ ਸਟੇਜ ਲੁੱਟਣ ਕਹੀਦਾ ਤੇ ਮਾਮਾ ਸਟੇਜ ਲੁੱਟ ਲਾ ਜਾ ਕੇ। ਹੁਣ ਮਜ਼ਾ ਹੀ ਕਿਰਕਿਰਾ ਕਰਤਾ ਸਾਰਿਆਂ ਨੇ। ਯਾਰ ਬਖਸ਼ਿਆ, ਸਿੰਘ ਇਸ ਕਿੰਗ ਵਾਲੀ ਸੀੜੀ ਫਸ ਗਈ। ਪਹਿਲਾਂ ਮੇਰਾ ਕੋਟ ਫਟ ਗਿਆ, ਹੁਣ ਤਾਂ ਮੇਰੀ ਸੀੜੀ ਫਸ ਗਈ। ਮੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਤੁਸੀਂ ਲੋਕਾਂ ਨੇ। ਜਾ ਜਾ ਕੇ ਪਿੰਡ ਵਾਲੀ ਸੀੜੀ ਲੈ, ਜਲਦੀ ਮਾਰ। ਉਹ ਦੇਖ ਮਨਿੰਦਰ, ਉਹ ਸੀੜੀ ਲਾਤੀ। 2 ਮਿੰਟ ਹੋਰ ਲੱਗਣੇ ਸਟੇਜ ਸਾਹਿਬ ਹੁਣ ਤੱਕ। ਮਾਰੋ ਇੱਕ ਧਰਤੀ ਤੇ 2 ਮਾਵਾਂ। ਇੱਕ ਮਾਂ ਨੇ ਦਿੱਲੀ ਚਾਨੀ ਚੌਕ ਵਿੱਚ ਜੰਮਿਆ, ਉਹ ਅਕਸ਼ੈ ਕੁਮਾਰ। ਦੂਜੀ ਮਾਣੇ ਜੱਗੂ ਚੌਕ ਜਲੰਧਰ ਵਿੱਚ ਜੰਮਿਆ, ਇਹ ਤੁਹਾਡਾ ਆਪਣਾ ਬਖਸ਼ੇ ਕੁਮਾਰ। ਇੱਕ ਅਸਮਾਨ ਤੇ ਦੂਜਾ ਧਰਤੀ, ਪਰ ਅਧਿਕਾਰ ਜਦੋਂ ਕਰਨ ਤੇ ਆਉਂਦਾ ਹੈ ਜ਼ਮੀਨ ਅਸਮਾਨ ਇੱਕ ਕਰ ਦਿੰਦਾ ਹੈ। ਕਿਸੇ ਦੀ ਮਾਂ ਭੈਣ ਇੱਕ ਕਰਨੀ ਤੇ ਬਹੁਤ ਸੌਖਾ ਹੈਗਾ, ਪਰ ਕੋਈ ਮਰਦ ਹੀ ਹੁੰਦਾ ਜਿਹੜਾ ਜ਼ਮੀਨ ਅਸਮਾਨ ਇੱਕ ਕਰ ਦਿੰਦਾ ਹੈ। ਵੈਸੇ ਤੁਹਾਡੇ ਬਖਸ਼ੇ ਕੁਮਾਰ ਦੇ ਉੱਤੇ ਰੱਬ ਦੀ ਬੜੀ ਕਿਰਪਾ ਹੈਗੀ। ਅਕਸ਼ੈ ਕੁਮਾਰ ਤਾਂ ਫੇਰ ਵੀ 50 ਦਿਨ ਸਾਲ ਦੇ ਵਿੱਚ ਵਿਹਲਾ ਬੈਠਾ ਹੁੰਦਾ ਹੈ, ਪਰ ਇਹ ਤੁਹਾਡਾ ਆਪਣਾ ਬਖਸ਼ੇ ਕੁਮਾਰ 365 ਦਿਨ ਇਹ ਪੂਰਾ ਦਾ ਪੂਰਾ 365 ਦਿਨ ਕੰਮ ਕਰਦਾ ਹੈ। ਉਹਦੇ ਉੱਤੇ ਤੇ 1 ਰੁਪਿਆ ਕੋਈ ਨਹੀਂ ਸੁੱਟਦਾ। ਤੁਹਾਡੇ ਬੰਦੇ ਉੱਤੇ 10-10 ਦੇ ਨੋਟ ਲੋਕੀ ਮੂੰਹ ਤੇ ਮਾਰਦੇ ਨੇ। ਇੱਕ ਹੋਰ ਮੈਂ ਗੱਲ ਦੱਸਦਾ ਤੁਹਾਨੂੰ ਸਾਰਿਆਂ ਨੂੰ। ਛੱਡੋ ਕੀ ਦੱਸਾਂਗਾ ਮੈਂ ਤੁਹਾਨੂੰ, ਉਹ ਬੁਲਾ ਬਈ ਡਾਂਸਰ ਮੁੰਡਿਆਂ ਨੂੰ ਕੁੜੀਆਂ ਨੂੰ, ਚਲੋ। ਲਿਆ ਬਈ ਉਸਤਾਦ ਪਹਿਲੇ ਲਿਆ, ਜਲਦੀ ਜਾਣਾ ਮੈਂ। ਆ ਚੱਕ ਬਖਸ਼ਿਆ 5000। ਓਏ ਇੰਨੀ ਵੀ ਜਲਦੀ ਨਹੀਂ ਜਾਣਾ, ਪੂਰੀ ਪੇਮੈਂਟ ਦਿਓ ਮੇਰੀ। ਆ ਜਿਹੜੇ ਦਸਾਂ ਦਸਾਂ ਨਾਲ ਗੀਜੇ ਭਰਿਆ ਇਹਨੂੰ ਪੂਰੀ ਹੋ ਸਮਝ। ਚੰਕੀ ਪਾਂਡੇ ਦਾ ਡੁਪਲੀਕੇਟ ਸਮਝਿਆ ਤੁਸੀਂ ਮੈਨੂੰ? ਹੈ ਇਹ ਗਲਤ ਗੱਲ ਹੈ, ਤੁਸੀਂ ਮੈਨੂੰ ਕਿਹਾ ਸੀ ਖੁਸ਼ ਕਰਕੇ ਭੇਜੋਗੇ। ਨਾ ਖੁਸ਼ ਕਰਨ ਨੂੰ ਤੈਨੂੰ ਹੁਣ ਚੁਟਕਲੇ ਸੁਣਾਈਏ ਅਸੀਂ? ਓਏ ਜਿੰਨੇ ਅਸੀਂ ਸੋਚੇ ਸੀ ਉਹਨੇ ਸ਼ਗਨ ਪਏ ਨਹੀਂ। ਸਹੀ ਗੱਲ ਹੈ ਬਾਜੀ, ਸ਼ਗਨ ਵਾਲੇ ਲਿਫਾਫੇ ਤਾਂ ਕਾਫੀ ਖਾਲੀ ਨਿਕਲੇ। ਨਾ ਉਹ ਮੇਰੀ ਗਲਤੀ ਹੈ, ਮੈਂ ਪਾਉਣੇ ਸੀ ਸ਼ਗਨ। ਮੈਨੂੰ ਮੇਰੇ 10,000 ਹੱਥੇ 'ਚ ਰੱਖੋ, ਤੁਸੀਂ ਨਹੀਂ ਜਾਣਦੇ ਮੈਨੂੰ। ਜੇ ਮੈਨੂੰ ਅਕਸ਼ੈ ਕੁਮਾਰ ਵਰਗਾ ਡਾਂਸ ਆਉਂਦਾ ਤੇ ਉਹਦੇ ਵਰਗਾ ਐਕਸ਼ਨ ਵੀ ਆਉਂਦਾ, ਸਮਝੇ ਨਾ? ਐਕਸ਼ਨ ਤੇ ਅਸੀਂ ਕਰਾਇਆ ਹੀ ਨਹੀਂ, ਡਾਂਸ ਮੈਂ ਪੈਸੇ ਮਿਲਣ ਤੇ ਕਰਦਾ, ਐਕਸ਼ਨ ਪੈਸੇ ਨਾ ਮਿਲਣ ਤੇ। ਓ ਭਾਜੀ ਸਮਝਾ ਕਰੋ ਮੇਰੀ ਪ੍ਰੋਬਲਮ, ਮੈਂ ਵਿਆਹਿਆ ਹੋਇਆ। ਲੈ ਤੂੰ ਤੇ ਯਾਰ ਇੱਕ ਥਾਂ ਤੇ ਵਿਆਹਿਆ ਹੋਏਗਾ, ਇੱਧਰ 2-2 ਥਾਵਾਂ ਤੇ ਵਿਆਹੇ ਫਿਰਦੇ ਹਾਂ ਅਸੀਂ। ਓ ਤੁਹਾਨੂੰ ਲੋਕਾਂ ਨੂੰ ਕੀ ਪਤਾ ਇੱਕ ਡੁਪਲੀਕੇਟ ਦੀ ਲਾਈਫ ਕੀ ਹੁੰਦੀ ਹੈ। ਸਾਨੂੰ ਨਾ ਦੱਸ ਵੀਰੇ, ਤੂੰ ਤਾਂ ਇੱਕ ਦਾ ਡੁਪਲੀਕੇਟ ਆ, ਮੈਂ ਤਾਂ 3-3 ਦਾ ਡੁਪਲੀਕੇਟ ਆ। ਸਾਲਿਓ ਹਰ ਗੱਲ ਵਧਾ ਕੇ ਦੱਸੀ ਜਾਂਦੇ ਹੋ, ਪਰ ਪੈਸੇ ਨਹੀਂ ਵਧਾਉਂਦੇ ਹੋ। ਬੇਸ਼ਰਮੋ ਮੇਰੇ ਨਾਲ ਚੱਲਿਆ ਕਰੋ, ਮੈਂ ਜਦੋਂ ਨੱਚਿਆ ਕਰਾਂ ਤੁਸੀਂ ਪੈਸੇ ਇਕੱਠੇ ਕਰਕੇ ਆਪਣੇ ਕੋਲ ਰੱਖਿਆ ਕਰੋ। ਗਰੀਬ ਬੰਦੇ ਦੀ ਬਦੁਆ ਲੱਗੇਗੀ। 2 ਵਾਰੀ ਵਿਆਹ ਕਰਾਉਣਾ ਤੂੰ, ਤੂੰ 2 ਵਾਰੀ ਫਸੇਗਾ, ਡਬਲ ਫਸੇਗਾ ਤੂੰ। ਤੂੰ ਦੰਦ ਨਾ ਕੱਢ, ਤੂੰ 3 ਬੰਦਿਆਂ ਦਾ ਡੁਪਲੀਕੇਟ ਹੈ ਨਾ, ਤੂੰ ਮਾਮਾ 3 ਵਾਰੀ ਫਸੇਗਾ ਕੁੱਤਿਓ। ਉਹ ਸਾਲੇ ਦੀ ਬਦੁਆ ਲੱਗ ਤਾਂ ਨਹੀਂ ਜਾਊਗੀ, ਸਾਲਾ ਆਪ ਡੁਪਲੀਕੇਟ ਹੈ, ਦੀ ਬਦੁਆ ਵੀ ਡੁਪਲੀਕੇਟ ਹੀ ਹੋਣੀ ਹੈ। ਮਨਿੰਦਰ ਤੁਸੀਂ ਵੀ ਵਿਆਹ ਲਈ ਕੁਝ ਲੈ ਲੋ, ਸਾਰਾ ਕੁਝ ਤੇ ਮੈਂ ਹੀ ਲਿਆ। ਮੈਂ ਪੰਗਾ ਲਿਆ ਤਾਂ ਹੋਇਆ ਵਿਆਹ ਵਾਲਾ। ਤੁਸੀਂ ਵਿਆਹ 'ਚ ਪੰਗਾ ਪਾ ਕੇ ਆਓਗੇ? ਮੈਂ ਤਾਂ ਕੀ ਪੰਗਾ ਪਾਉਣਾ, ਰੱਬ ਨਾ ਪੰਗਾ ਪਾਵੇ। ਟੈਟੂ ਆਹ ਬਾਹ ਦੇ ਨਾਲ ਹੀ ਖਾਈਏ ਪ੍ਰੀਤੇ। ਮਨਿੰਦਰ ਪਾਗਲ ਹੋ ਗਈ ਤੂੰ, ਬਾਹ ਦੇ ਨਾਲ ਤਾਂ ਉਹ ਲਿਖਵਾਉਂਦੇ ਨੇ ਜਿਹਨਾਂ ਨੂੰ ਗੁਆਚਣ ਦਾ ਡਰ ਹੋਵੇ। ਉਹ ਆਪਾਂ ਇੱਕ ਦੂਜੇ ਦਾ ਨਾਲ ਲਿਖਵਾਉਂਗੇ ਨਾ,
ਤੁਸੀਂ ਪ੍ਰੀਤ ਤੇ ਮੈਂ ਮਨਿੰਦਰ ਪਰਮਾਨੈਂਟ ਪਾਗਲ ਹੋ ਗਈ ਪਰਮਾਨੈਂਟ ਜੇ ਕੱਲ ਨੂੰ ਆਪਣਾ ਤਲਾਕ ਹੋ ਗਿਆ ਤੇਰੇ ਦੂਜੇ ਘਰ ਵਾਲੇ ਤੇਰੀ ਮਾਂ ਨਹੀਂ ਬਣਨੀ ਹੈਗੀ ਵਿਆਹ ਤੋਂ ਪਹਿਲੇ ਤੁਸੀਂ ਤਲਾਕ ਦੀਆਂ ਗੱਲਾਂ ਕਰ ਰਹੇ ਹੋ ਮੈਂ ਤੇ ਲਿਖਾਉਂਗੀ ਅੱਛਾ ਜਾ ਕੱਚੇ ਰੰਗ ਨਾਲ ਲਿਖਵਾ ਲਾ ਕੱਚੇ ਰੰਗ ਨੂੰ ਉਹ ਚੁਣਿਆ ਰੰਗ ਦਾ ਪਿਆ ਉਹ ਚੱਲ ਜੇ ਲਿਖਾਉਣਾ ਹੀ ਆ ਤਾਂ ਲਿਖਾ ਜੋ ਜੀਤਾ ਉਹੀ ਸਿਕੰਦਰ ਸਿਕੰਦਰ ਕਿਉਂ ਜੋ ਜੀਤਾ ਵਹੀ ਮਨਿੰਦਰ ਉਹ ਜੋ ਜੀਤਾ ਉਹ ਮਨਿੰਦਰ ਨਹੀਂ ਹੈਗਾ ਲੋਕੀ ਲਿਖਾਉਂਦੇ ਇੱਕ ਦੂਜੇ ਦਾ ਨਾਮ ਮੈਂ ਵੀ ਲਿਖਾਉਂਗੀ ਦਿਲ ਤੇ ਲਿਖਾਉਂਦੇ ਨੇ ਲੜੇ ਲਿਖਾਉਂਦੇ ਕੀ ਫੀਲਿੰਗਸ ਹੁੰਦੀਆਂ ਨੇ ਗਾਣੇ ਨਹੀਂ ਸੁਣਿਆ ਗੇ ਦਿਲ ਪੇ ਲਿਖਿਆ ਤਰ੍ਹਾਂ ਨਾਲ ਕਦੇ ਸੁਣਿਆ ਬਾਹ ਪੇ ਲਿਖਿਆ ਤਰ੍ਹਾਂ ਨਾਲ ਸੜਾ ਧੌਣ ਕੇ ਪਿੱਛੇ ਲਿਖਿਆ ਤਰ੍ਹਾਂ ਨਾਲ ਚਿੰਮਾ ਜੀ ਚਿੰਮਾ ਜੀ ਵਾਹ ਪ੍ਰੀਤ ਚਿੰਮਾ ਜੀ ਵਾਹ ਪਹਿਲਾ ਬੰਦਾ ਦੇਖਿਆ ਜਿਹੜਾ ਕੁੜੀ ਨੂੰ ਉਹਦੇ ਗੋਦ ਤੋਂ ਬੁਲਾ ਰਿਹਾ ਚੀਮਾ ਜੀ ਚੀਮਾ ਜੀ ਵੈਸੇ ਪ੍ਰੀਤ ਚੀਮਾ ਜੀ ਹੈ ਕੌਣ ਸਾਡੇ ਕਿਰਾਏਦਾਰ ਕਿਰਾਏਦਾਰ ਚੀਮਾ ਜੀ ਸਤਿ ਸ਼੍ਰੀ ਅਕਾਲ ਜੀ ਚੀਮਾ ਜੀ ਇੱਥੇ ਕੀ ਕਰ ਰਹੇ ਹੋ ਸ਼ਾਪਿੰਗ ਕਰਨ ਆਈ ਸੀ ਚੀਮਾ ਜੀ ਭਾਬੀ ਜੀ ਕਿੱਥੇ ਕਰ ਤੁਸੀਂ ਨਾ ਬੋਲਿਓ ਬੇਟਾ ਜੀ ਪਲੀਜ਼ ਚੀਮਾ ਜੀ ਭਾਬੀ ਜੀ ਨੂੰ ਪਤਾ ਕਿ ਤੁਸੀਂ ਇੱਥੇ ਹੋ ਹਾਂ ਤੁਸੀਂ ਫੇਰ ਵਿੱਚ ਕਿਉਂ ਨਹੀਂ ਬੋਲ ਰਹੇ ਮੈਂ ਸਿਰਫ ਤੁਹਾਡੇ ਕਰਕੇ ਰਿਸ਼ਤੇ ਨੂੰ ਮੰਨੇ ਹੱਦ ਹੈ ਤੁਸੀਂ ਕੌਣ ਹੁੰਦੇ ਹੋ ਮੰਨਣ ਨਾ ਮੰਨਣ ਵਾਲੇ ਕਿਰਾਏਦਾਰ ਹੋ ਕਿਰਾਏਦਾਰ ਹੋ ਐਵੇਂ ਮੇਰੀ ਜ਼ਬਾਨ ਨਾ ਖਿਲਾ ਕਿਉਂ ਲੱਗੀ ਹੈ ਕਿਸੇ ਦਾ ਘਰ ਪੱਟਣ ਤੇਰੀ ਮਾਂ ਤੇਰੇ ਵਿਆਹ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ ਸਬਰ ਕਰ ਲੈ ਤੇਰਾ ਆਪ ਦਾ ਆਜੂ ਹੱਦ ਹੈ ਤੁਹਾਨੂੰ ਕਿਰਾਇਆ ਵਧਾਉਣ ਲਈ ਕੀ ਕਹਿ ਦਿੱਤਾ ਤੁਸੀਂ ਐਦਾਂ ਦੀਆਂ ਹਰਕਤਾਂ ਦੇ ਉੱਤਰ ਹੈ ਦੱਸਣੀ ਆਵੇਂ ਵੀਰ ਜੀ ਨੂੰ ਛੱਡਣਗੇ ਨਹੀਂ ਤੁਹਾਨੂੰ ਤੁਸੀਂ ਖੜੇ ਹੋਏ ਹੋ ਕੁਝ ਬੋਲਦੇ ਕਿਉਂ ਨਹੀਂ ਅਬਾ ਮੰਮੀ ਨੇ ਕਿਹਾ ਸੀ ਬਗਾਨਿਆਂ ਦੇ ਮੂੰਹ ਨਹੀਂ ਲੱਗੀਦਾ ਚੱਲ ਆਪਾਂ ਚੱਲੀਏ ਬਗਾਨੇ ਅੱਜ ਆਪਣੇ ਹੋਏ ਬਗਾਨੇ ਜੇ ਤੈਨੂੰ ਤੇਰੇ ਘਰ ਦੇ ਵਿੱਚ ਹੀ ਬਗਾਨਾ ਨਾ ਨਾ ਕੀਤਾ ਤਾਂ ਮੈਨੂੰ ਕਹੀਂ ਮਨਿੰਦਰੇ ਮਨਿੰਦਰੇ ਕੌਣ ਹੈ ਬੀਬਾ ਜੀ ਡੈਡੀ ਜੀ ਉਹ ਸਤਿ ਸ਼੍ਰੀ ਅਕਾਲ ਅੰਕਲ ਹਾਂ ਜੀ ਸਤਿ ਸ਼੍ਰੀ ਅਕਾਲ ਗੱਲ ਦੱਸਣ ਵਾਲੀ ਤਾਂ ਨਹੀਂ ਪਰ ਦੱਸਣੀ ਪੈਣੀ ਹੈ ਕੀ ਹੋ ਗਿਆ ਅੰਕਲ ਤੁਹਾਡੇ ਘਰ ਵਾਲੇ ਦਾ ਮੇਰੇ ਦੁਕਾਨ ਮਾਲਕਾਂ ਦੀ ਕੁੜੀ ਨਾਲ ਭੜੀਕਾ ਹੈ ਭੜੀਕਾ ਡੈਡੀ ਕਿੱਦਾਂ ਦੀ ਛੀ ਵਰਡਿੰਗ ਯੂਜ਼ ਕਰ ਰਹੇ ਹੋ ਤੁਸੀਂ ਦੀਦੀ ਤੁਹਾਨੂੰ ਮੈਂ ਦੱਸਦੀ ਹਾਂ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੀਜਾ ਜੀ ਦਾ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਡੈਡੀ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕੀ ਬੋਲ ਰਹੇ ਹੋ ਤੁਸੀਂ ਅੰਕਲ ਕਿਹਨੇ ਦੱਸਿਆ ਤੁਹਾਨੂੰ ਮੈਂ ਆਪ ਹੁਣੇ ਦੋਹਾਂ ਨੂੰ ਇਕੱਠੇ ਦੇਖ ਕੇ ਆਇਆ ਹੁਣੇ ਹਾਂ ਇੱਕ ਮਿੰਟ ਸਾਰੇ ਬੈਠੇ ਗੱਲ ਕਰੋ ਜਿਹੜੀ ਹੈਗੀ ਆ ਵਿੱਚੋਂ ਅੰਕਲ ਹੁਣ ਬੋਲਦੇ ਕਿਉਂ ਨਹੀਂ ਹੁਣੇ ਤੁਸੀਂ ਕਹਿ ਰਹੇ ਸੀ ਮੇਰੇ ਹਸਬੈਂਡ ਦਾ ਇੱਥੇ ਉੱਥੇ ਕੋਈ ਚੱਕਰ ਪਤਾ ਨਹੀਂ ਕੀ ਕੀ ਇੱਕ ਮਿੰਟ ਗੱਲ ਕੀ ਵਿੱਚੋਂ ਮੈਨੂੰ ਲੱਗਦਾ ਡੈਡੀ ਦੇ ਪੈਣਗੇ ਅੱਜ ਬੱਚਿਆਂ ਦੇ ਪਿੱਛੇ ਲੱਗ ਕੇ ਬੜਿਆਂ ਤੇ ਹੱਥ ਨਹੀਂ ਚੁੱਕੀ ਦਿੰਦਾ ਮੈਂ ਪਿੱਛੇ ਗੱਲ ਜਿਹੜੀ ਕਲੀਅਰ ਕਰੋ ਸਾਰੇ ਹੈਰਾਨ ਹੋ ਰਹੇ ਕੀ ਗੱਲ ਹੋਣੀ ਪਤਾ ਨਹੀਂ ਕੀ ਵਿੱਚੋਂ ਸੌਰੀ ਸੌਰੀ ਕਿਉਂ ਹੁਣ ਮੂੰਹ ਤੇ ਬੋਲੋ ਨਾ ਵੀ ਕੁੜੀ ਕੌਣ ਹੈ ਕਹਿੰਦੇ ਇੱਥੇ ਦੁਕਾਨ ਮਾਲਕਾਂ ਦੀ ਕੁੜੀ ਦੇ ਨਾਲ ਚੱਕਰ ਹੈ ਡੈਡੀ ਇੱਥੇ ਵੀ ਕਰਾ ਦੀ ਬੇਇੱਜ਼ਤੀ ਸੋਰੀਆਂ ਤੁਸੀਂ ਮੰਗੋ ਮੇਰੇ ਕੋਲੋਂ ਸਾਰਿਆਂ ਸਾਹਮਣੇ ਗੱਲ ਕਰੋ ਜਿਹੜੀ ਕਰਨੀ ਕੰਨ ਚ ਸੋਰੀ ਕੰਨ ਚ ਸੋਰੀ ਉਹ ਜੇ ਤੁਸੀਂ ਦੁਕਾਨ ਤੋਂ ਲੇਟ ਨਾ ਨਾ ਹੋ ਰਹੇ ਹੁੰਦੇ ਤੇ ਇੱਥੇ ਸੱਚੀ ਬਹੁਤ ਕਲੇਸ਼ ਪੈਣੇ ਸੀ ਸੱਚ ਮੈਂ ਤਾਂ ਸੱਚੀ ਦੁਕਾਨ ਤੋਂ ਲੇਟ ਹੋ ਰਿਹਾ ਅੱਛਾ ਵੈਰੀ ਗੁੱਡ ਓਕੇ ਮੈਂ ਉਦਾਂ ਹੀ ਗੱਲ ਬਸ ਹਾਂ ਚਲੋ ਦੱਸੋ ਯਾਰ ਹੱਦ ਹੋ ਗਈ ਵੈਸੇ ਲੋਕਾਂ ਵਾਲੀ ਨਹੀਂ ਤੁਹਾਨੂੰ ਕੀ ਹੋ ਗਿਆ ਇੰਨਾ ਪਸੀਨਾ ਵੈਸੇ ਤਾਂ ਸਿਰਫ ਘਬਰਾਹਟ 'ਚ ਪਸੀਨਾ ਆਉਂਦਾ ਅੱਜ ਦੇਖੋ ਗੁੱਸੇ 'ਚ ਵੀ ਅੱਜ ਮੈਨੂੰ ਗੁੱਸੇ 'ਚ ਹੀ ਘਬਰਾਹਟਾਂ ਹੋ ਰਹੀਆਂ ਅਨੂ ਦਾਜ ਦਾ ਤਾਂ ਮੈਨੂੰ ਲੱਗਦਾ ਸਾਰਾ ਸਮਾਨ ਪੈਕ ਹੋ ਗਿਆ ਹੈ ਨਾ ਹਾਂਜੀ ਮੰਮੀ ਜੀ ਬਸ ਤੁਸੀਂ ਉਹ ਗੋਦਰੇ ਦੀ ਸੇਫ ਵਿੱਚੋਂ ਨਾ ਜੁਲਰੀ ਲੈ ਲਓ ਹਾਂ ਸੱਚ ਉਹ ਤਾਂ ਭੁੱਲ ਹੀ ਗਈ ਅਨੂ ਇਹ ਚੂੜੀਆਂ ਕਿੱਥੇ ਨੇ ਮੰਮੀ ਜੀ ਸਾਰਾ ਕੁਝ ਇੱਥੇ ਰੱਖਿਆ ਸੀ ਪਰ ਚੂੜੀਆਂ ਤਾਂ ਵਿੱਚ ਹੈ ਹੀ ਨਹੀਂ ਚੋਰੀ ਤਾਂ ਨਹੀਂ ਹੋ ਗਿਆ ਹਾਏ ਹਾਏ
ਗੋਦਰੇਜ ਦੀ ਸੇਫ ਚੋਂ ਕੋਈ ਭੂਤ ਨਹੀਂ ਚੋਰੀ ਕਰ ਸਕਦਾ, ਬੰਦਾ ਕਿੱਦਾਂ ਕਰ ਲੋ? ਤੁਸੀਂ ਫਿਰ ਮੇਹਰ ਸਿੰਘ ਅੰਕਲ ਨੂੰ ਫੋਨ ਕਰਕੇ ਪੁੱਛੋ, ਚੂੜੀਆਂ ਭੇਜੀਆਂ ਵੀ ਸੀ ਕਿ ਨਹੀਂ ਉਹਨਾਂ ਨੇ। ਹਾਂ, ਉਸੇ ਨੂੰ ਫੋਨ ਕਰਦੀ ਆ। ਹੈਲੋ, ਮੇਹਰ ਸਿੰਘ ਜੀ। ਹਾਂਜੀ, ਬੋਲ ਰਹੇ ਹਾਂ ਜੀ। ਮੈਂ ਮਿਸੇ ਚੀਮਾ ਬੋਲਦੀ ਆ। ਇਹ ਗਹਿਣਿਆਂ ਚੋਂ ਚੂੜੀਆਂ ਤਾਂ ਮਿਲੀਆਂ ਹੀ ਨਹੀਂ। ਭੈਣ ਜੀ, ਚੂੜੀਆਂ ਤਾਂ ਤਿਆਰ ਪਈਆਂ, ਸ਼ਾਮੀ ਦੁਕਾਨ ਬੰਦ ਕਰਕੇ ਦੇਣ ਆ ਜਾਊਂਗਾ। ਸ਼ਾਮ ਦਾ ਕੀ ਫਾਇਦਾ, ਵਿਆਹ ਤਾਂ ਸਵੇਰ ਦਾ। ਅੱਜ ਹੈ ਵਿਆਹ ਤੇ ਹੋਰ ਕੀ? ਭੈਣ ਜੀ, ਇੰਨੇ ਮਹਿੰਗੇ ਗਹਿਣੇ ਬਣਵਾਏ ਆ, ਚਾਰ ਕਾਰਡ ਹੋਰ ਛਪਵਾ ਲੈਂਦੇ, ਇੱਕ ਅੱਧਾ ਮੈਨੂੰ ਤਾਂ ਮਿਲ ਜਾਂਦਾ। ਤੁਹਾਨੂੰ ਕਾਰਡ ਮਿਲਿਆ ਹੀ ਨਹੀਂ? ਲੈ ਕਿੱਥੇ, ਪਰ ਤੁਹਾਡਾ ਕਾਰਡ ਤਾਂ ਅੱਡ ਕੱਢ ਕੇ ਰੱਖਿਆ ਸੀ। ਚਲੋ ਇੱਧਰ ਉੱਧਰ ਹੋ ਗਿਆ ਹੋਣਾ, ਹੁਣ ਅਸੀਂ ਤਾਂ ਥੋੜੀ ਦੇਰ ਚ ਪੈਲਸ ਪਹੁੰਚਣ ਲੱਗੇ ਆ। ਤੁਸੀਂ ਇੱਦਾਂ ਕਰੋ, ਚੂੜੀਆਂ ਲੈ ਕੇ ਸਿੱਧਾ ਪੈਲਸ ਪਹੁੰਚ ਜਾਓ। ਜੇ ਮੈਂ ਸ਼ਹਿਰ ਦੇ ਸਾਰੇ ਮੈਰਿਜ ਪੈਲਸਾਂ 'ਚ ਤੁਹਾਨੂੰ ਲੱਭੂਗਾ ਫਿਰ ਤਾਂ ਬਹੁਤ ਟਾਈਮ ਲੱਗ ਜੂ। ਤੁਸੀਂ ਮੈਨੂੰ ਪੈਲਸ ਦਾ ਨਾਂ ਪਤਾ ਦੱਸ ਦੋ, ਮੈਂ ਸਿੱਧਾ ਉੱਥੇ ਹੀ ਵੱਜੂਗਾ। ਤੁਸੀਂ ਸੰਧੂ ਪੈਲਸ ਪਹੁੰਚੋ। ਸੰਧੂ ਪੈਲਸ, ਠੀਕ ਹੈ। ਲਿਫਾਫੇ ਸ਼ਗਨ ਨਾ ਲਿਆ ਬਈ, ਓਏ ਮੇਰਾ ਸ਼ਗਨ ਨਹੀਂ ਛੱਡਦਾ। ਮੁਬਾਰਕਾਂ ਬਾਜੀ, ਸਿਹਰਾ ਚੱਕੋ, ਫੋਟੋ ਖਿੱਚਣੀ ਆ ਜੀ। ਤੂੰ ਮੇਰੀ ਸਿਹਰੇ ਚੱਕ ਵੀ ਫੋਟੋ ਨੀ ਖਿੱਚੀ ਹੈਗੀ, ਏਦਾਂ ਹੀ ਸਿਹਰੇ ਛਾ। ਭਾਈ ਸਾਹਿਬ, ਚੂੜੀਆਂ ਤਾਂ ਬਹੁਤ ਸੋਹਣੀਆਂ ਬਣਾਈਆਂ ਨੇ। ਚਲੋ ਹੁਣ ਤੁਸੀਂ ਨਾ ਨਾਸ਼ਤਾ ਕਰ ਲਓ। ਚੂੜੀਆਂ ਦੇ ਬਦਲੇ ਕਿੰਨਾ ਕੁ ਨਾਸ਼ਤਾ ਕਰ ਲੂ ਮੈਂ, ਮਰਨਾ ਥੋੜੀ ਹੈ। ਤੁਸੀਂ ਪੇਮੈਂਟ ਹੀ ਕਰ ਦੋ। ਓਹੋ ਭਾਈ ਸਾਹਿਬ, ਪੇਮੈਂਟ ਤਾਂ ਤੁਹਾਡੀ ਕਰਨੀ ਹੋਈ, ਹੈ ਆਏ ਹੋ, ਇਦਾਂ ਕਿੱਦਾਂ ਜਾਣ ਦਿਆਂਗੇ ਨਾਸ਼ਤਾ ਕੀਤੇ ਬਿਨਾਂ? ਅੱਛਾ ਹੁੰਦਾ, ਵੈਸੇ ਨਾਸ਼ਤੇ ਦੀ ਤਾਂ ਭੁੱਖ ਨੀ ਮੈਨੂੰ, ਮੈਂ ਕਰਕੇ ਆਇਆ ਸੀਗਾ, ਲੰਚ ਸਮਝ ਕੇ ਖਾ ਲੈਂਦਾ। ਮਾਮਾ ਜੀ, ਆਪਣਾ ਨੁਕਸਾਨ ਹੋ ਜਾਣਾ ਹੈ। ਨੁਕਸਾਨ ਨੂੰ ਆਪਾਂ ਕਿਹੜਾ ਮੰਡੀ ਚੋਂ ਗਿੱਲੀ ਕਣਕ ਚੱਕਣੀ ਹੈ, ਸਿਹਰਾ ਹੀ ਚੱਕਣਾ। ਓ ਮਾਮਾ, ਇੰਨੀਆਂ ਮਿੰਨਤਾਂ ਤਾਂ ਕੁੜੀਆਂ ਰਿਬਨ ਕਟਾਉਣ ਲਈ ਨੀ ਕਰਾਉਂਦੀਆਂ ਜਿੰਨੀਆਂ ਤੁਸੀਂ ਇਹਦਾ ਚੱਕਣ ਲਈ ਕਰਵਾ ਰਹੇ ਹੈ। ਓ ਮਾਮਾ ਜੀ, ਜੇ ਮੈਂ ਸਿਹਰਾ ਚੱਕ ਲਿਆ, ਇਹਨਾਂ ਨੇ ਡਾਂਗਾ ਚੱਕ ਲੈਣੀਆਂ ਨੇ। ਓ ਭਾਜੀ, ਮੈਂ ਚੱਕਾਂ ਕਿ ਤੁਸੀਂ ਚੱਕਦੇ ਹੋ? ਲੈ ਖਿੱਚ ਦੇ ਦੀ ਫੋਟੋ। ਹਾਂਜੀ, ਰੈਡੀ ਬੈਠੋ ਭਾਈ ਸਾਹਿਬ, ਮੈਂ ਵੇਟਰ ਭੇਜਦੀ ਹਾਂ। ਠੀਕ ਹੈ, ਵਨ ਮੋਰ। ਭਾਜੀ ਫੇਰ ਟੱਕ ਲਿਆ, ਤੂੰ ਫੋਟੋ ਮੈਂ ਖਿੱਚਣੀ ਹੈ, ਖਿੱਚਣੀ ਦਫਾ ਹੋ ਜਾ, ਤੂੰ ਸਾਨੂੰ ਬੁੱਕ ਕੀਤਾ, ਅਸੀਂ ਤੈਨੂੰ ਬੁੱਕ ਕੀਤਾ। ਸਤਿ ਸ੍ਰੀ ਅਕਾਲ ਜੀ। ਮਾਮਾ ਮਿਲਾਈਆਂ, ਉਹ ਚਾਹ ਪਾਣੀ ਪਿੱਛੇ ਲੱਗਿਆ ਭਾਈ, ਉੱਥੇ ਜਾ ਕੇ ਠੱਗ ਲੈ। ਮਾੜਾ ਜਿਹਾ ਲਾੜੇ ਦਾ ਸਿਰ ਚੱਕੋਗੇ? ਮਾਮਾ ਇਹਨੂੰ ਪੈ ਜਾ। ਓਏ ਮਾਮਾ, ਕੁੱਤਾ ਜਿਹੜਾ ਪੈ ਜੇ, ਮੈਂ ਬਿਨਾਂ ਗੱਲੋਂ ਕਦੇ ਮੰਜੇ ਨੂੰ ਨਹੀਂ ਪਿਆ, ਇਹਨੂੰ ਕਿਵੇਂ ਪੈ ਜਾ? ਪਲੀਜ਼ ਇੱਕ ਵਾਰੀ ਚੱਕੋਗੇ ਘੁੰਗਟ? ਤੇਰੀ ਮਾਂ ਦਾ ਘੁੰਗਟ ਹੈ, ਸਿਹਰਾ ਹੈ, ਜੋ ਵੀ ਹੈ, ਇੱਕ ਵਾਰੀ ਚੱਕੋਗੇ? ਕਿਉਂ ਚੱਕਾਂ? ਮੈਂ ਸ਼ਗਨ ਪਾਣਾ। ਨਾ ਸ਼ਗਨ ਤੁਸੀਂ ਇਹਦੇ ਮੂੰਹ ਚ ਪਾਣਾ ਹੈ? ਨਹੀਂ, ਪਰ ਸ਼ਗਨ ਤਾਂ ਲਾੜੇ ਦਾ ਮੂੰਹ ਦੇਖ ਕੇ ਹੀ ਪਾਣਾ ਹੈ। ਨਾ ਡੱਕ ਡੱਕ ਸ਼ਗਨ ਪਾਉਣਾ, ਤੁਸੀਂ ਜਿਹੜਾ ਸਿਰਾ ਚਕਾਉਣ ਨੂੰ ਫਿਰਦੇ ਹੋ। 21 ਰੁਪਏ ਦਾ ਸ਼ਗਨ ਪਾਣਾ ਹੈ ਯਾਰ, 21 ਰੁਪਈਆਂ ਦੇ ਸ਼ਗਨ ਵਾਲਿਆਂ ਨੂੰ ਅੰਦਰ ਬਾੜਦਾ ਕੌਣ ਹੈ? ਭਾਜੀ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ। ਨਾ ਬੇਇੱਜ਼ਤੀ ਤਾਂ ਤੁਸੀਂ ਲਾੜੇ ਦੀ ਕਰ ਰਹੇ ਹੋ। ਕਿਉਂ? ਇੰਨੇ ਘੱਟ ਪੈਸੇ ਤਾਂ ਕੋਈ ਲਾਗੀ ਨੂੰ ਨਹੀਂ ਦਿੰਦਾ, ਤੁਸੀਂ ਲਾੜੇ ਨੂੰ ਦੇਣ ਫਿਰਦੇ ਹੋ। ਕੱਢੋ 1100 ਰੁਪਏ, ਹੁਣੇ ਚਕਾਉਣਾ ਮੈਂ ਸਿਰਾ। ਤੁਸੀਂ ਇੱਥੇ ਰਹੋ, ਮੈਂ ਹੁਣੇ 1100 ਇਕੱਠੇ ਕਰਕੇ ਲਿਆਂਦਾ। ਬਚ ਤਾਂ ਗਏ, ਤੂੰ ਸਿਹਰਾ ਨਹੀਂ ਚੱਕਣਾ, ਨਾ ਚੱਕ, ਪਰ ਮਾਮੇ ਦੀਆਂ ਅੱਖਾਂ ਮੂਹਰੋਂ ਪਰਦਾ ਤਾਂ ਚੱਕ। ਹੁਣ ਤੈਨੂੰ ਕੀ ਦੱਸਾਂ ਮਾਮਾ, ਕੀ ਹੋ ਰਿਹਾ, ਇਹ ਸਾਰੇ ਜੱਬ ਤੁਹਾਡੇ ਹੀ ਪਾਏ ਹੋਏ ਨੇ। ਮੇਰੇ ਕਹਿੰਦੇ ਜੱਬ ਪਾਏ ਹੋਏ ਆ? ਸੁਣੋ ਗੱਲ ਮੇਰੀ, ਇਹ ਗੱਲ ਉਦੋਂ ਦੀ ਹੈ, ਸੰਧੂ ਪੈਲਸ ਦੇ ਵਿੱਚ, ਅੱਜ ਆਖਰੀ ਵਾਰ, ਮੇਰਾ ਯਕੀਨ ਕਰ ਲੋ, ਮੇਰੇ ਪਿਛਲੇ ਰਿਕਾਰਡ ਤੇ ਨਾ ਜਾਇਓ, ਨਹੀਂ ਤੁਹਾਡਾ ਪਤੀ ਰਿਕਾਰਡ ਤੋੜ ਦੋ। ਹਾਂ, ਇੱਕ ਗੱਲ ਹੋਰ ਕਲੀਅਰ ਕਰਤਾ, ਮੈਂ ਇੱਥੇ ਚੂੜੀਆਂ ਦੇਣ ਆਇਆ ਸੀਗਾ, ਮੈਨੂੰ ਕਿਸੇ ਨੇ ਕਾਰਡ ਦੇ ਕੇ ਨਹੀਂ ਸੱਦਿਆ, ਕਿਤੇ ਤੁਹਾਨੂੰ ਲੱਗੇ ਬਈ ਮੈਨੂੰ ਸੱਦ ਲਿਆ, ਤੁਹਾਨੂੰ ਸੱਦਿਆ ਹੀ ਨਹੀਂ। ਅੰਕਲ ਸੌਰੀ, ਮੈਂ ਤੁਹਾਨੂੰ ਬਾਅਦ ਚੋਂ ਫੋਨ ਕਰਦੀ ਹਾਂ।
हेलो किथे हो मैं ब्याह च बिजी हां मैं बाद च गल करा ओके मनिंदर बरादरी इकट्ठी कर ले संधू पैलेस चलिए दीदी बरादरी इकट्ठी कर देंदा सारा खाना मुक जाना शर्म नहीं आंदी भैन दा करू जड़ रहा है तेनू खाण नहीं पई है ओ दीदी मेरा मतलब है सारे लोग की खाना खा के चले जाणगे तू छड अपनी बरादरी ओदी बरादरी आके झट कर दे चलो जगन कोई खास नहीं पए बंदे ही नहीं पहुंचे हाले गल सुन की है ਪ੍ਰਾਹਣਿਆਂ ਨੂੰ ਸ਼ਿਕਾਇਤ ਆ ਵੀ ਲਾੜਾ ਮੂੰਹ ਖਾ ਕੇ ਫੋਟੋ ਨਹੀਂ ਖਿਚਾ ਰਿਹਾ ਹੈ ਜੇ ਮੈਂ ਮੂੰਹ ਦਿਖਾਤਾ ਨਾ ਤਾਂ ਤੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਮੇਰੀ ਗੱਲ ਸੁਣ ਜਦ ਤੈਨੂੰ ਪਤਾ ਸੀ ਵੀ ਆ ਬਾਬਲਪੁਰੀ ਦਾ ਸੱਦਣਾ ਉਹਰੇ ਖਤਰਨਾਕ ਆ ਤੂੰ ਉਹਨੂੰ ਸੱਦਿਆ ਕਿਉਂ ਅਬ ਇਹਦਾ ਸਾਲੇ ਦਾ ਕਾਰਡ ਤੇ ਮੈਂ ਆਪ ਪੜ ਕੇ ਗੱਟਰ 'ਚ ਸੁੱਟਿਆ ਸੀ ਇਹ ਗੱਟਰ 'ਚੋਂ ਕੱਢ ਲਿਆ ਕਿ ਕਿਸੇ ਹੋਰ ਦੇ ਕਾਰਡ 'ਤੇ ਐਂਟਰੀ ਮਾਰ ਗਿਆ ਪਤਾ ਨਹੀਂ ਭਰਾਵਾ ਮੈਂ ਤਾਂ ਅੱਜ ਤੱਕ ਸੁਣਿਆ ਸੀ ਵੀ ਸਾਲੀ ਬਰਾਤ ਕੁੱਟੀ ਗਈ ਕਿਤੇ ਹੁਣ ਸੱਚੀ ਉਹਨਾਂ ਕੁੱਟੀ ਜਾਵੇ ਉਹ ਵੇਟਰ ਪਾਣੀ ਪਿਲਾ ਯਾਰ ਉਹ ਤੂੰ ਕਿਉਂ ਟੈਨਸ਼ਨ ਲੈਂਦਾ ਹੈ ਜੀ ਬਰਾਤ ਤਾਂ ਕੁੜੀ ਵਾਲੇ ਕੁੱਟਦੇ ਨੇ ਨਾ ਕੁੜੀ ਵਾਲਾ ਆ ਬੈਠਾ ਬਾਹਰੋਂ ਥੋੜੀ ਕਿਸੇ ਨੇ ਆਉਣਾ ਕੁੱਟਣ ਹੈਲੋ ਹੈਲੋ ਪਹਿਲੇ ਭਾਜੀ ਜਗਤਾਰ ਦਾ ਮੁੰਡਾ ਜੀਤਾ ਇੱਥੇ ਸ਼ਹਿਰ ਚ ਵਿਆਹ ਕਰਾ ਰਿਹਾ ਉਹ ਸੰਗਿਆ ਆਪਾਂ ਤਾਂ ਕੁੜੀ ਦੇਣੀ ਹੈ ਸ਼ਹਿਰ ਚ ਵਿਆਹ ਕਰਾਏ ਭਾਵੇਂ ਪਿੰਡ ਚ ਕੀ ਫਰਕ ਪੈਂਦਾ ਓਹੋ ਉਹਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਰਿਹਾ ਸੰਧੂ ਪੈਲਸ ਮੈਂ ਉੱਥੇ ਹੀ ਖੜਾ ਓਏ ਦਾਰੂ ਤਾਂ ਨਹੀਂ ਪੀਤੀ ਤੂੰ ਲੈ ਕੀ ਗੱਲਾਂ ਕਰਦੇ ਭਾਜੀ ਦਾਰੂ ਤਾਂ ਹਲੇ ਤੱਕ ਸ਼ੁਰੂ ਨਹੀਂ ਹੋਈ ਤੈਨੂੰ ਪੱਕਾ ਪਤਾ ਜੀਤਾ ਹੀ ਹੈ ਭਾਜੀ ਜੀਤੇ ਨੂੰ ਮੈਂ ਕਿਵੇਂ ਭੁੱਲ ਸਕਦਾ ਜੀਤਾ ਤਾਂ ਮੈਨੂੰ ਹਰ ਲੰਘਦੇ ਜਿੱਤੇ ਆਉਂਦਾ ਭਰੇ ਗਲਾਸ ਲੈ ਕੇ ਜਾਂਦਾ ਠੰਡਿਆਂ ਦੇ ਵਰਤਾਉਣ ਤੱਕ ਦੇ ਰਹੇ ਜਾਂਦੇ ਫੋਨ ਰੱਖ ਤੂੰ ਡੈਡੀ ਜੀ ਡੈਡੀ ਜੀ ਓ ਡੈਡੀ ਜੀ ਹਾਂ ਬੋਲ ਉਹ ਜਗਤਾਰ ਦਾ ਮੁੰਡਾ ਵਿਆਹ ਕਰ ਰਿਹਾ ਚਲੋ ਮੈਂ ਬਿਨਾਂ ਬੁਲਾਏ ਕਿਸੇ ਦੇ ਵਿਆਹ ਤੇ ਨਹੀਂ ਜਾਂਦਾ ਉਹ ਡੈਡ ਜੀ ਉਹ ਆਪਣੀ ਰੂਪ ਨਾਲ ਮੰਗਿਆ ਹੋਇਆ ਪਰ ਵਿਆਹ ਕਿਸੇ ਹੋਰ ਨਾਲ ਕਰ ਰਿਹਾ ਕੀ ਬਕਵਾਸ ਕਰ ਰਿਹਾ ਸਵੇਰੇ ਜਗਤਾਰ ਮੈਨੂੰ ਮਿਲਿਆ ਮੋਟਰ ਤੇ ਬੈਠਾ ਖਰਬੂਜਾ ਖਾ ਰਿਹਾ ਸੀ ਉਹਨੇ ਤੁਹਾਨੂੰ ਨਾਲ ਖਰਬੂਜਾ ਖਾਣ ਲਈ ਪੁੱਛਿਆ ਨਾ ਇੱਥੋਂ ਹੀ ਪਤਾ ਲੱਗਦਾ ਕਿ ਉਹਦੇ ਮਨ 'ਚ ਮਹਿਲ ਸੀ ਓਏ ਕੱਢੋ ਮੇਰੀ ਪਿਸਤੌਲ ਕਿੱਥੇ ਹੈ ਪਰ ਡੈਡੀ ਤੁਹਾਡੀ ਪਿਸਤੌਲ ਤੇ ਖਰਾਬ ਆ ਉਹ ਤੇ ਸਰਵਿਸ ਸਟੇਸ਼ਨ ਗਈ ਹੈ ਠੀਕ ਹੋਣ ਲਈ ਮੇਰੀ ਪਿਸਤੌਲ ਖਰਾਬ ਕਿਵੇਂ ਹੋ ਗਈ ਮੈਂ ਤਾਂ ਕਦੇ ਚਲਾਈ ਨਹੀਂ ਤੁਸੀਂ ਵੀ ਤਾਂ ਸਾਨੂੰ ਕਹਿੰਦੇ ਹੋ ਕਿ ਸਾਡਾ ਦਿਮਾਗ ਖਰਾਬ ਹੋਇਆ ਅਸੀਂ ਕਦੇ ਚਲਾਏ ਓਏ ਸਾਲੇ ਪਤਾ ਨਹੀਂ ਕਿਹੜੀ ਗੱਲ ਕਿੱਥੇ ਲਾ ਦਿੰਦੇ ਨੇ ਚਲੋ ਰਹਿਣ ਦੋ ਡੈਡੀ ਰਹਿਣ ਦੋ ਤੁਹਾਡੀ ਅੱਖ ਦਾ ਆਪਰੇਸ਼ਨ ਹੋਇਆ ਜੱਟ ਦੀ ਦੂਜੀ ਅੱਖ ਤਾਂ ਅਜੇ ਤੱਕ ਕਾਇਮ ਹੈ ਵੈਸੇ ਵੀ ਬੇਟਾ ਗੋਲੀ ਚਲਾਉਣ ਲਈ ਇੱਕ ਅੱਖ ਤੇ ਬੰਦ ਕਰਨੀ ਪੈਂਦੀ ਹੈ ਚਲੋ ਸਰਵਾਈ ਅੰਕਲ ਕਿੱਥੇ ਨੇ ਆ ਜਾਓ ਮੇਰੇ ਨਾਲ ਡੈਡੀ ਰੱਬ ਕਰੇ ਤੁਹਾਡੀ ਗੱਲ ਸੱਚ ਹੀ ਹੋਵੇ ਜੇ ਅੱਜ ਵੀ ਝੂਠ ਨਿਕਲੀ ਨਾ ਤਾਂ ਇੱਕ ਗੱਲ ਯਾਦ ਰੱਖਿਓ ਕੀ ਤੁਹਾਡੀ ਧੀ ਦਾ ਬੈਗ ਮੈਂ ਨਾਲ ਹੀ ਪੈਕ ਕਰਕੇ ਲਿਆ ਮੇਰੀ ਧੀ ਦਾ ਕਿਉਂ ਆਪਣੀ ਦੀਦੀ ਦਾ ਬੈਗ ਪੈਕ ਕਰਕੇ ਲਿਆਣਾ ਸੀਗਾ ਪੁੱਤਰ ਜੀ ਤੁਹਾਡਾ ਜੀਜਾ ਤਾਂ ਗਿਆ ਹੈ ਤੂੰ ਸਟੇਜ ਤੇ ਬੈਠਾ ਸ਼ਗਨ ਇਕੱਠੇ ਕਰ ਰਿਹਾ ਹੈ ਕਿੱਥੇ ਉਹ ਸਾਹਮਣੇ ਸਟੇਜ ਤੇ ਤੁਸੀਂ ਉਹਨਾਂ ਨੇ ਮੈਨੂੰ ਕਮਲਾ ਕਰ ਦੇਣਾ ਇੱਕ ਮੰਨ ਰਿਹਾ ਦੂਜਾ ਮਨਾ ਕਰ ਰਿਹਾ ਓਕੇ ਰੈਡੀ ਹੈਗੇ ਪਹਿਲਾਂ ਤੁਸੀਂ ਦੋਨੇ ਜਾਣੇ ਸਾਈਡ 'ਚ ਜਾ ਕੇ ਸਲਾਹ ਕਰ ਲਓ ਵੀ ਇਹ ਹੈ ਭਾਜੀ ਕੀ ਹੋ ਗਿਆ ਅਬ ਨਹੀਂ ਉਹ ਫੋਟੋ ਖਿੱਚਣ ਲੱਗਿਆ ਤੂੰ ਫਲੈਸ਼ ਮਾਰਨੀ ਮੈਨੂੰ ਡਰ ਬੜਾ ਲੱਗਦਾ ਮੈਂ ਕਿਹੜਾ ਫਲੈਸ਼ ਲਾ ਕੇ ਮਾਰਨੀ ਆ ਨਹੀਂ ਨਹੀਂ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਹੋਇਆ ਵੀ ਜੇ ਮੇਰੇ ਤੇ ਫਲੈਸ਼ ਵੱਜ ਗਈ ਨਾ ਮੇਰਾ ਘਰ ਉਜੜ ਜਾਣਾ ਜਾਣ ਦਿਓ ਓਹ ਤੁਹਾਨੂੰ ਕੀ ਹੋ ਗਿਆ ਚੰਗੇ ਭਲਿਆਂ ਨੂੰ ਓ ਯਾਰ ਮੈਂ ਉਹਨਾਂ ਨੇ ਫੋਟੋਆਂ ਕਰਾ ਤੂੰ ਇਹਨਾਂ ਨੂੰ ਜਾਣ ਦਿਓ ਜੀ ਰੈਡੀ ਦੀਦੀ ਦੇ ਵਿਆਹ 'ਚ ਜੀਜੇ ਦੇ ਬੂਟ ਮੈਂ ਹੀ ਲਕੋਏ ਸੀ ਹੁਣ ਮੈਨੂੰ ਨਹੀਂ ਪਤਾ ਇਹਨਾਂ ਦੇ ਘਰ ਵਾਲਾ ਕੌਣ ਹੈ ਪਰ ਹੁਣੇ ਤਾਂ ਤੂੰ ਜੀਜੇ ਲਾਈ ਹੋਈ ਸੀਗੀ ਜੀਜੇ ਨੂੰ ਜੀਜੇ ਕਹੂੰ ਹੁਣ ਜੀਜੇ ਹੋਣ ਨਾਲ ਕੋਈ ਦੀਦੀ ਦੇ ਘਰ ਵਾਲਾ ਥੋੜੀ ਬਣ ਗਿਆ ਕਮਾਲ ਹੈ ਤੁਹਾਡੀ ਜਦੋਂ ਨਵੇਂ ਨਵੇਂ ਮਿਲੇ ਸੀਗੇ ਬੜੇ ਸੰਸਕਾਰਾਂ ਦੀਆਂ ਗੱਲਾਂ ਕਰਦੇ ਸੀਗੇ ਤੁਸੀਂ ਤਾਂ ਅੰਗਰੇਜ਼ਾਂ ਤੋਂ ਵੀ ਵੱਧ ਉੱਪਰ ਨਿਕਲੇ ਜੇ ਤੇਰੀ ਭੈਣ ਦਾ ਘਰ ਵਾਲਾ ਨਹੀਂ ਹੈ ਤਾਂ ਬਾਹਰ ਵਾਲਾ ਹੋਣਾ ਡੈਡੀ ਇਹ ਮਤ ਭੁੱਲੋ ਕਿ ਤੁਹਾਡੀ ਧੀ ਦਾ ਬੈਗ ਪੈਕ ਕੀਤਾ ਹੋਇਆ ਮੈਂ ਓਏ ਤੇਰੀ ਭੈਣ ਦਾ ਘਰ ਉਜੜ ਰਿਹਾ ਹੈ ਥੋੜਾ ਆਪਣਾ ਘਰ ਨਾ ਉਜਾੜ ਡੈਡੀ ਸੱਚੀ ਦੀਦੀ ਦੇ ਘਰ ਵਾਲਾ ਨਹੀਂ ਹੈਗਾ ਹਾਂ ਮੈਂ 20 ਸਾਲ ਆਪਣੀ ਧੀ ਫੁੱਲਾ ਵਾਂਗ ਪਾਣੀ ਇਹਨਾਂ ਨੇ ਦੋ ਦਿਨਾਂ 'ਚ ਪਾਗਲ ਕਰ ਦਿੱਤੀ ਓਏ ਜਗਤਾਰਿਆ ਬਾਹਰ ਨਿਕਲੋ ਕੀ ਗੱਲ ਆ ਓਏ ਅੱਖਾਂ ਦੇ ਨਾਲ ਨਾਲ ਤੇਰਾ ਦਿਮਾਗ ਵੀ ਖਰਾਬ ਹੋ ਗਿਆ ਭੁੱਲ ਗਿਆ ਕਿ ਕੁੜਮ ਨੂੰ ਕਿੱਦਾਂ ਸੱਦਾ ਦੇਈਦਾ ਆ ਗਿਆ ਓਏ ਤੇਰਾ ਲਫੰਡਰ ਮੁੰਡਾ ਕਿੱਥੇ ਆ ਮੇਰੇ ਮੁੰਡੇ ਨੂੰ ਲਫੰਡਰ ਦੱਸਦਾ ਤੇਰੀ ਦੀ ਇੱਥੇ ਸਿਵਲ ਸਰਜਨ ਲੱਗੀ ਆ ਓਏ ਜੋ ਮਰਜ਼ੀ ਕਹੀ ਜਾ ਪਰ ਮੇਰੀ ਧੀ ਤੇਰੇ ਮੁੰਡੇ ਵਾਂਗੂ ਧੋਖਾ ਦੇ ਕੇ ਵਿਆਹ ਨਹੀਂ ਕਰਵਾਉਂਦੀ ਓਏ ਬਕਵਾਸ ਨਾ ਕਰ ਕੀ ਸਬੂਤ ਹੈ ਤੇਰੇ ਕੋਲ ਓਏ ਸਬੂਤ ਨੂੰ ਹੁਣ 9 ਮਹੀਨੇ ਬਾਅਦ ਤੇਰਾ ਪੋਤਾ ਲੈ ਕੇ ਆਈਏ ਚੱਲ ਆਪੇ ਚੱਲ ਕੇ ਦੇਖ ਲੈ ਸੰਧੂ ਪੈਲਸ ਜੇ ਗੱਲ ਗਲਤ ਹੋਈ ਨਾ ਮੈਂ ਗੋਲੀ ਮਾਰ ਦੂੰਗਾ ਤੈਨੂੰ ਓਏ ਮੁੰਡੇ ਨੂੰ ਕੀ ਡਰਾਉਣਾ ਸਿੱਧਾ ਮੇਰੇ ਨਾਲ ਗੱਲ ਕਰ ਓਏ ਮੈਂ ਤੇਰੇ ਨਾਲ ਹੀ ਗੱਲ ਕਰ ਰਿਹਾ ਜੇ ਗੱਲ ਗਲਤ ਹੋਈ ਨਾ ਤਾਂ ਮੈਂ ਗੋਲੀ ਮਾਰ ਦੂੰਗਾ ਤੈਨੂੰ ਜੇ ਗੱਲ ਸੱਚੀ ਹੋਈ ਇਹੀ ਗੋਲੀ ਆਪਣੇ ਆਪ ਨੂੰ ਮਾਰ ਲਈ ਚਲੋ ਓਏ ਡੈਡੀ ਕਿਉਂ ਨਾ ਆਪਾਂ ਛੋਟੀ ਗੱਡੀ ਲੈ ਚੱਲੀਏ ਕਿਉਂ ਵਾਪਸ ਆਉਣ ਲੱਗੇ ਤੁਹਾਡੇ ਦੋਵਾਂ 'ਚ ਇੱਕ ਬੰਦਾ ਤਾਂ ਘੱਟ ਹੀ ਜਾਣਾ ਮੈਂ ਥੱਪੜ ਮਾਰੂ ਸਾਰੇ ਦੇ ਬਕਵਾਸ ਕਰਦਾ ਚਲੋ ਤੁਰੋ ਓਏ ਅੰਦਰ ਓਕੇ ਇੱਕ ਮਿੰਟ
ਦੀਦੀ ਜਿਸ ਦਿਨ ਆਪਾਂ ਜੀਜੇ ਦੇ ਘਰੇ ਗਏ ਸੀ ਇਹਨੇ ਕੀ ਦਿਨ ਇੰਟਰੋਡਿਊਸ ਕਰਾਇਆ ਸੀ ਆਪਾਂ ਨੂੰ ਯਾਦ ਆਇਆ ਕੁਛ ਬਸ ਭਾਜੀ ਹੋਰੀ ਆਏ ਸੀ ਤੇ ਨਾਲ ਭੈਣ ਜੀ ਹੋਰੀ ਇਹ ਤੁਹਾਡੇ ਭਾਬੀ ਜੀ बाहरी खड़ जा क्यों मेरे कपड़े सोने नहीं पाए असि कोई बरात आया लड़न चले जा रहे चंडा तू चल भाई साहब प्लीज हाथ ना चुको सामने मूवी बन रही है तुसी भावे एक दूजे दा सिर पाड़ दियो पर सानू वेला करो ए दसो व्याह किदा हो रहा है मेनू नहीं पता इन्हां नू पुछ लो जीजे दा हो रहा है चरनिया तेरी गल झूठ निकली है गोली खान नू तैयार हो जा डैडी जायदाद बन के मरे हो कोठी मैं रख ला पैड़ी औलाद बाप नू मरवा के जायदाद ते कब्जा करना चाहुंदी है ओ भाजी भाजी सेरा चक्को फोटो खिचनी है मैं इत्थे फोटो खिचाउणू आया मां ओ की गल बेटा जी खड़े क्यों हो गए दोबारा सेरा चक्कण नूं कहवां जुत्ती चक लेनी आ ओ मैं सच्ची कह रहा इन्हां दा ही मुंडा व्याह करा रहा सुन लो ओ मेरा घर वाला नहीं ना ए कमला जेड़ा कह रहा तेरा घर वाला दूजा व्याह करा रहा क्यों जी मैनूं तां कुछ समझ नहीं आ रही दाल तरी सी खिचड़ी बन गई ਤਗਿਆਂਗਾ ਕਾਕਾ ਲੈ ਲੈ ਗੁੱਟ ਲੈ ਲੈ ਨਹੀਂ ਠੀਕ ਹਾਂ ਓਕੇ ਮਾਮਾ ਮੈਂ ਅਜਾ ਗੱਲ ਸੁਣ ਉਹ ਕਾਲੀ ਪੱਗ ਵਾਲਾ ਆ ਜਿਹੜਾ ਪਿਸਤੌਲ ਪਾਈ ਗਾਲਾ ਫੁਕਰਾ ਜਾ ਤੇਰਾ ਪਿਓ ਨਹੀਂ ਹੈ ਕਿਉਂ ਨਹੀਂ ਹੈ ਓਏ ਲਾੜੇ ਨੂੰ ਸਾਹਮਣੇ ਲਿਆਓ ਸਾਰੀ ਗੱਲ ਕਲੀਅਰ ਹੋ ਜਾਏਗੀ ਕਲੀਅਰ ਤੂੰ ਸੁੰਘ ਕੇ ਕਰੇਗਾ ਜਿੰਨਾ ਤਾਂ ਤੈਨੂੰ ਹੈ ਨਹੀਂ ਮਾਮਾ ਮੈਂ ਤਾਂ ਕਹਿੰਦਾ ਜਾ ਤੂੰ ਵੀ ਮੇਰੇ ਵਾਂਗੂ ਸੇਰਾ ਲਾ ਲਾ ਨਹੀਂ ਤਾਂ ਮਾਮੀ ਨੂੰ ਲੈ ਕੇ ਇੱਥੋਂ ਡੈਂਟਰ ਹੋ ਜਾ ਅੱਜ ਬਹੁਤ ਪੈੜੀ ਆ ਉਹ ਪਰ ਤੂੰ ਕਿਹਾ ਸੀ ਕਿ ਅੱਜ ਵਿਆਹ ਤੇਰਾ ਪਿਓ ਮੈਂ ਤੂੰ ਸਾਲਾ ਅਸਲੀ ਪਿਓ ਕਿਉਂ ਸਾਥ ਲਿਆ ਉਹ ਮੈਨੂੰ ਤਾਂ ਆਪ ਨਹੀਂ ਪਤਾ ਬਾਬਾ ਇਹ ਕਿੱਥੋਂ ਆ ਗਏ ਤੂੰ ਕਹਿੰਦਾ ਸੀ ਸੀਕਰਟ ਵਿਆਹ ਕਰਾਉਣਾ ਸੀਕਰਟ ਵਿਆਹ ਕਰਾਉਣਾ ਇਹ ਸਾਲਾ ਸੀਕਰਟ ਵਿਆਹ ਚ ਪੂਰੀ ਦੁਨੀਆ ਦੁੜੀ ਫਿਰਦੀ ਹੈ ਹਾਂਜੀ ਟੱਟੂ ਸੀਕਰਟ ਵਿਆਹ ਹੈ ਪਰ ਮੈਂ ਵੀ ਦੇ ਦਾਂ ਕੌਣ ਮੈਨੂੰ ਤੇਰੇ ਪਿਓ ਦੀ ਕੁਰਸੀ ਤੇ ਉਠਾਉਂਦਾ ਹੈ ਓ ਮਾਮਾ ਆਪਣੇ ਇੰਨੀਆਂ ਪੈਣੀਆਂ ਨੇ ਇਹਨਾਂ ਨੇ ਕਿਸੇ ਕੁਰਸੀ ਤੇ ਬੈਠ ਜੋਗਾ ਨਹੀਂ ਚੜਣਾ ਓ ਮੈਂ ਕਹਿੰਦਾ ਤੂੰ ਮਾਮੀ ਨੂੰ ਲੈ ਕੇ ਫਟਾਫਟ ਤਿੱਤਰ ਹੋ ਬੈਟਰ ਨੂੰ ਕਹਿੰਦਾ ਮਾ ਇਹਨਾਂ ਨੂੰ 5 ਮਿੰਟ ਸਾਂਭ ਕੇ ਰੱਖਦਾ ਵਾ ਨਿਕਲ ਤੋ ਮਾਮਾ ਛੇਤੀ ਡੀਜੇ ਵਾਲੇ ਪਾਸੇ ਹੋਣੀ ਆ ਮਾਮੀ ਨਿਕਲ ਸਰ ਗਜਰੇਲਾ ਲੋ ਅਰੇ ਅੱਛਾ ਗਜਰੇਲਾ ਖਾਣ ਲਿਆ ਓ ਚਾਰ ਚੱਲੇਗੀ ਓਏ ਪੁੱਛ ਪੁੱਛ ਕੇ ਮੇਰਾ ਖਾਣ ਦਾ ਮੂਡ ਨਾ ਬੜਾ ਮੇਰੀ ਕੁੜੀ ਦਾ ਘਰ ਬਰਬਾਦ ਹੋ ਰਿਹਾ ਹੱਡੇ ਗੋਬਰੇ ਜੇ ਜਿੱਤਣਾ ਨਾ ਹੋਇਆ ਚੁੱਪ ਕਰਕੇ ਬਾਹਰ ਆ ਜੀ ਕਿਉਂ ਸਾਹਮਣੇ ਲਿਖਿਆ ਹੋਇਆ ਪਹਿਲੇ ਸੰਦਰ ਗੋਲੀ ਚਲਾਉਣਾ ਮਨਾ ਹੈ ਓ ਡੈਡ ਜੀ ਚਲੋ ਅੱਗੇ ਚਲੀਏ ਜਾਂ ਤੇ ਅੰਕਲ ਤੁਹਾਨੂੰ ਗੋਲੀ ਮਾਰਨ ਜਾਂ ਤੁਸੀਂ ਅੰਕਲ ਨੂੰ ਗੋਲੀ ਮਾਰੋ ਤਾਂ ਕੰਮ ਮੁੱਕੇ ਕਿਉਂ ਜੀ ਲੈਣੀ ਔਲਾਦ ਚੁੱਪ ਕਰ ਇਹੋ ਜੇ ਘਰ ਚ ਮੁੰਡਾ ਵਿਆਹ ਨਾਲ ਤਾਂ ਮੈਂ ਆਪਣੀ ਜਾਨ ਦੇ ਦਾਂ ਓ ਚਲੋ ਚਲੋ ਸੇਰਾ ਚੱਕ ਅਬਾ ਮੈਂ ਨਹੀਂ ਚੱਕਣਾ ਮੇਰੇ ਮਾਤਾ ਨਿਕਲੀ ਹੋਈ ਆ ਤੇਰੇ ਮਾਤਾ ਨਿਕਲੀ ਹੋਈ ਐ ਇੱਥੇ ਦੋ ਦੋ ਪਿਤਾ ਨਿਕਲੇ ਹੋਏ ਨੇ ਜੇ ਸੇਰਾ ਪਾਇਆ ਤਾਂ ਚੱਕ ਚੱਕ ਅਸੀਂ ਮੂੰਹ ਦੇਖ ਕੇ ਚਲੇ ਜਾਣਾ ਸੇਰਾ ਚੱਕ ਚੱਕ ਸੇਰਾ ਦੇਖਿਆ ਜੀਤਾ ਹੀ ਐ ਡੈਡੀ ਹਲੇ ਸੇਰਾ ਚੱਕਿਆ ਨਹੀਂ ਨਹੀਂ ਚੱਕਿਆ ਮਨਿੰਦਰ ਕੌਣ ਨੇ ਇਹ ਮੈਨੂੰ ਕੀ ਪਤਾ ਆਵੇ ਕਿਤੇ ਦੇਖੇ ਦੇਖੇ ਨਹੀਂ ਲੱਗਦੇ ਕੌਣ ਤੁਸੀਂ ਕੌਣ ਮੈਂ ਚਰਨ ਸਿੰਘ ਤੇ ਜੀਤੇ ਦਾ ਵਿਆਹ ਮੇਰੀ ਕੁੜੀ ਨਾਲ ਪੱਕਾ ਹੋਇਆ ਓਹੋ ਪੱਕਾ ਹੋਇਆ ਤੇ ਫਿਰ ਇਹ ਕੀ ਤਰੀਕਾ ਹੋਇਆ ਦੱਸਣ ਦਾ ਹੋਰ ਕਿਵੇਂ ਦੱਸਾਂ ਮੇਰੀ ਕੁੜੀ ਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਾ ਰਿਹਾ ਤੁਹਾਡੀ ਕੁੜੀ ਦਾ ਦੋ ਦੋ ਨਾਲ ਰਿਸ਼ਤਾ ਹੋਇਆ ਨਾਲੇ ਜੀਤਾ ਕਹੀ ਜਾਂਦੇ ਹੋ ਨਾਲੇ ਅਨੂ ਕਹੀ ਜਾਂਦੇ ਹੋ ਇਹ ਜੀਤਾ ਹੀ ਹੈ ਤਾਂ ਹੋਊਗਾ ਅਸੀਂ ਕੀ ਲੈਣਾ ਇਹ ਲਾੜੇ ਦੀ ਗੱਲ ਕਰ ਰਿਹਾ ਇਹ ਮਨਿੰਦਰ ਹੈ ਓਏ ਮਨਿੰਦਰ ਤਾਂ ਮੈਂ ਹਾਂ ਪੰਜ ਮਨਿੰਦਰ ਬਾਹਰ ਵੀ ਹੋਣੇ ਮੈਂ ਕੀ ਲੈਣਾ ਇਹ ਮਨਿੰਦਰ ਮੇਰਾ ਹੈ ਇਹ ਤਾਂ ਵਿਆਹਿਆ ਹੋਇਆ ਤੂੰ ਤਾਂ ਲੁੱਟੀ ਗਈ ਭੈਣੇ ਲੁੱਟੀ ਤਾਂ ਤੂੰ ਗਈ ਅੱਛ ਭੈਣੇ ਇਹ ਮੇਰਾ ਘਰ ਵਾਲਾ ਨਹੀਂ ਹੈ ਇਹ ਤਾਂ ਚੀਚੇ ਆ मैनू लगदा गुंगा बोलना तू कौन है मैं लाड़ा जी ना तू लारा दत्ता सीधा ना दस
ਕਮਾਲ ਆ ਭਾਈ ਸਾਹਿਬ, ਤੁਹਾਡਾ ਹੀ ਮੁੰਡਾ, ਤੁਹਾਨੂੰ ਹੀ ਨੀ ਪਤਾ ਇਹ ਹੋ ਕੀ ਰਿਹਾ। ਭੈਣ ਤੇ ਭਰਾਵੋ, ਮੈਨੂੰ ਤਾਂ ਬਾਅਦ ਵੀਡੀਓ ਦੇਖਣਾ ਪੈਣਾ, ਮੇਰੇ ਤਾਂ ਕੋਈ ਸਮਝ ਨੀ ਆ ਰਿਹਾ ਕੀ ਹੋ ਰਿਹਾ। ਤੂੰ ਲਾੜਾ ਬਣ ਕੇ ਸੁਣੋਗੇ, ਬੋਲਣਾ ਤੂੰ ਮੇਰਾ ਮੁੰਡਾ, ਉਹ ਕੀ ਪਕਾਈ ਮਾਰੀ ਜਾਂਦੇ ਹੋ, ਇਹ ਤਾਂ ਇਹਨਾਂ ਦਾ ਮੁੰਡਾ, ਓਏ ਇਹ ਤਾਂ ਮਾਮਾ ਤੇ ਮੈਂ ਮਾਸੜ ਹੈ, ਓਏ ਉਹ ਜਗ੍ਹਾ ਗੁਡਾ ਕੇ ਦਿਓ, ਮੈਂ ਬੇਹੋਸ਼ ਹੋ ਕੇ ਡਿੱਗਣਾ ਹੈ। ਆ ਦੇਖ ਲੈ ਤੇਰੇ ਪਿਓ ਨੂੰ, ਹੁਣ ਇਹਦੇ ਡਿੱਗਣ ਵਾਸਤੇ ਭਰਾਂਡਾ ਪਾ ਦਈਏ। ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ, ਕੌਣ ਕਿਦਾਂ ਕੀ ਆ। ਭੈਣ ਜੀ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਕਿ ਤੁਹਾਡਾ ਹਸਬੰਡ ਹੈ, ਸਾਰਾ ਚੱਪ ਮੁੱਕੇ ਕਿਉਂ ਬੋਲਾਂ ਜੇ ਮੇਰਾ ਹਸਬੰਡ ਹੈ। ਉਹ ਤੇਰਾ ਖਸਮ ਹੈ, ਇਹ ਮੇਰੇ ਹਸਬੰਡ ਨੇ, ਉਹ ਤਾਂ ਨਹੀਂ ਇਹਨਾਂ ਦੇ ਘਰ ਦਾ, ਇਹਨੂੰ ਆਪਣਾ ਖਸਮ ਦੱਸਦੀ ਸੀ, ਇਹਨੇ ਛੇਤੀ ਖਸਮ ਬਦਲ ਲੈਣੀ ਹੈ। ਮੈਂ ਤੇਰੇ ਵੱਟ ਕੇ ਰੈਂਟਾ ਮਾਰਨਾ, ਇਹ ਮੇਰੇ ਘਰ ਵਾਲਾ ਤੇ ਉਹਦਾ ਭਰਾ ਹੈ। ਡੈਡੀ ਤੁਸੀਂ ਕੁਝ ਕਿਉਂ ਨਹੀਂ ਬੋਲਦੇ? ਮੈਂ ਕੁਝ ਨਹੀਂ ਬੋਲਣਾ, ਜਿੰਦਾ ਜਿੰਦਾ ਜੋ ਜੋ ਹੈ ਛੱਡ ਕੇ ਲੈ ਜਾਓ। ਮੰਮੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਦੱਸਦਾ, ਇਹ ਮੇਰਾ ਮੁੰਡਾ ਤੇ ਇਹਦਾ ਰਿਸ਼ਤਾ ਇਹਦੇ ਨਾਲ ਹੋਇਆ। ਹਾਏ ਹਾਏ ਕਾਕਾ, ਤੇਰੇ ਦੋ ਪਿਓ ਨੇ? ਹਾਂ ਹਾਂ ਜੀ, ਹੈ ਤਾਂ ਦੋ ਪਰ ਕੰਮ ਦਾ ਇੱਕ ਵੀ ਨਹੀਂ। ਓਏ ਪਤੰਦਰਾ, ਸੰਗ ਨਹੀਂ ਆਉਂਦੀ ਦੋ ਕਹਿੰਦੇ ਨੂੰ? ਇੱਥੇ ਸਭ ਤੋਂ ਦੋ ਹੋਏ ਪਏ। ਓਏ ਪਿਓ ਨੂੰ ਮਾਰ ਗੋਲੀ। ਐ ਦੱਸ, ਮੇਰੀ ਧੀ ਲਈ ਮਨਿੰਦਰ ਦਾ ਰਿਸ਼ਤਾ ਲੈ ਕੇ ਤੂੰ ਹੀ ਆਇਆ ਸੀਗਾ ਨਾ? ਹਾਏ ਤੁਸੀਂ ਆਪਣਾ ਰਿਸ਼ਤਾ ਲੈ ਕੇ ਕਿਤੇ ਹੋਰ ਵੀ ਗਏ ਸੀ ਮਨਿੰਦਰ? ਮਨਿੰਦਰ ਨਹੀਂ ਹੈ, ਮਨਿੰਦਰ ਹੈ, ਇਹ ਤਾਂ ਜੀਜੇ ਹੈ। ਹੁਣ ਵੀ ਕਿਉਂ ਮੰਨੇ? ਓ ਤੂੰ ਬੋਲ ਕੇ, ਮੇਰਾ ਮੁੰਡਾ, ਇਹ ਇਹਨਾਂ ਦਾ ਮੁੰਡਾ ਹੈ। ਇਹ ਪੜਾ ਮੁੰਡਾ ਜਿਹਦਾ ਮਰਜ਼ੀ ਹੈ, ਪਰ ਇਹ ਘਰ ਵਾਲਾ ਇਦਾਂ ਹੈ। ਓ ਮੇਰਾ ਘਰ ਵਾਲਾ ਨਹੀਂ, ਇਹਦਾ ਘਰ ਵਾਲਾ ਹੈ। ਪਰਚੀ ਆ ਮਾਲੋ, ਜਿਹਦਾ ਨਿਕਲ ਆਇਆ ਲੈ ਜਿਓ। ਦੇਖਿਆ ਜਗਤਾਰ, ਮੇਰੀ ਗੱਲ ਸੱਚੀ ਨਿਕਲੀ, ਹੁਣ ਤੂੰ ਆਪਣੇ ਆਪ ਨੂੰ ਆਪ ਗੋਲੀ ਮਾਰੇਗਾ ਜਾਂ ਮੈਂ ਮਾਰਾਂ। ਖਬਰਦਾਰ ਜੇ ਮੇਰੇ ਡੈਡੀ ਨੂੰ ਕੁਝ ਬੋਲਿਆ। ਡੈਡੀ ਆ ਗਈ ਅਕਲ ਟਿਕਾਣੇ, ਨੱਕ ਵਢਾਤਾ ਮੇਰਾ। ਕੀ ਕਰਦਾ ਮੈਂ ਜਦੋਂ ਦਾ ਜੰਮਿਆ ਤੁਹਾਡੀਆਂ ਲੜਾਈਆਂ ਹੀ ਦੇਖਦਾ ਆ ਰਿਹਾ। ਛੋਟੇ ਹੁੰਦਿਆਂ ਜਦੋਂ ਮੈਂ ਚਰਨ ਦੇ ਜਵਾਕਾਂ ਨੂੰ ਕੁੱਟ ਕੇ ਘਰੇ ਆਉਂਦਾ ਸੀ, ਆਪਣੀਆਂ ਸੱਟਾਂ ਤੇ ਪੱਟੀ ਕਰਨ ਲੱਗਦਾ ਸੀ, ਤਾਂ ਤੁਸੀਂ ਟੁੱਟੀ ਜੀ ਹਿੰਦੀ 'ਚ ਮੈਨੂੰ ਕਹਿੰਦੇ ਸੀ ਜੱਟ ਕੋ ਸੱਟ ਨਹੀਂ ਲੱਗਦੀ। ਇੱਕ ਵਾਰੀ ਚੁਬਾਰੇ ਤੁਹਾਡੇ ਪਿਆ ਤੁਹਾਡੀਆਂ ਅੱਖਾਂ ਸਾਹਮਣੇ, ਆਂਢ ਗੁਆਂਢ ਦੇ ਲੋਕਾਂ ਨੇ ਪੁੱਛਿਆ ਕੀ ਹੋ ਗਿਆ, ਸਿਰਫ ਤੁਹਾਡੀ ਇੱਜ਼ਤ ਬਚਾਉਣ ਕਰਕੇ ਮੈਂ ਕਹਿਤਾ, ਮੈਨੂੰ ਤਾਂ ਆਪ ਨਹੀਂ ਪਤਾ, ਮੈਂ ਤਾਂ ਹੁਣੇ ਆਇਆ ਵਾਂ। ਤੇ ਜੇ ਤੁਹਾਡੀਆਂ ਲੜਾਈਆਂ ਖਤਮ ਹੋਈਆਂ, ਸਿੱਧਰ ਕੁੜਵੇਂ ਬਣ ਗਏ, ਕਦੇ ਸਾਨੂੰ ਵੀ ਪੁੱਛਿਆ ਕਿ ਅਸੀਂ ਕੀ ਚਾਹੁੰਦੇ ਹਾਂ? ਮੈਂ ਰੂਪ ਨੂੰ ਪਿਆਰ ਨਹੀਂ ਸੀ ਕਰਦਾ, ਸ਼ਹਿਰ ਆਇਆ ਤੇ ਪ੍ਰੀਤ ਨਾਲ ਪਿਆਰ ਹੋ ਗਿਆ, ਪਰ ਇਹ ਸੱਚ ਦੱਸਣ ਤੋਂ ਮੈਂ ਤੁਹਾਡੇ ਤੋਂ ਡਰਦਾ ਸੀ, ਬਸ ਇਹ ਸੱਚਾਈ ਹੈ। ਸੱਚ ਹਾਲੇ ਹੋਰ ਵੀ ਆ ਪਾਪਾ, ਪਰ ਮੈਂ ਤੁਹਾਨੂੰ ਕਦੇ ਕਹਿ ਨਹੀਂ ਸਕੀ, ਮੈਂ ਜੀਤੇ ਨਾਲ ਨਹੀਂ ਹਰਭਜਨ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ। ਪਰ ਫਰਕ ਸਿਰਫ ਇੰਨਾ ਹੈ ਕਿ ਜੀਤਾ ਨਾ ਸਹੀ ਫੈਸਲਾ ਲੈ ਕੇ ਉੱਥੋਂ ਨਿਕਲ ਗਿਆ ਤੇ ਮੈਂ ਚੁੱਪ ਰਹੀ। ਜੇ ਕੋਈ ਹੋਰ ਸੱਚ ਹੈ ਤਾਂ ਉਹ ਵੀ ਦੱਸ ਲੈ, ਇਹੀ ਥਾਂ ਹੈ ਸਾਰੇ ਸੱਚ ਦੱਸਣ ਵਾਲੀ। ਸੱਚ ਤਾਂ ਸਾਹਮਣੇ ਆ ਹੀ ਗਿਆ। ਭਈਆ ਮੇਰੀ ਗੱਲ ਤੇ ਸੁਣੋ ਤੁਸੀਂ ਕੀ, ਪਹਿਲਾਂ ਤਾਂ ਮੈਂ ਤੁਹਾਡੇ ਪੈਰ ਤੋੜਨੇ ਨੇ ਜਿਹੜੇ ਹਫ਼ਤੇ 'ਚ ਤਿੰਨ ਦਿਨ ਨਾ, ਤੁਹਾਨੂੰ ਇਹਦੇ ਘਰ ਲੈ ਕੇ ਜਾਂਦੇ ਸੀ। ਯਾਰ ਮੈਂ ਪੈਦਲ ਤੁਰ ਕੇ ਜਾਂਦਾ ਸੀ, ਜਿਹੜੇ ਮੇਰੇ ਪੈਰ ਤੋੜਨੇ ਆ, ਤੋੜਨੇ ਆ ਤਾਂ ਮੇਰੇ ਪੈਰ ਨਹੀਂ, ਗੱਡੀ ਦੇ ਟਾਇਰ ਤੋੜ, ਜਿਹੜੀ ਮੈਨੂੰ ਇਹਦੇ ਘਰ ਲੈ ਕੇ ਜਾਂਦੀ ਸੀ। ਬਦਤਮੀਜ਼ ਕਾਰ, ਹਾਏ ਤੁਸੀਂ ਤੋੜ ਕੇ ਤਾਂ ਦੇਖੋ ਮੇਰੀ ਦਾਜ ਵਾਲੀ ਕਾਰ ਨੂੰ, ਜਿਹੜਾ ਦੂਜਾ ਵਿਆਹ ਕਰਾ ਕੇ ਮੇਰਾ ਦਿਲ ਤੋੜਿਆ ਉਹ ਘੱਟ ਹੈ। ਮੈਨੂੰ ਸ਼ਰਮ ਆ ਰਹੀ ਹੈ ਤੇਰੀ ਇਸ ਕਰਤੂਤ ਤੇ। ਤੂੰ ਤਾਂ ਆਪਣੀ ਮਾਂ ਦੇ ਦੁੱਧ ਦੀ ਵੀ ਲਾਜ ਨਹੀਂ ਰੱਖੀ। ਮਾਂ ਦੇ ਦੁੱਧ ਦੀ ਲਾਜ ਰੱਖਦਾ ਹੀ ਤਾਂ ਮੈਂ ਇਸ ਮੁਸੀਬਤ ਦੇ ਵਿੱਚ ਫਸਿਆ।
ਦੁੱਧ ਨਾਲੋਂ ਚੰਗਾ ਸੀ ਮੈਨੂੰ ਸਹਿਰੇ ਲੈ ਕੇ ਪਾਲਿਆ ਹੁੰਦਾ। ਆ ਮੁਸੀਬਤ ਤੇ ਨਾ ਪੈਂਦੀ, ਤੂੰ ਵੀ ਯਾਦ ਕਰ ਜਿੱਦਣ ਅਸੀਂ ਚੋਰੀ ਵਿਆਹ ਕਰਾਉਣ ਲੱਗੇ ਸੀ, ਮੈਨੂੰ ਘਰੋਂ ਐਮਰਜੈਂਸੀ ਕਾਲ ਆ ਗਈ ਸੀ, ਮੈਨੂੰ ਜਾਂਦੇ ਨੂੰ ਤੂੰ ਵਾਰਨਿੰਗ ਦਿੱਤੀ ਸੀ ਬਈ ਇੱਕ ਹੱਥ 'ਚ ਜ਼ਹਿਰ ਫੜਿਆ ਤੇ ਇੱਕ ਹੱਥ 'ਚ ਸੰਦੂਰ, ਜਾਂ ਤੇ ਦੋ ਘੰਟੇ ਬਾਅਦ ਆ ਕੇ ਮੇਰੇ ਸਿਰ 'ਚ ਸੰਦੂਰ ਪਾ ਦੇ ਤੇ ਜਾਂ ਫਿਰ ਮੇਰਾ ਭੋਗ ਪਵਾ ਦੇਈਂ। ਉਧਰ ਮੈਂ ਘਰ ਗਿਆ, ਡੈਡੀ ਦਿਲ ਫੜ ਕੇ ਬੈਠੇ ਹੋਏ ਸੀ, ਦਵਾਈਆਂ ਚੁੱਕ ਚੁੱਕ ਕੇ ਮਾਰ ਰਹੇ ਸੀ, ਕਹਿੰਦੇ ਮੈਂ ਇਹਦੇ ਪਿਓ ਨੂੰ ਤੁਹਾਡੇ ਵਿਆਹ ਦਾ ਵਾਅਦਾ ਕੀਤਾ ਹੋਇਆ, ਅਨੂ ਦਾ ਹੱਥ ਫੜ ਲੈ ਪੁੱਤਰ, ਮੈਂ ਦਿਲ ਤੇ ਬੋਝ ਲੈ ਕੇ ਨਹੀਂ ਮਰਨਾ ਚਾਹੁੰਦਾ। ਮੰਮੀ ਜੀ ਉਧਰ ਵੀ ਤੁਸੀਂ ਸਾਈਡ ਤੇ ਲਿਜਾ ਕੇ ਮੈਨੂੰ ਇਹੀ ਕਿਹਾ ਸੀ, ਪੁੱਤਰ ਅਨੂ ਦਾ ਸੁਹਾਗ ਬਣ ਜਾਣੀ ਤੇ ਮੇਰਾ ਸੁਹਾਗ ਉੱਚੜ ਜਾਣਾ, ਮੇਰੇ ਦੁੱਧ ਦੀ ਇਲਾਜ ਰੱਖ ਲੈ ਪੁੱਤਰ। ਉਹ ਕਿੰਨਾ ਕੁ ਦੁੱਧ ਪੀ ਲਿਆ ਸੀ ਯਾਰ, ਮੈਂ ਸਾਰਾ ਦੁੱਧ ਮੈਂ ਇਕੱਲੇ ਨੇ ਪੀ ਲਿਆ, ਭੈਣ ਭਰਾ ਭੁੱਖੇ ਮਾਰਦੇ ਸੀ ਮੈਂ ਆਪਣੇ। ਅਨੂ ਪੁੱਤਰ ਕਸੂਰ ਮੇਰਾ ਹੀ ਹੈ, ਅਸੀਂ ਰਿਸ਼ਤਿਆਂ ਦੇ ਇਮੋਸ਼ਨਸ ਨੂੰ ਲੈ ਕੇ ਇਹਨੂੰ ਬਲੈਕਮੇਲ ਕਰਦੇ ਰਹੇ ਹਾਂ। ਤੇ ਹੋਰ ਇੱਧਰ ਮੈਂ ਅਨੂ ਦਾ ਹੱਥ ਫੜਿਆ, ਉਧਰੋਂ ਡੈਡੀ ਛਾਲ ਮਾਰ ਕੇ ਉੱਠ ਪਏ, ਮੰਗਾਓ ਬਈ ਬੰਗਾਲੀ ਤੋਂ ਕਲਾਕੰਦ, ਸ਼ੂਗਰ ਹਾਈ ਹੋਣ ਕਰਕੇ ਹਾਰਟ ਅਟੈਕ ਹੋਇਆ ਸੀ, ਅੱਧਾ ਡੱਬਾ ਕਲਾਕੰਦ ਦਾ ਫੇਰ ਖਾ ਗਏ। ਸਾਰਾ ਕਸੂਰ ਸਾਡਾ ਹੀ ਆ ਬੇਟੇ। ਨਹੀਂ ਕਸੂਰ ਤਾਂ ਮੇਰਾ ਵੀ ਹੈ, ਮੈਂ ਤਾਂ ਮੁਹੱਬਤ ਤੇ ਕੰਡੀਸ਼ਨ ਲਾਤੀ, ਸੁਇਸਾਈਡ ਦੀ ਧਮਕੀ ਉਹ ਗਲਤ ਗੱਲ ਸੀ, ਆਮ ਸੋਰੀ। ਤੁਸੀਂ ਆਪਣੇ ਪੇਰੈਂਟਸ ਦੇ ਇਮੋਸ਼ਨਸ ਨੂੰ ਵੀ ਹਰਟ ਨਹੀਂ ਹੋਣ ਦਿੱਤਾ ਤੇ ਆਪਣੇ ਪਿਆਰ ਦੀ ਵੀ ਲਾਜ ਰੱਖੀ, ਤੁਸੀਂ ਇਹਨਾਂ ਦੋਨਾਂ ਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਮਾਫ਼ ਕਰ ਦਾਂਗੀ। ਮੈਨੂੰ ਮਿਰਗੀ ਪੈਂਦੀ ਹੈ। ਉਹ ਤੂੰ ਤਾਂ ਚੁੱਪ ਕਰ ਯਾਰ, ਤੇਰੇ ਤੇ ਮੇਹਰ ਸਿੰਘ ਨੇ ਮੇਹਰ ਕਰਤੀ, ਨਹੀਂ ਤੂੰ ਤਾਂ ਛੜਿਆ ਦਾ ਬ੍ਰਾਂਡ ਅੰਬੈਸਡਰ ਹੋਣਾ ਸੀ। ਚਲੋ ਛੱਡੋ ਜੀ, ਮੇਰੀ ਧੀ ਦਾ ਜੋ ਵਿਗੜਨਾ ਸੀ ਵਿਗੜ ਗਿਆ, ਹੁਣ ਯਾਦ ਨਾ ਕਰਾਂ। ਨਹੀਂ ਨਹੀਂ ਜੀ, ਤੁਹਾਡੀ ਧੀ ਦੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਮੁੰਡਾ ਮਨਿੰਦਰ। ਆ ਸੰਦੀਪ ਦਾ ਸਾਥ ਦੇਣ ਦੇ ਚੱਕਰ 'ਚ ਮੈਨੂੰ ਵੀ ਪਤਾ ਨਹੀਂ ਕੀ ਬਣਨਾ ਪਿਆ, ਸਾਲੀ ਫੋਨ ਚੱਕਣ ਵੇਲੇ ਵੀ ਇਹੀ ਕਨਫਿਊਜ਼ਨ ਰਹਿੰਦੀ ਸੀ ਕਿ ਮੈਂ ਕੌਣ ਬੋਲਦਾ, ਜੀਤਾ ਮਨਿੰਦਰ ਜਾਂ ਚੀਮਾ। ਮੈਨੂੰ ਝੂਠ ਤੋਂ ਸਖਤ ਨਫ਼ਰਤ ਹੈ। ਨਾ ਮੈਂ ਝੂਠ 'ਚ ਬੀਏ ਕੀਤੀ ਆ, ਤੇਰੇ ਭਰਾ ਦੇ ਦੋਨੋਂ ਘਰ ਬੱਚੇ ਰਹਿਣੇ ਇਸ ਚੱਕਰ ਦੇ ਵਿੱਚ ਤੁਹਾਡੇ ਘਰ ਆਇਆ ਸੀ ਮਨਿੰਦਰ ਬਣ ਕੇ, ਬੈਡ ਇੰਪਰੈਸ਼ਨ ਪਾਉਣ ਦੇ ਲਈ, ਪਰ ਤੈਨੂੰ ਦੇਖਦੇ ਹੀ ਐਸਾ ਗੁੱਡ ਇੰਪਰੈਸ਼ਨ ਪਿਆ ਤੇਰਾ, ਮੈਂ ਪਲਟੀ ਮਾਰ ਗਿਆ। ਫੈਸਲਾ ਕੀਤਾ ਵੀ ਤੇਰੇ ਭਰਾ ਦੇ ਭਾਵੇਂ ਦੋਨੇ ਘਰ ਉੱਜੜ ਜਾਣ, ਮੇਰਾ ਘਰ ਵਸਣਾ ਚਾਹੀਦਾ ਤੇਰੇ ਨਾਲ। ਚਲੋ ਬਈ, ਸਾਰੇ ਖੁਸ਼ੀ ਖੁਸ਼ੀ ਵਿਆਹ ਨਿਬੇੜ ਗਏ, ਆਪਦੇ ਆਪਦੇ ਘਰ ਚੱਲੋ। ਹੈ ਮੈਨੂੰ ਤਾਂ ਫਿਰ ਦੱਸ ਦਿੰਦੇ ਜੀ, ਮੈਂ ਕਿਹੜੇ ਘਰ ਜਾਣਾ ਜੀ। ਬਈ ਚੀਮਾ ਜੀ, ਤੁਸੀਂ ਤਾਂ ਹੁਣ ਸਾਂਝੀ ਟਰਾਫੀ ਵਾਂਗੂ 6 ਮਹੀਨੇ ਇਸ ਟੀਮ ਕੋਲੇ, 6 ਮਹੀਨੇ ਉਸ ਟੀਮ ਕੋਲੇ, ਕਿਹੋ ਜੀ। ਚੱਲ ਇੱਕ ਗੱਲ ਦੱਸ, ਇੰਨੀ ਨਾਰਾਜ਼ ਹੋਣ ਵਾਲੀ ਕੀ ਗੱਲ ਸੀ? ਮੈਂ ਦੋ ਪਿਓ ਬਣਾਏ ਸੀ, ਤੇਰੇ ਭਰਾ ਵਾਂਗੂ ਦੋ ਦੋ ਵੋਟੀਆਂ ਤਾਂ ਨਹੀਂ ਰੱਖੀਆਂ?